ਸਾਹਮਣੇ ਹਾਜ਼ਰ ਆ, ਦੇਖਦੇ ਹਾਂ ਕਿੱਧਰ ਨੂੰ ਗੱਲ ਜਾਂਦੀ ਹੈ। ਮੇਰਾ ਵਿਸ਼ਾ ਹੈਗਾ ਯੋਜਨਾਵਾਂ, ਦਿਸ਼ਾ ਤੇ ਨਜ਼ਰੀਏ। ਮੈਨੂੰ ਜਦੋਂ ਇਹ ਵਿਸ਼ਾ ਪਤਾ ਲੱਗਾ ਤਾਂ ਮੈਨੂੰ ਇਹ ਕਾਫੀ ਚਿਰ ਸਮਝ ਨੀ ਆਇਆ ਵੀ ਇਹਦਾ ਕਰਾਂਗੇ ਆਪਾਂ, ਪਤਾ ਜੋ ਮੈਂ ਕਰਦਾ ਤੁਹਾਨੂੰ ਪਸੰਦ ਆਉਂਦਾ। ਜਿਹੜੀਆਂ ਬੰਦੇ ਦੇ ਅਮਲ ਦੀਆਂ ਦਿਸ਼ਾਵਾਂ, ਜਿਹੜੀਆਂ ਉਹਦੇ ਰੂਹ ਦੇ ਜਿਹੜੇ ਉਹਦੇ ਸਬਰ ਆ, ਜਾਂ ਉਹਦੀਆਂ ਮਾਇੰਡ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਹਾਲਤਾਂ, ਜਾਂ ਉਹਨਾਂ ਦਾ ਫਿਜ਼ੀਕਲ ਰੂਪ ਦੇ ਵਿੱਚ ਮੈਨੀਫੈਸਟ ਹੋਣਾ, ਇਹ ਮੈਨੂੰ ਤਾਂ ਸਾਰਾ ਇਹ ਇਸ ਤਰ੍ਹਾਂ ਜਿਹੜਾ ਪ੍ਰਤੀਕ ਹੁੰਦਾ ਕੁਝ ਇੱਕੋ ਹੀ ਨਾਦ ਦਾ, ਇੱਕੋ ਹੀ ਸੁਰਤ ਦਾ ਵੱਖਰੀ ਵੱਖਰੀ ਮੈਨੀਫੈਸਟੇਸ਼ਨ ਹੁੰਦੀ ਆ। ਜਿਵੇਂ ਕੋਈ ਜਿਹੜਾ ਨਦੀ ਆ, ਇਹ ਜਦੋਂ ਬਰਫ਼ ਦੇ ਰੂਪ ਚ ਜੰਮੀ ਹੁੰਦੀ ਆ, ਉਦੋਂ ਵੀ ਇਹਦੇ ਵਿੱਚ ਸਾਰੀ ਜਿਹੜੀ ਸੰਭਾਵਨਾ, ਇਹਦੀ ਤਰਲਤਾ, ਇਹਦਾ ਸੰਗੀਤ, ਉਸ ਸਮਾਈ ਹੋਈ ਅਵਸਥਾ ਦੇ ਵਿੱਚ, ਉਸ ਜੰਮੀ ਹੋਈ ਹਾਲਤ ਦੇ ਵਿੱਚ ਵੀ ਦਿਸਦਾ। ਜਿਵੇਂ ਪੱਥਰ ਦੇ ਵਿੱਚ ਹੀ ਕਈ ਤਸਵੀਰਾਂ ਦਿਸਦੀਆਂ, ਜਿਵੇਂ ਸ਼ਾਂਤ ਜਦੋਂ ਸ਼ਾਂਤੀ ਵਾਪਰਦੀ ਆ, ਜਦੋਂ ਤੂਫਾਨ ਆਉਣੇ ਹੁੰਦੇ ਆ ਉਸ ਤੋਂ ਪਹਿਲਾਂ ਇੱਕ ਸ਼ਾਂਤੀ ਵਾਪਰ ਜਾਂਦੀ ਆ, ਉਸ ਸ਼ਾਂਤੀ ਦੇ ਵਿੱਚ ਹੀ ਬਹੁਤ ਵੱਡੇ ਤੂਫਾਨ ਆਉਣ ਦੇ ਜਿਹੜੇ ਸੁਨੇਹੇ ਆ ਇਹ ਪਏ ਹੁੰਦੇ ਆ। ਜਿਵੇਂ ਤੁਸੀਂ ਦੇਖੋ ਜਦੋਂ ਇਹ ਆਪਣਾ ਹੜ੍ਹ ਆਉਣੇ ਹੁੰਦੇ ਆ, ਡੰਗਰ ਹੜ੍ਹ ਵਾਲੇ ਪਾਸੇ ਜਿੱਧਰੋਂ ਹੜ੍ਹ ਆਉਣੇ ਹੁੰਦੇ ਆ ਉੱਧਰ ਮੂੰਹ ਕਰਕੇ ਰੰਭਣਾ ਸ਼ੁਰੂ ਕਰ ਦਿੰਦੇ, ਉੱਚੀ ਉੱਚੀ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ, ਕੀੜੀਆਂ ਜਿਹੜੀਆਂ ਇਹ ਦਰਖਤਾਂ ਤੇ ਚੜ੍ਹਨਾ ਸ਼ੁਰੂ ਕਰ ਦਿੰਦੀਆਂ। ਇਹ ਸਾਰੀਆਂ ਜਿਹੜੀਆਂ ਤੁਸੀਂ ਚੀਜ਼ਾਂ, ਇਹ ਪ੍ਰੋਫੈਸਰ ਸਾਹਿਬ ਨੇ ਸਾਡੇ ਨੇ ਜਿਹੜਾ ਟੌਪਿਕ ਦਿੱਤਾ ਯੋਜਨਾਵਾਂ ਦਾ, ਦਿਸ਼ਾਵਾਂ ਦਾ ਤੇ ਨਜ਼ਰੀਏ ਦਾ, ਇਹ ਮੈਨੂੰ ਕੋਈ ਇਹਨਾਂ ਚ ਫਰਕ ਨਹੀਂ ਲੱਗਦਾ, ਇਹ ਇੱਕੋ ਹੀ ਰੂਪ ਆ। ਸਾਡੀ ਰੂਹ ਜਾਗ ਕੇ ਗੁਰੂ ਦੇ ਰੰਗ ਦੇ ਵਿੱਚ ਸਫ਼ਰ ਕਿੰਜ ਕਰਦੀ ਆ, ਇਹ ਸਫ਼ਰ ਦਾ ਨਾਂ ਹੀ ਜਿਹੜਾ ਆ ਇਹ ਨਜ਼ਰੀਆ ਹੁੰਦਾ, ਇਹੀ ਦਿਸ਼ਾ ਹੁੰਦੀ ਆ, ਇਹਦੇ ਚ ਕੋਈ ਫਰਕ ਨਹੀਂ ਹੁੰਦਾ। ਜਿਹੜੇ ਤੀਰ ਨੂੰ ਗੁਰੂ ਦਾ ਹੱਥ ਲੱਗਾ, ਜਿਹੜੇ ਦਰਖਤ ਨੂੰ ਗੁਰੂ ਦਾ ਹੱਥ ਲੱਗਾ, ਉਹ ਦਰਖਤ ਨਹੀਂ ਰਿਹਾ, ਉਹ ਬਾਣੀ ਦਾ ਰੂਪ ਹੀ ਹੋ ਗਿਆ। ਜਿਵੇਂ ਪੂਰਨ ਸਿੰਘ ਕਹਿੰਦਾ ਸਿੱਖ ਇਤਿਹਾਸ ਸਾਰਾ ਬਾਣੀ ਦਾ ਰੂਪ ਆ। ਇਹਨੂੰ ਐ ਨਾ ਸਮਝ ਲਓ ਕਿਤੇ ਵੀ ਭਾਈ ਮਨੀ ਸਿੰਘ ਜਦੋਂ ਐ ਬੈਠੇ ਆ ਬੰਦ ਬੰਦ ਕਟਾਉਂਦੇ ਤਾਂ ਉਹ ਸਰੀਰ ਕਟਾਉਂਦੇ ਆ, ਉਹ ਤਾਂ ਕੋਈ ਸਰੀਰ ਤੋਂ ਵੱਡਾ ਰਾਜ਼ ਦੱਸ ਰਿਹਾ ਜਿਹੜਾ ਕਿ ਬਾਣੀ ਦਾ ਰਾਜ਼ ਆ, ਕਿ ਸਰੀਰ ਨਾਲੋਂ ਰੂਹ ਕਿਸ ਤਰ੍ਹਾਂ ਵੱਡੀ ਹੁੰਦੀ ਹੈ ਇਹ ਮੈਨੀਫੈਸਟ ਕੀਤਾ ਜਾ ਰਿਹਾ, ਉੱਥੇ ਕੋਈ ਸਰੀਰ ਦੀ ਗੱਲ ਨਹੀਂ ਗੀ। ਜਿਵੇਂ ਜੇ ਮੁਹੰਮਦ ਸਾਹਿਬ ਇੱਕ ਵਾਰੀ ਜੰਗ ਲੜ ਕੇ ਆਏ, ਜੰਗ ਲੜਨ ਤੋਂ ਬਾਅਦ ਉਹਨਾਂ ਨੇ ਮਸਜਿਦ 'ਚ ਆ ਕੇ ਲੈਕਚਰ ਕੀਤਾ ਕਿ ਅਸੀਂ ਜਹਾਦੇ ਜਿਹੜਾ ਅਸਗਰ ਹੈ, ਛੋਟਾ ਜਹਾਦ, ਛੋਟਾ ਧਰਮ ਯੁੱਧ, ਇਹ ਜਿੱਤ ਕੇ ਆ ਗਏ ਹਾਂ, ਹੁਣ ਅਸੀਂ ਜਹਾਦੇ ਅਕਬਰ ਦੇ ਵਿੱਚ ਐਂਟਰ ਕਰਨਾ ਆ, ਅਸੀਂ ਵੱਡੀ ਜਿਹੜੀ ਜੰਗ ਆ ਉਹਦੇ ਵਿੱਚ ਜੰਗ ਕਰਨਾ, ਤੇ ਉਹ ਜੰਗ ਜਿਹੜੀ ਹੈ ਨਫਸ ਦੇ ਨਾਲ ਜੰਗ ਆ, ਆਪਣੇ ਮਨ ਦੇ ਨਾਲ ਜੰਗ। ਇਸ ਕਰਕੇ ਜਿਹੜੀ ਖਾਲਸੇ ਦੀ ਜਿਹੜੀ ਸ਼ਮਸ਼ੀਰ ਆ, ਜਦੋਂ ਇਹ ਜੰਗ ਦੇ ਮੈਦਾਨ ਦੇ ਵਿੱਚ ਤੁਰੀ ਫਿਰਦੀ ਆ, ਇਹ ਵੀ ਬਾਣੀ ਆ, ਇਹ ਕੋਈ ਹਿਸਟਰੀ ਐ ਨੀ ਗੀ ਸਾਡੀ ਹੈਗੀ ਜਿਵੇਂ ਮਰਾਠਿਆਂ ਦੀ ਹਿਸਟਰੀ ਆ, ਕਿਉਂਕਿ ਉੱਥੇ ਦਾ ਮਾਇੰਡ ਜਿਹੜਾ ਆ ਛੋਟੀਆਂ ਸੁਰਤਾਂ ਦੇ ਵਿੱਚ ਫਿਰਦਾ ਆ। ਜਿਵੇਂ ਰਾਜਪੂਤਾਂ ਦੀ ਹਿਸਟਰੀ ਆ, ਇੱਥੇ ਮਾਇੰਡ ਛੋਟੀ ਹਾਲਤ 'ਚ ਫਿਰਦਾ ਹੈ। ਇਸ ਕਰਕੇ ਜਿਹੜਾ ਬੰਦੇ ਦਾ ਅਮਲ ਆ ਉਹਦੇ ਮਾਇੰਡ ਦੀ ਹਾਲਤ ਦਾ ਇੱਕ ਬਾਹਰੀ ਪ੍ਰਗਟਾਵਾ ਆ। ਇਸ ਕਰਕੇ ਜਿਹੜੀ ਹਿਸਟਰੀ ਦੇ ਵਿੱਚ ਵੀ ਜਿਹੜਾ ਫੈਕਟ ਹੁੰਦਾ ਤੇ ਜਿਹੜੀ ਉਹਦੇ ਪਿੱਛੇ ਸਪਿਰਿਟ ਹੁੰਦੀ ਹੈ ਇਹਦੇ 'ਚ ਕੋਈ ਫਰਕ ਨਹੀਂ ਹੁੰਦਾ, ਇਹ ਦੋਵੇਂ ਰਲ ਘੱਟ ਹੁੰਦੇ, ਇਹ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਹੁੰਦੀਆਂ। ਇਸ ਕਰਕੇ ਜਿਹੜਾ ਇਹ ਟੌਪਿਕ ਤੁਸੀਂ ਮੈਨੂੰ ਦੱਸਿਆ ਆ ਵੀ ਇਹ ਮਤਲਬ ਕਿ ਦਿਸ਼ਾ, ਨਜ਼ਰੀਆ ਤੇ ਯੋਜਨਾਵਾਂ, ਇਹ ਸਾਰਾ ਕੁਝ ਨਜ਼ਰੀਆ ਹੀ ਹੁੰਦਾ ਹੈ। ਜਿਵੇਂ ਬੰਦਾ ਨਸ਼ੇ ਦੇ ਵਿੱਚ ਤੁਰਦਾ ਕਿਸ ਤਰ੍ਹਾਂ ਆ, ਅਸੀਂ ਉਹਦੇ ਕਦਮ ਨਹੀਂ ਨਾਪਾਂਗੇ, ਅਸੀਂ ਉਹਦੀ ਨਸ਼ੇ ਦੀ ਹਾਲਤ ਦੇਖਾਂਗੇ ਕਿ ਉਹ ਕਿਹੜੇ ਰੰਗ ਦੇ ਵਿੱਚ ਤੁਰਿਆ ਫਿਰਦਾ। ਅਸੀਂ ਗੁਰੂ ਪਿੱਛੇ ਪਾਗਲ ਹੋ ਗਏ, ਪੰਜਾਬ ਦੀ ਧਰਤੀ ਤੇ ਕਿਸ ਤਰ੍ਹਾਂ ਤੜਫੇ ਆ, ਉਹਨੂੰ ਅਸੀਂ ਕਿਸ ਤਰ੍ਹਾਂ ਉਹਨੂੰ ਯਾਦ ਕੀਤਾ, ਕਿਸ ਤਰ੍ਹਾਂ ਉਹਨੂੰ ਥਾਂ ਥਾਂ ਤੇ ਲੱਭਦੇ ਫਿਰੇ ਆ, ਇਹੀ ਸਾਡਾ ਇਤਿਹਾਸ ਆ। ਜਾਂ ਗੁਰੂ ਨੇ ਸਾਨੂੰ ਜਦੋਂ ਗੁਲਵੱਕੜੀ ਚ ਲੈ ਲਿਆ, ਅਸੀਂ ਕਿੰਨਾ ਨਸ਼ੇ ਦੇ ਵਿੱਚ ਛਾਲਾਂ ਮਾਰੀਆਂ, ਇਹੀ ਸਾਡਾ ਇਤਿਹਾਸ।
ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਆ, ਜਿਵੇਂ ਜਿਵੇਂ ਤੁਸੀਂ ਦੇਖੋ ਸਾਰੇ ਬ੍ਰਹਿਮੰਡ ਜਿਹੜੇ ਸਿਰਜੇ ਗਏ ਆ, ਜਾਂ ਜਿਹੜਾ ਟਾਈਮ ਪੈਦਾ ਕੀਤਾ ਗਿਆ ਆ, ਇਹ ਸਾਰਾ ਕੁਝ ਮਾਇੰਡ ਹੀ ਹੁੰਦਾ ਹੈ। ਟਾਈਮ ਕੋਈ ਵੱਖਰੀ ਡਿਮੈਂਸ਼ਨ ਨਹੀਂ ਹੈ। ਜਿਵੇਂ ਕਿ ਅੱਜ ਕੱਲ੍ਹ ਅਸੀਂ ਸਾਡੇ ਜਿਵੇਂ ਕੈਨੇਡਾ ਵਾਸੀਆਂ ਨੇ ਵੀ ਬੜਾ ਪੰਗਾ ਪਾਇਆ ਵੀ ਹੁਣ ਜਿਹੜਾ ਖਾਲਸਾ ਟਾਈਮ ਬਦਲ ਗਿਆ ਆ, ਇਸ ਕਰਕੇ ਖਾਲਸੇ ਦੀਆਂ ਕਈ ਚੀਜ਼ਾਂ ਦੇ ਵਿੱਚ ਸਮੇਂ ਦੇ ਵਿਕਾਸ ਨਾਲ ਤਬਦੀਲੀ ਹੋਏਗੀ। ਇੱਥੇ ਸਿੱਖ ਸਮੇਂ ਦੀ ਅੰਡਰਸਟੈਂਡਿੰਗ ਨਹੀਂ ਗੀ, ਕਿਉਂਕਿ ਜਿਹੜਾ ਸਮਾਂ ਆ ਇਹ ਜਿਹੜਾ ਪਰਮਾਤਮਾ ਆ ਇਸ ਤੋਂ ਬਾਹਰ ਨਹੀਂ ਸਿਰਜਿਆ ਗਿਆ, ਸਮਾਂ ਪਰਮਾਤਮਾ ਦੇ ਵਿੱਚ ਹੀ ਸਿਰਜਿਆ ਗਿਆ ਹੈ। ਜਿਵੇਂ ਤਲੀ ਦੇ ਵਿੱਚ ਹੀ ਕੋਈ ਤਿਲ ਉੱਗ ਪਵੇ, ਇਹ ਵਿਚਕਾਰ ਹੈ, ਇਸ ਤੋਂ ਬਾਹਰ ਨਹੀਂ ਗਾ। ਇਸ ਕਰਕੇ ਜਿਹੜਾ ਸਾਰਾ ਬ੍ਰਹਿਮੰਡ ਆ ਇਹ ਪਰਮਾਤਮਾ ਦੇ ਵਿੱਚ ਹੀ ਸਫ਼ਰ ਕਰ ਰਿਹਾ ਹੈ। ਇਸ ਕਰਕੇ ਜਿਹੋ ਜਿਹਾ ਪਰਮਾਤਮਾ ਨੇ ਸਾਨੂੰ ਇੱਕ ਰੰਗ ਦਿੱਤਾ ਆ, ਇਹ ਇਹੀ ਨਜ਼ਰੀਆ ਸਾਡਾ ਆ, ਅਸੀਂ ਉਸ ਰੰਗ 'ਚ ਕਿਸ ਤਰ੍ਹਾਂ ਜਿਉਂਦੇ ਹਾਂ। ਨਜ਼ਰੀਏ ਜਿਹੜੇ, ਜਿਵੇਂ ਇੱਕ ਬੱਚਾ ਹੁਣੇ ਗੱਲ ਕਰ ਰਿਹਾ ਸੀ ਬਾਹਰ ਬੈਠਾ, ਗੁੱਸਾ ਨਾ ਕਰੇ ਉਹ, ਵੀ ਜਿਹੜਾ ਸਾਡਾ ਵੀ ਫਲਾਣਾ ਕੰਸੈਪਟ ਆ, ਸਾਡੇ ਕੰਸੈਪਟਸ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਆ। ਜਿਵੇਂ ਹੀਰ ਦਾ ਰਾਂਝੇ ਨਾਲ ਪ੍ਰੇਮ ਆ, ਰਾਂਝੇ ਦਾ ਕਿਹੜਾ ਕੰਸੈਪਟ, ਕੋਈ ਕੰਸੈਪਟ ਨਹੀਂ। ਇਹ ਕੰਸੈਪਟ ਬਣਾਉਣੇ, ਸੰਕਲਪ ਬਣਾਉਣੇ, ਸਿਧਾਂਤ ਬਣਾਉਣੇ, ਇਹ ਮਾਇੰਡ ਦੀਆਂ ਛੋਟੀਆਂ ਹਾਲਤਾਂ ਹੁੰਦੀਆਂ। ਤੋ ਜਿਹੜਾ ਮੈਂ ਲੈਕਚਰ ਦੇਣ ਦੀ ਕੋਸ਼ਿਸ਼ ਕਰਾਂਗਾ, ਮੈਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ ਕਿ ਜਦੋਂ ਖਾਲਸਾ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਆ, ਉਹ ਧਰਤੀ ਉੱਤੇ ਕਿਸ ਤਰ੍ਹਾਂ ਤੁਰਦਾ ਹੈ, ਉਹਦੇ ਅੰਦਾਜ਼ ਕੀ ਆ। ਇਸ ਕਰਕੇ ਜੇ ਅਸੀਂ ਉੱਥੇ ਨਹੀਂ ਪਹੁੰਚ ਸਕੇ ਤਾਂ ਘੱਟੋ ਘੱਟ ਅਸੀਂ ਇਹੋ ਜਿਹੇ ਬੰਦਿਆਂ ਦੀ ਰੀਸ ਕਰੀਏ। ਜੇ ਅਸੀਂ ਨੁਸਰਤ ਵਾਂਗੂ ਗਾ ਨਹੀਂ ਸਕਦੇ ਤੇ ਨੁਸਰਤ ਦੀ ਰੀਸ ਜੀ ਗਾ ਲਓ, ਉਹਦੀ ਨਕਲ ਹੀ ਕਰ ਲਓ। ਇਸ ਕਰਕੇ ਜਿਹੜਾ ਇਹ ਕੋਈ ਐਂ ਦੀਆਂ ਜ਼ਰੂਰੀ ਨਹੀਂ ਚੀਜ਼ਾਂ ਹੁੰਦੀਆਂ ਵੀ ਆਪਣੀ ਹਉਮੈ ਦੇ ਵਿੱਚ ਅਸੀਂ ਕੋਈ ਵੱਖਰਾ ਜਿਹਾ ਬਣਾ ਕੇ ਦੱਸਣਾ ਵੀ ਦੇਖੋ ਅਸੀਂ ਇੰਜ ਬਣਾ ਦਿੱਤਾ। ਇਹ ਕੌਮਾਂ ਦੇ ਵਿੱਚ ਜਾਗਦਾ ਤਾਂ ਕਈ ਕੁਝ ਆ, ਬੜਾ ਕੁਝ ਜਾਗਦਾ। ਜਿਵੇਂ ਮੁਹੰਮਦ ਸਾਹਿਬ ਕਹਿੰਦੇ ਇੱਕ ਇਖਤਲਾਫੇ ਉਮਤੀ ਰਹਿਮਤੇ, ਕਿ ਮੇਰੀ ਕੌਮ ਦੀ ਜਿਹੜੀ ਆਪਸ ਦੇ ਵਿੱਚ ਜੰਗ ਚੱਲਦੀ ਆ, ਇੱਕ ਦੂਜੇ ਨਾਲ ਇਖਤਲਾਫ ਚੱਲਦੇ ਆ, ਮਤਭੇਦ ਚੱਲਦੇ ਆ, ਇਹ ਅੱਲਾ ਦੀ ਰਹਿਮਤ ਆ, ਇਹ ਚੱਲਣਗੇ। ਕਿਉਂਕਿ ਸਾਡੀ ਬੁੱਧੀ ਦੇ ਰੂਪ ਜਿਹੜੇ ਆ, ਅਕਲ ਜਿਹੜੀ ਆ, ਇਹਦੇ ਚ ਹਜ਼ਾਰਾਂ ਡਰ ਹੁੰਦੇ ਆ। ਅਕਲ ਜਿਹੜੀ ਆ, ਫਿਲੋਸਫੀ ਜਿਹੜੀ ਆ, ਇਹ ਬੇਸਿਕਲੀ ਸਾਈਕੋਲੋਜੀ ਹੁੰਦੀ ਹੈ। ਤੁਸੀਂ ਪਤੰਜਲੀ ਦਾ ਯੋਗ ਸੂਤਰ ਪੜ੍ਹ ਕੇ ਦੇਖੋ, ਉਹਨੇ ਇਹ ਚੀਜ਼ਾਂ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੀਆਂ ਆ ਕਿ ਜਿਹੜੀ ਅਕਲ ਆ ਇਹ ਮਨ ਦਾ ਹੀ ਕੋਈ ਰੂਪ ਆ, ਕਿਉਂਕਿ ਅਕਲ ਦੇ ਵਿੱਚ ਟਾਈਮ ਦਾ ਦਖਲ ਆ, ਅਕਲ ਦੇ ਵਿੱਚ ਸਪੇਸ ਦੀਆਂ ਸਿਚੁਏਸ਼ਨਸ ਦਾ ਦਖਲ ਆ, ਇਹ ਆਜ਼ਾਦ ਨਹੀਂ ਹੋ ਸਕਦੀ। ਸਾਡੇ ਕਿਹੋ ਜਿਹੇ ਡਰ ਆ, ਕਿਹੋ ਜਿਹੇ ਸ਼ੰਕੇ ਆ, ਕਿਹੋ ਜਿਹੀਆਂ ਫੀਲਿੰਗਸ ਆ। ਇਸ ਕਰਕੇ ਅਕਲ ਜਿਹੜੀ ਹੈ, ਜਿਹਦੇ ਵਿੱਚੋਂ ਯੋਜਨਾਵਾਂ ਨਿਕਲਦੀਆਂ ਆ, ਇਹ ਮਾਇੰਡ ਦੀ ਇੱਕ ਕਮਜ਼ੋਰ ਹਾਲਤ ਦਾ ਰੂਪ ਆ। ਇਸੇ ਕਰਕੇ ਜਿਹੜਾ ਫਿਲੋਸਫਰ ਆ, ਤੁਸੀਂ ਪੂਰਨ ਸਿੰਘ ਦੀ ਪੋਇਮ ਪੜ੍ਹ ਕੇ ਦੇਖੋ, ਫਿਲੋਸਫਰ ਵਾਲੇ ਫਿਲੋਸਫਰ ਕਿਸ ਤਰ੍ਹਾਂ ਕਮਜ਼ੋਰ ਹੁੰਦਾ ਹੈ। ਇਹ ਪੈਦਾ ਤੇ ਵੰਡਰ ਚੋਂ ਹੀ ਹੁੰਦੀਆਂ ਸਾਰੀਆਂ ਚੀਜ਼ਾਂ, ਜਿਵੇਂ ਰਿਲੀਜਨ ਵੀ ਵੰਡਰ ਚੋਂ ਪੈਦਾ ਹੁੰਦਾ। ਜਿਵੇਂ ਮੌਲਾਨਾ ਰੂਮੀ ਕਹਿੰਦੇ ਆ, ਇਹ ਜੁਜ਼ ਕੇ ਹੈਰਾਨੀ ਨਾ ਪੋਸ਼ਤ ਕਾਰੇ ਦੀ, ਕਿ ਦੀਨ ਦਾ ਕੰਮ, ਧਰਮ ਦਾ ਕੰਮ ਵੰਡਰ ਤੋਂ ਬਗੈਰ ਨਹੀਂ ਚੱਲ ਸਕਦਾ, ਵਿਸਮਾਦ ਤੋਂ ਬਗੈਰ ਨਹੀਂ ਚੱਲ ਸਕਦਾ। ਇਸ ਕਰਕੇ ਜਿੰਨਾ ਚਿਰ ਸਾਡੀ ਸੁਰਤ ਵਿਸਮਾਦ ਦੇ ਵਿੱਚ ਹੀ ਨਹੀਂ ਆਈ, ਇਹ ਜੱਗ ਦਾ ਨਜ਼ਾਰਾ ਦੇਖ ਕੇ ਸਾਡੀਆਂ ਅੱਖਾਂ ਨੂੰ ਹੈਰਤ ਹੀ ਨਹੀਂ ਆਉਂਦੀ। ਜਿਵੇਂ ਅੱਖੀਆਂ ਸਾਰਾ ਜੱਗ ਦੇਖਦੀਆਂ ਪਰ ਇਹਨਾਂ ਅੱਖਾਂ ਨੂੰ ਆਪਣੀਆਂ ਅੱਖੀਆਂ ਨਹੀਂ ਦਿਸਦੀਆਂ, ਆਪਣਾ ਆਪ ਇਹਨਾਂ ਨੂੰ ਕੌਣ ਦਿਖਾਏ। ਇਹ ਖੇਡ ਜਿਹੜੀ ਹੈ, ਇਸ ਕਰਕੇ ਰਿਲੀਜਨ ਦੀ ਖੇਡ ਦੇ ਵਿੱਚ ਕਈ ਵਾਰੀ ਅਸੀਂ ਸੁਧਾਰ ਦੇ ਲਈ ਇਹੋ ਜਿਹੀਆਂ ਚੀਜ਼ਾਂ ਬਣਾ ਲੈਂਦੇ ਹਾਂ ਜਿਨ੍ਹਾਂ ਦਾ ਰਿਲੀਜਨ ਨਾਲ ਕੋਈ ਵਾਸਤਾ ਹੀ ਨਹੀਂ ਹੁੰਦਾ। ਇਸ ਕਰਕੇ ਜਿਹੜਾ ਇਹ ਬੜਾ ਜ਼ਰੂਰੀ ਆ ਕਿ ਵਿਸਮਾਦ ਦੇ ਉਸ ਨੁਕਤੇ ਤੇ ਪਹੁੰਚੀਏ ਜਿੱਥੋਂ ਰਿਲੀਜਨ ਸ਼ੁਰੂ ਹੁੰਦਾ ਆ, ਤੇ ਉਸ ਰਿਲੀਜਨ ਦੇ ਵਿੱਚੋਂ ਅਸੀਂ ਜੋ ਕੁਝ ਵੀ ਕਰਦੇ ਹਾਂ। ਜਿਵੇਂ ਫਾਰਸੀ ਦੇ ਵਿੱਚ ਇੱਕ ਮੁਹਾਵਰਾ ਆ, ਇੱਧਰ ਆਉ ਬੋਸ਼ਤ ਅਤ ਮਨੁਭਵੀ, ਵੀ ਉਹ ਜਿਹੜਾ ਇੱਧਰ ਹੁੰਦਾ ਆ ਵੀ ਉਹ ਹੈ, ਉਹ ਨਹੀਂ ਹੁੰਦਾ ਜਿਹਨੂੰ ਅਤਾਰ ਦੱਸੇ। ਇੱਧਰ ਆਉ ਨਾ ਬੋਸ਼ਤ ਕਿ ਅਤਾਰ ਬਗੋਇਤ, ਵੀ ਇੱਧਰ ਉਹ ਨਹੀਂ ਹੁੰਦਾ ਜਿਹਦੇ ਬਾਰੇ ਅਤਾਰ, ਇੱਧਰ ਵੇਚਣ ਵਾਲਾ ਉਹਦੀਆਂ ਤਾਰੀਫਾਂ ਕਰਦਾ ਰਹੇ ਕਿ ਖੁਦ ਬਗੋਇਤ, ਇੱਧਰ ਉਹ ਹੁੰਦਾ ਜਿਹੜਾ ਆਪ ਹੀ ਸਮੈਲ ਦੇਵੇ, ਆਪ ਹੀ ਮਹਿਕ ਦੇਵੇ। ਇਸ ਕਰਕੇ ਜਿਹੜੇ ਇਹ ਗੱਲਾਂ ਹੁੰਦੀਆਂ ਕਿ ਉਹਦੇ ਬਾਰੇ ਖਿਆਲ ਬਣਾ ਬਣਾ ਕੇ ਪ੍ਰਚਾਰ ਕਰਨੇ, ਰਿਲੀਜਨ ਐ ਨਹੀਂ ਫੈਲਦਾ। ਉਂਝ ਇਹਨੂੰ ਰੋਕਿਆ ਵੀ ਨਹੀਂ ਜਾ ਸਕਦਾ, ਕਿਉਂਕਿ ਕੌਮ ਦੇ ਵਿੱਚ ਬਹੁਤ ਅਧੂਰੇ ਹਿੱਸੇ ਹੁੰਦੇ ਆ ਜਿਹੜੇ ਆਪਣੇ ਅਧੂਰੇਪਣ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ। ਜਿਵੇਂ ਗਜ਼ਾਲੀ ਦੀਆਂ ਤੁਸੀਂ ਲੈਟਰਸ ਪੜ੍ਹ ਕੇ ਦੇਖੋ, ਗਜ਼ਾਲੀ ਇੱਕ ਨਵਾਬ ਨੂੰ ਚਿੱਠੀ ਲਿਖ ਰਿਹਾ, ਨਵਾਬ ਨੇ ਉਹਨੂੰ ਕੋਈ ਆਪਣੀ ਸਪਿਰਚੁਅਲ ਪ੍ਰੋਬਲਮ ਪੁੱਛੀ ਵੀ ਮੈਂ ਇੰਜ ਫਸ ਗਿਆ ਕਿਸੇ ਥਾਂ ਤੇ ਮੇਰੀ ਸੁਰਤ। ਗਜ਼ਾਲੀ ਜਿਹੜਾ ਜਿਹਨੂੰ ਕਿਹਾ ਜਾਂਦਾ ਆ ਵੀ ਪ੍ਰੂਫ ਆਫ ਦਾ ਇਸਲਾਮ, ਉਹ ਇਸਲਾਮ ਦਾ ਸਬੂਤ ਆ, ਕਿਉਂਕਿ ਜਿਹੜਾ ਸੀ ਜਦੋਂ ਮਤਲਬ ਕਿ ਗ੍ਰੀਕ ਫਿਲਾਸਫੀ ਜਿਹੜੀ ਹੈ ਇਹਨੂੰ ਟਰਾਂਸਲੇਟ ਕਰ ਦਿੱਤਾ ਗਿਆ ਸੀ ਅਰਬੀ ਭਾਸ਼ਾ ਦੇ ਵਿੱਚ, ਤੇ ਮੁਸਲਮਾਨਾਂ ਦਾ ਜਿਹੜਾ ਕ੍ਰੀਏਟਿਵ ਹਿੱਸਾ ਸੀ
ਉਹ ਵੀ ਗ੍ਰੀਕ ਫਿਲਾਸਫੀ ਦੇ ਪ੍ਰਭਾਵ ਥੱਲੇ ਆ ਕੇ ਕੁਰਾਨ ਨੂੰ ਇੰਟਰਪ੍ਰੈਟ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨੇ, ਤੇ ਸਿਰਫ ਜਿਹੜਾ ਸੀਗਾ ਆਪਣਾ ਗਜ਼ਾਲੀ, ਇਹਨੇ ਇਸ ਲੈਵਲ ਤੇ ਉਹਨਾਂ ਚੀਜ਼ਾਂ ਨੂੰ ਰਿਜੈਕਟ ਕੀਤਾ ਤੇ ਇਸਲਾਮ ਦੀ ਸਪਿਰਿਟ ਨੂੰ ਦੁਬਾਰਾ ਰਿਵਾਈਵ ਕਰਕੇ ਦਿਖਾ ਦਿੱਤਾ ਸੀਗਾ। ਉਹ ਗਜ਼ਾਲੀ ਨੇ ਉਹਨੂੰ ਚਿੱਠੀ ਲਿਖੀ, ਉਹ ਬੰਦੇ ਨੂੰ, ਨਵਾਬ ਨੂੰ, ਕਿ ਚਿੱਠੀ ਲਿਖਦਾ ਲਿਖਦਾ ਇੱਕ ਥਾਂ ਤੇ ਬੜੀ ਸੋਹਣੀ ਲਾਈਨ ਆ, ਮੈਂ ਆਮ ਹੀ ਵਰਤਦਾ, ਬੜੀ ਸੋਹਣੀ ਲਾਈਨ ਹੈ, ਕਹਿੰਦਾ ਇਸ ਤੋਂ ਅੱਗੇ ਦੱਸਣ ਦੀ ਇਜਾਜ਼ਤ ਨਹੀਂ। ਦੇਖੋ ਉਹਨੂੰ ਕਿਹੜੀ ਚੀਜ਼ ਨਾਲ ਢੱਕਿਆ ਹੋਇਆ ਕਿ ਰੂਹ ਦੀਆਂ ਕਈ ਇਹੋ ਜਿਹੀਆਂ ਗੱਲਾਂ ਆ ਜਿਹੜੀਆਂ ਜਾਗੇ ਹੋਏ ਬੰਦੇ ਆਮ ਸੁਰਤ ਨੂੰ ਨਹੀਂ ਦੱਸਦੇ, ਕਿਉਂਕਿ ਜੀਵਨ ਨੂੰ ਚਲਾਉਣ ਦੇ ਲਈ ਅਧੂਰੇ ਰਾਹ ਵੀ ਪ੍ਰਵਾਨ ਕੀਤੇ ਗਏ। ਜੀਵਨ ਇਕੱਲਾ ਥੌਟ ਦੇ ਨਾਲ ਨਹੀਂ ਚੱਲ ਸਕਦਾ, ਅਕਲ ਜਿਹੜੀ ਹੈ ਇਹ ਬੇਪਰਦਗੀ ਚਾਹੁੰਦੀ ਹੈ, ਅਕਲ ਜਿਹੜੀ ਹੈ ਰੈਪੀਟੀਸ਼ਨ ਨਹੀਂ ਬਰਦਾਸ਼ਤ ਕਰਦੀ, ਅਕਲ ਓਲਾ ਨਹੀਂ ਬਰਦਾਸ਼ਤ ਕਰਦੀ, ਤੇ ਪ੍ਰੇਮ ਜਿਹੜਾ ਆ ਇਹ ਪੈਦਾ ਹੀ ਇੱਕ ਸੀਕਰਟ ਕਿਸਮ ਦੀ ਪ੍ਰਾਈਵੇਸੀ ਦੇ ਵਿੱਚੋਂ ਦੀ ਹੁੰਦਾ, ਇੱਕ ਬੜੀ ਪਵਿੱਤਰ ਕਿਸਮ ਦੇ ਓਲੇ ਦੇ ਵਿੱਚੋਂ ਦੀ ਪੈਦਾ ਹੁੰਦਾ। ਇਸ ਕਰਕੇ ਇਹ ਰੈਪੀਟੀਸ਼ਨ ਬਰਦਾਸ਼ਤ ਕਰਦਾ, ਇਸ ਕਰਕੇ ਬਾਣੀ ਦੇ ਵਿੱਚ ਨਾਮ ਸਿਮਰਨ ਦਾ ਕਿੰਨਾ ਖੂਬਸੂਰਤ ਤਰਾਹ ਚੱਲਦਾ ਪਿਆ, ਜਿਵੇਂ ਤਾਰਿਆਂ ਦੀ ਜੰਝ ਹਰ ਰੋਜ਼ ਆਉਂਦੀ ਹੈ, ਹਰ ਰੋਜ਼ ਆਕਾਸ਼ ਚ ਗੇੜਾ ਦਿੰਦੀ ਹੈ, ਤਾਂ ਸਵੇਰੇ ਸਵੇਰੇ ਸੂਰਜ ਦਾ ਸੂਹਾ ਜਿਹਾ ਡੋਲਾ ਲੈ ਜਾਂਦੀ ਹੈ। ਇਹ ਜਿਹੜੀਆਂ ਚੀਜ਼ਾਂ ਆ ਇਹ ਕੋਸਮੋਸ ਦੇ ਵਿੱਚੋਂ ਦੀ ਤੁਸੀਂ ਆਪਣੀਆਂ ਯੋਜਨਾਵਾਂ ਬਣਾਓ, ਜਿਵੇਂ ਪੂਰਨ ਸਿੰਘ ਕਹਿੰਦਾ ਸਿੱਖ ਦੀ ਡਰੈਸ ਕੁਦਰਤ ਤੋਂ ਬਣੇਗੀ। ਜੇ ਤੁਸੀਂ ਆ ਜਿਹੜੇ ਫੈਸ਼ਨਾਂ ਦੇ ਮੁਕਾਬਲੇ ਚੱਲਦੇ ਆ, ਜੇ ਅਸੀਂ ਇਹਨਾਂ ਮੁਤਾਬਕ ਚੱਲੀਏ, ਇਹਨਾਂ ਪਿੱਛੇ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ, ਤੇ ਇਹਨਾਂ ਨੂੰ ਕੈਲਕੂਲੇਟ ਕਰਕੇ ਇਹਦੇ ਵਿੱਚੋਂ ਕੋਈ ਯੋਜਨਾ ਲੱਭੀਏ, ਇਹ ਯੋਜਨਾਵਾਂ ਸਾਨੂੰ ਕਿਸੇ ਸਿਰੇ ਦੇ ਉੱਤੇ ਜਿਹੜੀਆਂ ਨਹੀਂ ਲੈ ਕੇ ਜਾਣਗੀਆਂ। ਇਹ ਜਿਹੜਾ ਆ ਤੁਸੀਂ ਜੇ ਆਪਣਾ ਕੋਈ ਯੋਜਨਾ ਲੱਭਣੀ ਆ, ਕਿਉਂਕਿ ਅਸੀਂ ਸਧਾਰਨ ਬੰਦੇ ਹਾਂ, ਸਾਡੇ ਤੇ ਕੋਲ ਉਂਝ ਬੀਜ ਰੂਪ ਦੇ ਵਿੱਚ ਬਾਣੀ ਕਹਿੰਦੀ ਸਭ ਕੋਲ ਗਿਆਨ, ਧਰਤੀ ਤੇ ਜੇ ਇੱਕ ਵੀ ਬੱਚਾ ਪੈਦਾ ਹੋ ਰਿਹਾ ਆ ਤਾਂ ਇਹਦਾ ਮਤਲਬ ਆ ਧਰਤੀ ਨੂੰ ਉਹਦੀ ਲੋੜ ਆ, ਉਸ ਤੋਂ ਬਗੈਰ ਰੱਬ ਦਾ ਨਿਜ਼ਾਮ ਜਿਹੜਾ ਆ ਇਹ ਪੂਰਾ ਚੱਲ ਨਹੀਂ ਸਕਦਾ। ਇਸ ਕਰਕੇ ਉਹ ਜਿਹੜਾ ਬੱਚਾ ਧਰਤੀ ਦੇ ਉੱਤੇ ਆਪਣਾ ਰੰਗ ਲੈ ਕੇ ਆ ਰਿਹਾ ਆ। ਇਹ ਖਾਲਸਾ ਪੰਥ ਦੇ ਵਿੱਚ ਜਿੰਨੀ ਵਰਾਇਟੀ ਆ, ਜਿੰਨੀ ਕਿਸਮ ਦੀ ਮਾਇੰਡ ਦੀਆਂ ਵੱਖਰੀਆਂ ਵੱਖਰੀਆਂ ਹਾਲਤਾਂ ਆ, ਹਰ ਇੱਕ ਬੰਦੇ ਦੀ ਆਪਣੇ ਆਪਣੇ ਐਂਗਲਸ ਹੁੰਦੇ ਆ, ਆਪਣੇ ਆਪਣੇ ਨਜ਼ਰੀਏ ਹੁੰਦੇ ਆ, ਪਰ ਉਹਦੀ ਫੇਥ ਦੀ ਦਿਸ਼ਾ ਇੱਕ ਹੁੰਦੀ। ਜਿਵੇਂ ਕੈਨੇਡਾ 'ਚ ਜਿਹੜਾ ਸਿੱਖ ਪੜ੍ਹ ਰਿਹਾ ਉਹਦੇ ਹੋ ਸਕਦਾ ਮਾਇੰਡ ਦੀਆਂ ਕਈ ਹਾਲਤਾਂ ਡਿਫਰੈਂਟ ਹੋਣ, ਉਹਦੇ ਫਿਜ਼ੀਕਲ ਚੀਜ਼ਾਂ ਨੂੰ ਕਈ ਰਿਸਪੋਂਸ ਵੱਖਰੇ ਹੋਣ, ਪਰ ਫਿਜ਼ੀਕਲ ਚੀਜ਼ਾਂ ਦੇ ਰਿਸਪੋਂਸ ਜਦੋਂ ਹੁਸਨ ਦੇ ਰਾਹੀਂ ਤੇ ਸੰਗੀਤ ਦੇ ਰਾਹੀਂ ਇੱਕ ਐਸੀ ਸਿਖਰ ਤੇ ਪਹੁੰਚ ਕੇ ਅਰਦਾਸ ਬਣਦੇ ਆ, ਉੱਥੋਂ ਦੀ ਗੁਰੂ ਨਾਨਕ ਦਾ ਫੇਥ ਉਹਨੂੰ ਕੀ ਦਿੰਦਾ। ਇਸੇ ਤਰ੍ਹਾਂ ਹੀ ਵਰਾਇਟੀ ਜਿਹੜੀ ਹੈ ਇਹਨੂੰ ਇਕੱਠਾ ਕੀਤਾ ਜਾਊਗਾ, ਜਿਵੇਂ ਗੁਲਦਸਤੇ ਦੇ ਵਿੱਚ ਅਸੀਂ ਫੁੱਲ ਜੜਵੀਆਂ ਥੱਲੋਂ ਦੀ ਡਾਹਣੀਆਂ ਬੰਨ ਕੇ ਉੱਪਰੋਂ ਵੱਖਰੇ ਵੱਖਰੇ ਹੁੰਦੇ, ਇੰਝ ਖਾਲਸਾ ਜਿਹੜਾ ਆ ਇਹਦੀਆਂ ਮਾਇੰਡ ਦੀਆਂ ਹਾਲਤਾਂ ਜਿੰਨੀਆਂ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ, ਕਿਉਂਕਿ ਗੁਰੂ ਨੇ ਸਾਰਾ ਜਗ ਆਪਣੇ ਕਲਾਵੇ 'ਚ ਲਿਆ ਹੋਇਆ। ਗੁਰੂ ਨੇ ਮਨਮੁਖ ਤੋਂ ਲੈ ਕੇ ਗੁਰਮੁਖ ਤੱਕ ਦੀ ਸੁਰਤ ਨੂੰ, ਉਹਦੇ ਜਿੰਨੇ ਵੀ ਪੜਾਅ ਬਣਦੇ ਆ, ਜਿੰਨੀਆਂ ਵੀ ਦਿਸ਼ਾਵਾਂ ਬਣਦੀਆਂ, ਉਹਨੂੰ ਆਪਣੇ ਬੁੱਕਲ ਦੇ ਵਿੱਚ ਲਿਆ ਹੋਇਆ, ਤੇ ਅਸੀਂ ਆਪਣੇ ਜੀਵਨ ਦੇ ਰਾਹੀਂ ਆਪਣੀ ਮਾਇੰਡ ਦੀਆਂ ਵੱਖਰੀਆਂ ਵੱਖਰੀਆਂ ਹਾਲਤਾਂ ਰਾਹੀਂ ਗੁਰੂ ਨੂੰ ਸਿੱਜਦਾ ਕਰਕੇ ਗੁਰੂ ਦਾ ਕੋਈ ਰੰਗ ਤਲਾਸ਼ ਕਰ ਰਹੇ ਹੁੰਦੇ ਹਾਂ, ਤੇ ਉਹ ਰੰਗ ਸਾਡੇ ਰਾਹੀਂ ਧਰਤੀ ਤੇ ਮੈਨੀਫੈਸਟ ਹੋਏ। ਇਸ ਕਰਕੇ ਇਹਦੇ ਕੋਈ ਬੰਨੇ ਹੋਏ ਮਾਪਦੰਡ ਨਹੀਂ ਹੈਗੇ ਕਿ ਇਸ ਤਰ੍ਹਾਂ ਕਰ ਲਓ। ਕਈ ਵਾਰੀ ਅਸੀਂ ਡਰਾਂ ਦੇ ਵਿੱਚੋਂ ਦੀ ਕੌਮਾਂ ਇਹੋ ਜਿਹੇ ਫਾਰਮੂਲੇ ਬਣਾ ਲੈਂਦੀਆਂ ਆ ਤੇ ਬਣਾਉਂਦੀਆਂ ਰਹਿਣਗੀਆਂ, ਪਰ ਉਹ ਫਾਰਮੂਲੇ ਫਾਈਨਲ ਕਦੀ ਵੀ ਨਹੀਂ ਹੋਣਗੇ, ਉਹ ਤੁਹਾਡੀ ਪ੍ਰੇਅਰ ਦੇ ਨਾਲ ਨਹੀਂ ਸਫ਼ਰ ਕਰਨਗੇ। ਇਸ ਕਰਕੇ ਇਹ ਕੋਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਤੁਸੀਂ ਇੰਝ ਦਾ ਫਾਰਮੂਲਾ ਬਣਾ ਲਓ, ਕਿਉਂਕਿ ਮੈਂ ਇੱਕ ਤਾਂ ਅਧੂਰਾ ਜਿਹਾ ਬੰਦਾ, ਇਹਦੇ ਲਈ ਕੋਈ ਬਹੁਤ ਬੜੀ ਬੰਦਾ ਚਾਹੀਦਾ ਆ, ਪਰ ਆਪਾਂ ਇਹਨਾਂ ਇਸ਼ਾਰਿਆਂ ਨੂੰ ਮਹਿਸੂਸ ਕਰ ਸਕਦੇ ਹਾਂ, ਉਹ ਆਪਣੇ ਆਪ ਹੀ ਪ੍ਰਗਟ ਹੋਣਗੇ। ਜਦੋਂ ਦਰਿਆ ਜਿਹੜਾ ਆ ਇਹਦਾ ਪਾਣੀ ਜਿਹੜਾ ਆ ਜ਼ਿਆਦਾ ਡੂੰਘਾ ਹੁੰਦਾ ਹੈ, ਉੱਪਰੋਂ ਸ਼ਾਂਤ ਹੋ ਜਾਂਦਾ ਹੈ। ਜਦੋਂ ਦਰਿਆ ਜਿਹੜਾ ਆ ਇਹਦਾ ਪਾਣੀ ਜ਼ਿਆਦਾ ਗਹਿਰਾ ਨਾ ਹੋਵੇ, ਥੱਲੇ ਵੱਡੇ ਹੋਣ, ਇਹਦੇ ਤੇ ਇੱਕ ਰਿਵੀ ਜੀ ਪੈਣੀ ਸ਼ੁਰੂ ਹੋ ਜਾਂਦੀ ਹੈ ਉੱਪਰ। ਇਹ ਵੱਖਰੇ ਵੱਖਰੇ ਅੰਦਾਜ਼ 'ਚ ਤੁਰਦਾ ਦਰਿਆ, ਪਰ ਫਿਰ ਵੀ ਇਹਦਾ ਜਿੱਥੋਂ ਮਰਜ਼ੀ ਹੱਥ ਲਾਓ ਇਹਦਾ ਪਾਣੀ ਹੱਥ ਨੂੰ ਕਿੱਦਾਂ ਕਰਦਾ ਆ, ਇਹਦਾ ਪਾਣੀ ਉਹੀ ਹੁੰਦਾ। ਇਸ ਕਰਕੇ ਕੋਈ ਇਹਦਾ ਫਾਰਮੂਲਾ ਨਹੀਂ ਬਣਾਇਆ ਜਾ ਸਕਦਾ ਵੀ ਸਿੱਖ ਪੰਥ ਕਿਸ ਤਰ੍ਹਾਂ ਚੱਲੇ, ਕਿਸ ਤਰ੍ਹਾਂ ਕਰੇ। ਸਿੱਖ ਪੰਥ ਗੁਰੂ ਦੇ ਜਲਾਲ 'ਚ ਧਰਤੀ 'ਤੇ ਚੱਲੇ ਤੇ ਜੋ ਮਰਜ਼ੀ ਕਰੇ, ਉਹ ਜਲਾਲ ਦਾ ਸੱਚੇ ਹੋਣਾ ਸਿੱਖ ਨੂੰ ਪਤਾ ਹੋਣਾ ਚਾਹੀਦਾ। ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ 3 ਕਾਲ ਦੇ ਉੱਤੇ ਫਤਿਹ ਹਾਸਲ ਕਰ ਚੁੱਕੇ ਆ, ਤੇ ਟਾਈਮ ਦੇ ਆਉਣ ਵਾਲੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਨੇ, ਅਜੇ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਸਾਖੀਆਂ ਦੁੱਖੀਆਂ ਪਈਆਂ ਆ ਜਿਹੜੀਆਂ ਸਮੇਂ ਦੇ ਆ ਕੇ ਪ੍ਰਗਟ ਕਰਨੀਆਂ ਆ, ਤੇ ਉਹ ਸਮਾਂ ਜਿਹੜਾ ਤਾਂ ਪ੍ਰਗਟ ਕਰੋ ਜੇ ਸਿੱਖ ਦੀ ਧੜਕਣ ਜਿਹੜੀ ਹੈ ਇਹ ਗੁਰੂ ਦਾ ਰੱਬ ਠੀਕ ਪੈ ਜਾਵੇ। ਸਿੱਖੀ ਦਿਮਾਗ ਨਾਲ ਫੈਸਲੇ ਨਹੀਂ ਕਰਦੀ, ਸਿੱਖੀ ਦਿਲ ਦੇ ਢੱਬ ਨਾਲ ਚੀਜ਼ਾਂ ਨੂੰ ਪਛਾਣਦੀ। ਇਸ ਕਰਕੇ ਆਪਾਂ ਬਹੁਤੇ ਬੰਦੇ ਪੜ੍ਹਨ ਲਿਖਣ ਕੇ ਲੱਗ ਪਏ ਆ, ਇਹ ਪੜ੍ਹਾਈਆਂ ਲਿਖਾਈਆਂ ਕੌਮਾਂ ਨੂੰ ਮਾਰਦੀਆਂ ਆ, ਕਿਉਂਕਿ ਜਦੋਂ ਅਬਾਸੀ ਖਲੀਫਿਆਂ ਨੇ
ਸਾਰੇ ਵਰਲਡ ਦੇ ਲਿਟਰੇਚਰ ਨੂੰ ਟ੍ਰਾਂਸਲੇਟ ਕਰ ਲਿਆ, ਉਹਦੇ ਚ ਇੱਕ ਧਿਰ ਪੈਦਾ ਹੋ ਗਈ, ਮੁਤਜ਼ਿਲਾ ਨੂੰ ਕਹਿੰਦੇ ਆ। ਮੁਤਜ਼ਿਲਾ ਕਰਕੇ ਨੇ ਥੋੜ ਹੀ ਥੋੜ ਪ੍ਰਚਾਰ ਦਿੱਤੀ, ਉਸ ਥੋਟ ਦੇ ਬਗਾਵਤ ਦੇ ਵਿੱਚੋਂ ਸੂਫੀ ਪੈਦਾ ਹੋਏ। ਤੁਸੀਂ ਦੇਖੋ ਜਿਹੜਾ ਸੂਫੀ ਹੈ ਇਹ ਰੂਹ ਦੀਆਂ ਹਾਲਤਾਂ ਨੂੰ ਜ਼ਿਆਦਾ ਮੈਨੀਫੈਸਟ ਕਰਦਾ ਹੈ, ਸਾਡਾ ਸਿੰਘ ਮੈਨੀਫੈਸਟ ਨਹੀਂ ਕਰਦਾ। ਭਾਈ ਤਾਰੂ ਸਿੰਘ ਚੋਂ ਕੀ ਕੱਢ ਲਓਗੇ, ਕੱਢੋਗੇ ਫਿਲੋਸਫੀ ਦੀ ਡਿਮੈਂਸ਼ਨ ਨਿਕਲਦੀ ਨਹੀਂ। ਭਾਈ ਤਾਰੂ ਸਿੰਘ ਦੇ ਬਸ ਇਹੀ ਨਿਕਲਦਾ ਹੈ ਕਿ ਗੁਰੂ ਦੇ ਸਿੱਖ ਨੇ ਕਾਲ ਨੂੰ ਫਤਿਹ ਕੇ ਨਹੀਂ ਕੀਤਾ ਹੋਇਆ, ਸਿੱਖ ਸਿਖਰ ਦਾ ਫਲ ਪੀਸੀਆ ਬੇਰਸ। ਇਸ ਕਰਕੇ ਇਹ ਸੁਰਤ ਦੀਆਂ ਬਹੁਤੀਆਂ ਪੜਾਵਾਂ ਨੂੰ ਹੱਲ ਨਹੀਂ ਕਰਦਾ, ਇਹ ਤਾਂ ਉਪਰਲੀਆਂ ਹਵਾਵਾਂ ਦੇ ਪੱਕੇ ਲੈਂਦਾ। ਇਸ ਕਰਕੇ ਇਹ ਬੜੀਆਂ ਸਾਡੇ ਚ ਅਜੀਬ ਚੀਜ਼ਾਂ ਹੈ। ਜਿਵੇਂ ਮੈਂ ਗੱਲ ਦੱਸਦਾ ਸੀ, ਜ਼ੈਨ ਬੁੱਧਿਸਟ ਜਿਹੜੇ ਹੈ ਇਹ ਅਕਲ ਦੀ ਟੇਢ ਦੇ ਨਾਲ ਟ੍ਰਾਂਸੈਂਡੈਂਸ ਦਿੰਦੇ, ਜੋਗੀ ਹੱਠ ਦੇ ਨਾਲ ਕਿਸੇ ਸਰੀਰ ਤੋਂ ਟ੍ਰਾਂਸੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਿਸੇ ਜੋਗੀ ਨੇ ਨਹੁੰ ਵਧਾ ਲਿਆ, ਕਿਸੇ ਨੇ ਬਾਂਹ ਉੱਪਰ ਡੰਗ ਲਈ, ਕੋਈ ਅੱਗ 'ਚ ਬਹਿ ਲਿਆ ਵੀ ਦੇਖੋ ਮੈਨੂੰ ਅੱਗ ਨਹੀਂ ਲੱਗਦੀ ਮੈਂ ਸਰੀਰ ਜਿੱਤ ਲਿਆ। ਇਹ ਸਾਰੇ ਐਂ ਜਿੱਤਣ ਦੀ ਕੋਸ਼ਿਸ਼ ਕਰਦੇ ਆ, ਸਿੱਖ ਤੱਕ ਵੀ ਨਹੀਂ ਕਰਦਾ। ਸਿੱਖ ਤੋਂ ਪਤਾ ਹੀ ਨਹੀਂ ਲੱਗਦਾ ਸਿੱਖ ਸੰਤ ਦਾ ਤੇ ਕਿਰਤੀ ਬੰਦੇ ਦਾ ਕੋਈ ਫਰਕ ਨਹੀਂ ਹੈ, ਪਤਾ ਨਹੀਂ ਲੱਗਦੇ। ਅਜਿਹੇ ਸਾਡੇ ਸੰਤ ਚੱਲੇ, ਪ੍ਰੋਫੈਸਰ ਸਾਹਿਬ ਬੜਾ ਸੋਹਣਾ ਇਹਨਾਂ ਬਾਰੇ ਦੱਸ ਗਏ ਵੀ ਸੰਤ ਕੀ ਕਰਦੇ। ਇਸ ਕਰਕੇ ਜਿਹੜਾ ਮੇਰੇ ਨਗਰ ਦੇ ਵਿੱਚ ਇਹ ਯੋਜਨਾਵਾਂ ਜਾਂ ਦਿਸ਼ਾ, ਇਹ ਗੁਰੂ ਦਾ ਇੱਕ ਜਲਾਲ ਆ ਜਿਹਦੇ ਚ ਧਰਤੀਆਂ ਪੈਦਾ ਹੋਈਆਂ। ਕਿਉਂਕਿ ਤੁਸੀਂ ਭਾਈ ਨੰਦ ਲਾਲ ਗੋਆ ਪੜ੍ਹੋ, ਇਹ ਤਿੰਨ ਚੀਜ਼ਾਂ ਦੇ ਵਿੱਚ ਜੇ ਮੋਟਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹਾਂ ਵੀ ਸਾਡਾ ਦਿਸ਼ਾ ਕੀ ਹੋਵੇ। ਭਾਈ ਨੰਦ ਲਾਲ ਗੋਆ ਚ ਇੱਕ ਸ਼ੇਰ ਆਉਂਦਾ, ਅਜ ਪੇਸ਼ੀਨੀਆਂ ਬੇਸ਼ਤਰ ਆਮਦਾ, ਗੁਰੂ ਨਾਨਕ ਸਾਹਿਬ ਆਪਣੇ ਤੋਂ ਪਹਿਲਾਂ ਹੋ ਚੁੱਕੇ ਪੈਗੰਬਰਾਂ ਤੋਂ ਪਹਿਲਾਂ ਮੌਜੂਦ ਹਨ। ਇਹ ਦੇਖੋ ਕਿੰਜ ਦੀਆਂ ਗੱਲਾਂ, ਜਾਂ ਇਹਨੂੰ ਆਦਿ ਪੁਰਖ ਕਿਹਾ ਗਿਆ ਗੁਰੂ ਨਾਨਕ ਸਾਹਿਬ ਨੂੰ। ਇਹ ਪਹਿਲਾਂ ਦਾ ਪੁਰਖ ਜਿਹੜਾ ਪਹਿਲਾਂ ਮੈਂ ਪੈਦਾ ਹੋ ਚੁੱਕਿਆ, ਜਦੋਂ ਅਜੇ ਧਰਤੀਆਂ ਵੀ ਨਹੀਂ ਬਣੀਆਂ ਉਦੋਂ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਲਾਗੇ ਮੌਜੂਦ ਹਨ। ਕਿਉਂਕਿ ਇਹ ਪਰਫੈਕਸ਼ਨ ਦਾ ਸਰਕਲ ਹੈ, ਗੁਰੂ ਨਾਨਕ ਸਾਹਿਬ ਬੋਡੀ ਨਹੀਂ ਹੈ, ਗੁਰੂ ਸਾਹਿਬ ਬੋਡੀ ਹੁੰਦੇ ਹੋਏ ਵੀ ਦੇਹ ਰੂਪ ਹੁੰਦੇ ਹੋਏ ਵੀ ਇਹ ਸ਼ਬਦ ਰੂਪ ਹੁੰਦੇ ਆ। ਇਸੇ ਕਰਕੇ ਗੁਰੂ ਦੀਆਂ ਸਾਖੀਆਂ ਸ਼ਬਦ ਰੂਪ ਆ, ਜਿਹੜੀ ਕਿ ਸਾਡੀ ਮਾਨਸਿਕਤਾ ਦੀ ਨੇੜਤਾ ਦੇ ਵਿੱਚ ਸ਼ਬਦ ਨੂੰ ਪ੍ਰਗਟ ਕੀਤਾ ਗਿਆ ਹੈ। ਕਿਉਂਕਿ ਮਨੁੱਖੀ ਜਿਹੜੀ ਹਾਲਤ ਇੰਜ ਹੈ, ਸਧਾਰਨ ਬੁੱਧੀ ਦੀ ਹਾਲਤ ਇੰਜ ਹੈ ਕਿ ਇਹਨੂੰ ਸਥੂਲ ਚੀਜ਼ਾਂ ਜ਼ਿਆਦਾ ਸਮਝ ਆਉਂਦੀਆਂ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਦੇਹ ਰੂਪ ਜਿਹੜਾ ਹੈ ਸਾਡੀ ਸੁਰਤ ਦੇ ਲਾਗੇ ਆ ਕੇ ਸ਼ਬਦ ਨੂੰ ਮੈਨੀਫੈਸਟ ਕਰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਵੀ ਸ਼ਬਦ ਹਨ, ਦੇਹ ਰੂਪ 'ਚ ਵੀ ਸ਼ਬਦ ਹਨ। ਪਰ ਜਦੋਂ ਧਰਤੀਆਂ ਨਹੀਂ ਬਣੀਆਂ, ਅਜੇ ਧਰਮ ਦੀ ਖੇਡ ਹੀ ਨਹੀਂ ਸ਼ੁਰੂ ਹੋਈ, ਗੁਰੂ ਨਾਨਕ ਸਾਹਿਬ ਭਾਈ ਨੰਦ ਲਾਲ ਗੋਆ ਕਹਿੰਦੇ ਹਨ ਕਿ ਉਸ ਵੇਲੇ ਵੀ ਇਹ ਐਗਜ਼ਿਸਟ ਕਰਦੇ ਆ, ਇਹਨਾਂ ਦਾ ਜਲਾਲ ਉਸ ਵੇਲੇ ਵੀ ਮੌਜੂਦ ਆ। ਕਿਉਂਕਿ ਪਰਫੈਕਸ਼ਨ ਪਹਿਲਾਂ ਬਣਦੀ ਹੈ, ਅਧੂਰਾਪਣ ਬਾਅਦ 'ਚ ਆਉਂਦਾ ਹੈ। ਹਰ ਇੱਕ ਜਿਹੜਾ ਖਿਆਲ, ਜਿਵੇਂ ਬੱਚਾ ਜੰਮਦਾ ਕਿੰਨਾ ਪਿਓਰ ਹੁੰਦਾ, ਪਰ ਜਿਉਂ ਜਿਉਂ ਵੱਧਦਾ ਉਹ ਸਾਡੇ ਵਰਗਾ ਹੋ ਜਾਂਦਾ, ਰੱਬ ਨੂੰ ਵੀ ਸ਼ਰਮ ਆਉਂਦੀ ਹੈ। ਟੈਗੋਰ ਸਾਹਿਬ ਕਹਿੰਦੇ ਜਦੋਂ ਜਦੋਂ ਧਰਤੀ 'ਤੇ ਬੱਚਾ ਆਉਂਦਾ ਇਹਦਾ ਮਤਲਬ ਆ ਕਿ ਰੱਬ ਨੇ ਬੰਦੇ ਤੋਂ ਉਮੀਦ ਨਹੀਂ ਛੱਡੀ। ਇਹ ਕਿੰਨਾ ਸੋਹਣਾ ਕਹਿੰਦੇ ਦੇਖੋ ਕਿ ਇਹ ਫਿਰ ਮੁੜੂਗਾ ਜਿਹੜੇ ਕੰਮ ਲਈ ਇਹਨੂੰ ਭੇਜਿਆ, ਆਹ ਤਾਂ ਨਹੀਂ ਜਾ ਸਕੀ ਜਨਰੇਸ਼ਨ, ਇਹ ਨਵਾਂ ਬੱਚਾ ਜਾਊ। ਇਸ ਕਰਕੇ ਜਿਹੜਾ ਬੱਚਾ ਹੈ ਇਹ ਪਰਫੈਕਸ਼ਨ 'ਚ ਜੰਮਦਾ ਹੈ, ਬੱਚਾ ਅਧੂਰੇਪਣ 'ਚ ਨਹੀਂ ਜੰਮਦਾ। ਇੰਝ ਜਿਹੜਾ ਰਿਲੀਜੀਅਨ ਜਦੋਂ ਜੰਮਿਆ, ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਹੈ ਪਹਿਲਾਂ ਮੌਜੂਦ ਹੈ, ਉਹ ਪਰਫੈਕਸ਼ਨ ਦੇ ਵਿੱਚ ਮੌਜੂਦ ਹੈ। ਇਸੇ ਕਰਕੇ ਭਾਈ ਨੰਦ ਲਾਲ ਗੋਆ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਜਿਹੜੇ ਦੋਵੇਂ ਨੰਨੇ ਆ ਇਹ ਨਿਆਮਤ ਕਰਨ ਵਾਲੇ ਆ, ਇਹ ਬਖਸ਼ਿਸ਼ ਕਰਨ ਵਾਲੇ ਆ, ਤੇ ਜਿਹੜਾ ਕੰਨਾ ਆ ਵਿੱਚ ਇਹ ਅਕਾਲ ਪੁਰਖ ਦਾ ਰੂਪ ਆ, ਤੇ ਜਿਹੜਾ ਕੱਕਾ ਆ ਇਹ ਇਹਨਾਂ ਦੇ ਆਖਰੀ ਪੈਗੰਬਰ ਹੋਣ ਦਾ ਸੂਚਕ ਹੈ। ਗੁਰੂ ਨਾਨਕ ਸਾਹਿਬ ਪਹਿਲਾਂ ਮੌਜੂਦ ਆ, ਨਾਲ ਹੀ ਭਾਈ ਨੰਦ ਲਾਲ ਗੋਆ ਕਹਿੰਦੇ ਆਖਰ 'ਚ ਵੀ ਇਹੀ ਮੌਜੂਦ ਆ। ਇਸ ਕਰਕੇ ਖਾਲਸਾ ਜੀ, ਉਹ ਤੁਹਾਡੀ ਦਿਸ਼ਾ ਜਿਹੜੀ ਹੈ ਧਰਤੀਆਂ ਦੀ, ਧਰਤੀਆਂ ਨੇ ਜਿਹੜੇ ਰਿਲੀਜਨ ਪੈਦਾ ਕੀਤੇ ਇਹ ਗੁਰੂ ਨਾਨਕ ਦੀ ਤਲਾਸ਼ ਦੇ ਵਿੱਚ ਪੈਦਾ ਕੀਤੇ। ਤੁਸੀਂ ਸੰਸਾਰ ਦੇ ਧਰਮਾਂ 'ਚੋਂ ਇੱਕ ਧਰਮ ਨਹੀਂ ਹੋ, ਤੁਸੀਂ ਸੰਸਾਰ ਦੇ ਧਰਮਾਂ ਨੂੰ ਆਪਣੇ 'ਚ ਸਫ਼ਰ ਕਰਾਉਣ ਵਾਲੇ ਹੋ। ਖਾਲਸੇ ਦੀ ਸੁਰਤ ਦਾ ਘੇਰਾ ਐਡਾ ਆ, ਇਹ ਆਦਿ ਤੋਂ ਅੰਤ ਤੱਕ ਫੈਲਿਆ ਹੋਇਆ, ਤੇ ਇਹਦੇ ਨਾਲ ਦਸਵੇਂ ਪਾਤਸ਼ਾਹ ਨੇ ਇੱਕ ਹੋਰ ਬਖਸ਼ਿਸ਼ ਕੀਤੀ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਧਰਤੀਆਂ ਦੇ ਜੰਮਣ ਤੋਂ ਗੁਰੂ ਨਾਨਕ ਸਾਹਿਬ, ਧਰਤੀਆਂ ਦੇ ਦੇਹ ਰੂਪ 'ਚ ਪੈਗੰਬਰਾਂ ਨੂੰ ਪੈਦਾ ਕਰਨ 'ਚੋਂ ਗੁਰੂ ਨਾਨਕ ਸਾਹਿਬ ਆਖਰੀ ਪੈਗੰਬਰ, ਤੇ ਉਸ ਤੋਂ ਬਾਅਦ ਖਾਲਸਾ ਗੁਰੂ ਬਣ ਗਿਆ, ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਧਰਤੀ ਦੇ ਆਖਰੀ ਵੇਲੇ ਤੱਕ ਖਾਲਸੇ ਨੂੰ ਰਾਜ ਦੀ ਬਖਸ਼ਿਸ਼ ਹੋਏਗੀ। ਇਸ ਕਰਕੇ ਮੇਰੇ ਖਿਆਲ 'ਚ ਤੁਹਾਡੀ ਦਿਸ਼ਾ ਇਹ ਹੈ। ਇਹਦੇ ਵਿੱਚ ਵਰਲਡ ਦੀ ਹਿਸਟਰੀ ਨੂੰ ਇੰਟਰਪ੍ਰੈਟ ਕਰਕੇ ਦਿਖਾਓ ਜੇ ਕੋਈ ਯੋਜਨਾ ਬਣਾਉਣੀ ਹੈ। ਇਹਦੇ ਵਿੱਚ ਵਰਲਡ ਦੇ ਰਿਲੀਜੀਅਨਸ ਨੂੰ ਟਰੈਵਲ ਕਰਦਾ ਦਿਖਾਓ ਕਿ ਕਿਸ ਤਰ੍ਹਾਂ ਧਰਤੀ ਨੇ ਗੁਰੂ ਨਾਨਕ ਸਾਹਿਬ ਦੀ ਉਡੀਕ ਕੀਤੀ, ਤੇ ਕਿਸ ਤਰ੍ਹਾਂ ਕਦੀ ਮੁਹੰਮਦ ਦੇ ਰੂਪ ਦੇ ਵਿੱਚ ਗੁਰੂ ਨਾਨਕ ਦਾ ਜਲਵਾ ਪ੍ਰਗਟ ਹੋਇਆ ਜਿਹੜਾ ਕੰਪਲੀਟ ਨਾ ਹੋ ਸਕਿਆ, ਕਿਸ ਤਰ੍ਹਾਂ ਧਰਤੀ ਦੇ ਜੋਗੀਆਂ ਨੇ ਉਹਨਾਂ ਦਾ ਧਿਆਨ ਕੀਤਾ। ਕਿਉਂਕਿ ਇਹਨੂੰ ਨਾਨਕ ਲਫ਼ਜ਼ ਨੂੰ ਬੰਦਿਆਂ ਵਾਂਗੂ ਨਾ ਲਵੋ, ਜੋਗੀ ਜਦੋਂ ਧਿਆਨ ਕਰਦਾ ਹੈ,
ਜਦੋਂ ਉਹਦਾ ਪਿਓਰ ਪੈਸ਼ਨ ਜਾਗਦਾ ਕਿ ਕਿਸੇ ਸਰੀਰ ਤੋਂ ਬਾਹਰੀ ਚੀਜ਼ ਦੀ ਤਲਾਸ਼ ਕਰਾਂ, ਉਹ ਸਰੀਰ ਤੋਂ ਬਾਹਰੀ ਚੀਜ਼ ਦਾ ਜਿਹੜਾ ਕੰਪਲੀਟ ਰੂਪ ਆ ਉਹ ਗੁਰੂ ਨਾਨਕ ਦਾ, ਜੋਗੀ ਨੂੰ ਪੂਰਾ ਨਹੀਂ ਮਿਲ ਸਕਿਆ, ਇਹ ਜੋਗੀ ਦੀ ਆਪਣੀ ਗੱਲ ਹੈ। ਜੇ ਉਹ ਮੁਹੰਮਦ ਦੇ ਰੂਪ ਚ ਪੂਰਾ ਨਹੀਂ ਪ੍ਰਗਟ ਹੋ ਸਕਿਆ, ਇਸੇ ਕਰਕੇ ਤੁਸੀਂ ਦੇਖੋ ਭੱਟਾਂ ਦੇ ਸਵਈਏ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆ ਕਿ ਤੁਸੀਂ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦੇ ਤੌਰ ਤੇ ਆਏ, ਤੁਸੀਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਦੇ ਰੂਪ ਚ ਆਏ, ਭੱਟਾਂ ਦੇ ਸਵਈਏ ਕਹਿੰਦੇ ਆ। ਉਹ ਇਸੇ ਕਰਕੇ ਕਹਿੰਦੇ ਆ ਕਿਉਂਕਿ ਰਾਮ ਚੰਦਰ ਜੀ ਦਾ, ਰਾਮ ਚੰਦਰ ਜੀ ਨਹੀਂ ਇੱਥੇ ਮਤਲਬ, ਇੱਥੇ ਮਤਲਬ ਆ ਜਿਹੜੀ ਇਨੋਸੈਂਸ, ਬੰਦਗੀ ਦੀ ਜਿਹੜੀ ਇਨੋਸੈਂਸ ਆ, ਮਾਸੂਮੀ ਹੈ ਜਿਹੜੀ, ਜਾਂ ਬੰਦੇ ਦੀ ਤਲਾਸ਼ ਦੇ ਜਿਹੜੇ ਸੁੱਚੇ ਹਿੱਸੇ ਆ, ਉਹਨਾਂ ਨੇ ਰਾਮ ਚੰਦਰ ਜੀ ਦੇ ਵਿੱਚੋਂ ਦੀ ਗੁਰੂ ਨਾਨਕ ਦੇ ਕੁਝ ਅੰਸ਼ ਪ੍ਰਾਪਤ ਕੀਤੇ। ਗੁਰੂ ਨਾਨਕ ਤੋਂ ਬਗੈਰ ਧਰਤੀ ਨੇ ਸਾਹ ਇੱਕ ਵੀ ਨਹੀਂ ਲਿਆ, ਭਾਵੇਂ ਤੁਸੀਂ, ਭਾਵੇਂ ਗੁਰੂ ਨਾਨਕ ਸਾਹਿਬ ਉਦੋਂ ਹੈਗੇ ਆ, ਭਾਵੇਂ ਧਰਤੀ ਨੂੰ ਉਹਦਾ ਨਾਮ ਪਤਾ, ਭਾਵੇਂ ਨਹੀਂ ਪਤਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ, ਜਿੰਨਾ ਚਿਰ ਤੁਹਾਡੇ ਅਹਿਸਾਸ ਦੇ ਅੰਦਰ ਧਰਤੀ ਦਾ ਪੂਰਾ ਦੁੱਖ ਨਹੀਂ ਹੁੰਦਾ, ਧਰਤੀ ਦੇ ਪੂਰੇ ਕ੍ਰੀਏਟਿਵ ਹਿੱਸੇ ਨਹੀਂ ਚੱਲਦੇ, ਤੁਹਾਡੀਆਂ ਯੋਜਨਾਵਾਂ ਜਿਵੇਂ ਗੰਜੇ ਦੇ ਨਹੂੰ ਆ ਜਾਣ, ਬਸ ਉਹ ਜਿਉਂ ਜਿਉਂ ਖੁਰਕਦਾ ਤਿਉਂ ਤੋਂ ਆਪਣਾ ਸਿਰ ਜਿਹੜਾ ਜ਼ਖਮੀ ਕਰਦਾ, ਉਹ ਬਸ ਜ਼ਖਮ ਕੇ ਭਰਨੇ ਤਿਲਕ ਨਾਖੁਨ ਨਾ ਬੜਾਏਂਗੇ ਕਿਆ, ਗੁਰੂ ਸਾਹਿਬ ਕਹਿੰਦੇ। ਇਹ ਜਿਹੜੀਆਂ ਚੀਜ਼ਾਂ ਆ, ਜਿਵੇਂ ਭਾਈ ਉਹਨਾਂ ਨੇ ਮੌਲਾਨਾ ਰੂਮੀ ਸਾਹਿਬ ਨੇ ਕਿਹਾ, ਉਹਨਾਂ ਨੇ ਥੋੜ੍ਹੇ ਹੋਰ ਹੀ ਤਰ੍ਹਾਂ ਕਿਹਾ ਆ, ਉਹਨਾਂ ਨੇ ਬੜੇ ਸੋਹਣੀਆਂ ਕਈ ਗੱਲਾਂ ਕਹੀਆਂ, ਸਾਨੂੰ ਉਹ ਵੀ ਪੜ੍ਹਨੀਆਂ ਚਾਹੀਦੀਆਂ। ਸਾਨੂੰ ਇਸਲਾਮ ਦਾ ਕ੍ਰੀਏਟਿਵ ਐਕਸਪੀਰੀਅੰਸ ਵੀ ਪੜ੍ਹਨਾ ਚਾਹੀਦਾ ਹੈ, ਕ੍ਰਿਸਚੀਅਨਿਟੀ ਦਾ ਵੀ ਪੜ੍ਹਨਾ ਚਾਹੀਦਾ। ਜਿਵੇਂ ਤੁਸੀਂ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਚੋਂ ਆਏ ਹੋ, ਤੁਹਾਡਾ ਇਹ ਫਰਜ਼ ਬਣਦਾ ਕਿ ਤੁਸੀਂ ਸੰਸਾਰ ਦੇ ਕ੍ਰੀਏਟਿਵ ਐਕਸਪੀਰੀਅੰਸ ਤੇ ਆਪਣੇ 10-10 ਬੰਦੇ ਲਾਓ, ਵੀ ਜੋ ਕ੍ਰਿਸਚੀਅਨਸ ਨੇ ਅਮਲ ਪੈਦਾ ਕੀਤਾ ਵੱਡਾ, ਉਹਨਾਂ ਦੀ ਅਰਦਾਸ ਦੀ ਪਿਓਰਿਟੀ, ਉਹਨਾਂ ਦੀਆਂ ਹਿਸਟਰੀ ਦੀਆਂ ਡਾਇਮੈਂਸ਼ਨ, ਇਹਨਾਂ ਦੇ ਉੱਤੇ ਜੇ ਕੋਈ ਜਥੇਬੰਦੀ ਬੈਠੀ ਹੋ, ਆਪਣੇ 10 ਬੰਦੇ ਲਾਏ, ਵੀ ਤੁਸੀਂ ਸਟੱਡੀ ਕਰੋ ਤੇ ਵਰਲਡ ਕਲਾਸ ਦੀਆਂ ਆਪਣੀਆਂ ਚੀਜ਼ਾਂ ਪੈਦਾ ਕਰੋ। ਐਵੇਂ ਇੰਜ ਨਾ ਕਰੋ ਵੀ ਅਸੀਂ ਬੰਦੇ, ਕਈਆਂ ਨੂੰ ਵੱਡੀ ਗੱਲ ਸਮਝ ਨਹੀਂ ਆਉਂਦੀ, ਛੋਟੀ ਗੱਲ ਸਮਝ ਆਉਂਦੀ ਹੈ, ਇਹ ਤਾਂ ਪਹਿਲਾਂ ਹੀ ਤੁਸੀਂ ਬੰਦੇ ਨੂੰ ਛੋਟਾ ਫਿਕਸ ਕਰ ਦਿੱਤਾ। ਗੁਰਬਾਣੀ ਨੇ ਤਾਂ ਨਹੀਂ ਕਿਹਾ ਗੁਰੂ ਦੇ ਕਹਿੰਦਾ ਸਾਰੀਆਂ ਗੱਲਾਂ ਸਮਝ ਆਉਂਦੀਆਂ, ਜੋ ਮਰਜ਼ੀ ਕਰ ਦੋ ਸਾਰਾ ਕੁਝ ਸਮਝ ਆਉਂਦਾ ਬੰਦੇ ਨੂੰ, ਬੀਜ ਰੂਪ ਚ ਸਾਰਿਆਂ ਨੂੰ ਗਿਆਨ ਪ੍ਰਾਪਤ ਆ। ਇਹ ਸਾਡੀ ਹਉਮੈ ਹੁੰਦੀ ਹੈ, ਪੰਡਤ ਪੁਣਾ ਹੁੰਦਾ ਨਹੀਂ, ਇਹ ਵੱਡੇ ਲੈਵਲ ਦੀਆਂ ਗੱਲਾਂ, ਇਹ ਛੋਟੇ ਲੈਵਲ ਦੀਆਂ, ਇਹ ਵੱਡੇ ਲੈਵਲ ਤੇ ਲੈਕਚਰ ਹੋ ਗਿਆ, ਛੋਟੇ ਲੈਵਲ ਤੇ ਕੁਝ ਨਹੀਂ ਹੁੰਦਾ। ਸਗੋਂ ਜਿਹੜੀਆਂ ਪਿਆਰ ਦੀਆਂ ਗੱਲਾਂ ਆ, ਇਹ ਸਾਦਗੀ ਦੇ ਵਿੱਚ ਆ ਜਾਂਦੀਆਂ, ਇਹਨਾਂ ਦੇ ਵਿੱਚ ਜਿਵੇਂ ਦਰਿਆ ਦੇ ਕੋਈ ਚੜ ਜੇ ਦਰਿਆ 'ਚ ਨਾਲ, ਕੋਈ ਮਤਲਬ ਸੈਕੰਡਰੀ ਚੀਜ਼ਾਂ ਹੁੰਦੀਆਂ, ਸਭ ਨਾਲੋਂ ਇੰਪੋਰਟੈਂਟ ਚੀਜ਼ ਮਿਊਜ਼ਿਕ ਹੁੰਦਾ ਹੈ। ਇੱਕ ਵਾਰੀ ਮੈਂ ਬੱਸ 'ਚ ਆ ਰਿਹਾ ਸੀ, ਇੱਕ ਬੱਚਾ ਰੋਈ ਜਾਵੇ, ਉਹਦਾ ਪਿਓ ਉਹਨੂੰ ਲੱਗਾ ਫਾਦਰ ਉਹਦਾ, ਪੁੱਤਰਾ ਚੁੱਪ ਕਰ, ਰੋਣਾ ਬੜੀ ਮਾੜੀ ਗੱਲ ਹੈ, ਚੰਗਾ ਨਹੀਂ ਹੁੰਦਾ। ਉਹਦੀ ਮਾਂ ਨੇ ਉਹਨੂੰ ਫੜਿਆ, 2 ਵਾਰੀ ਉਹਦੇ ਢਿੱਡ ਦੇ ਨੱਕ ਲਾ ਕੇ ਉਹ ਜਿਹਾ ਕੀਤਾ, ਉਹ ਚੁੱਪ ਕਰ ਗਿਆ। ਮਿਊਜ਼ਿਕ ਸਭ ਨਾਲੋਂ ਵੱਡੀ ਚੀਜ਼ ਹੁੰਦਾ, ਤੁਹਾਡੀ ਬਾਡੀ ਦੀ ਲੈਂਗੁਏਜ ਵੱਡੀ ਚੀਜ਼ ਹੁੰਦੀ ਆ। ਇਹ ਚੀਜ਼ਾਂ ਤੁਸੀਂ ਜਿਵੇਂ ਦਰਿਆ 'ਚ ਇਸ਼ਨਾਨ ਕਰ ਲਓ, ਤੁਸੀਂ ਕਦੀ ਨਹੀਂ ਸਮਝਦੇ ਕਿ ਪਾਣੀ ਕੀ ਚੀਜ਼ ਆ, ਤੁਸੀਂ ਇਸ਼ਨਾਨ ਕਰਕੇ ਸਵਾਦ ਹੋ ਜਾਂਦਾ। ਕੁਝ ਸਮਝਣਾ ਬੜੀ ਸੈਕੰਡਰੀ ਚੀਜ਼ ਆ, ਇਹ ਮਾਡਰਨ ਮੈਨ ਦੇ ਕੰਪਲੈਕਸ ਆ ਕਿ ਸ਼ਾਇਦ ਸਮਝਣਾ ਵੱਡੀ ਚੀਜ਼ ਆ। ਅਕਲ ਦੇ ਨਾਲ ਆਪਣੀ ਆਪਣੀ ਲਾਈਫ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ, ਇਹ ਬੜੀਆਂ ਬਣਾਉਟੀ ਚੀਜ਼ਾਂ ਆ। ਇਹਦੇ ਨਾਲ ਤੁਸੀਂ ਸਾਰੇ ਸਕਾਲਰ ਜਿਹਾ ਬਣ ਜਾਓਗੇ, ਐਵੇਂ ਖੁਸ਼ਕ ਜਿਹਾ, ਹੋਰ ਹੀ ਹਰ ਗੱਲ 'ਚ ਤੁਹਾਨੂੰ ਲੱਗੀ ਜਾਊਗੀ, ਇੱਥੇ ਸਾਜਿਸ਼ ਹੋਊਗੀ, ਇੱਥੇ ਆਹ ਹੋ ਗਿਆ। ਪਿਆਰ ਦੇ ਨਾਲ ਜਦੋਂ ਬੰਦਾ ਚੱਲਦਾ ਆ, ਪਿਆਰ 'ਚ ਬੰਦਾ ਤਬਾਹੀਆਂ ਕਰਦਾ, ਪਿਆਰ 'ਚ ਬੰਦਾ ਆਬਾਦੀਆਂ ਕਰਦਾ, ਪਿਆਰ 'ਚ ਬੰਦਾ ਉੱਜੜਦਾ ਆ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲਦੀਆਂ ਆ। ਤੁਸੀਂ ਆਪਣੇ ਆਪ ਨੂੰ ਅਕਹਿਰੇ ਜਿਹੇ ਇਨਸਾਨ ਨਾ ਬਣਾਉਣਾ, ਜਿਸ ਤਰ੍ਹਾਂ ਮਾਡਰਨ ਮੈਨ ਬਣ ਰਿਹਾ, ਮਾਡਰਨ ਮੈਨ ਬਹੁਤ ਅਕਹਿਰੀ ਕਿਸਮ ਦਾ ਇਨਸਾਨ ਆ, ਇਸੇ ਕਰਕੇ ਇਸ ਕੋਲ ਹਰ ਕਿਸਮ ਦਾ ਸਿੰਬਲਿਜ਼ਮ ਨਹੀਂ ਗਾ, ਇਸੇ ਕਰਕੇ ਇਹਦਾ ਮਿਊਜ਼ਿਕ ਜਿਹੜਾ ਟਰਾਂਸੈਂਡ ਨਹੀਂ ਕਰਾਉਂਦਾ ਬਾਡੀ ਨੂੰ, ਇਸੇ ਕਰਕੇ ਨਿਊਟਰੀ ਵੱਧਦੀ ਪਈ ਹੈ, ਨੰਗੇਜ਼ਵਾਦ ਇਸੇ ਕਰਕੇ ਵੱਧਦਾ ਪਿਆ, ਕਿਉਂਕਿ ਅਕਲ ਨੰਗੇਜ਼ ਪੈਦਾ ਕਰਦੀ ਹੈ, ਅਕਲ ਖੋਲਾ ਖਾਲੀ ਕਰਦੀ ਹੈ, ਵੀ ਹੋਰ ਪਰਦਾ ਪਾਸੇ ਕਰਦਾ, ਹੋਰ ਪਰਦਾ। ਇਹਨਾਂ ਨੇ ਜਦੋਂ ਜਿਸਮ ਤੇ ਇਹ ਹਾਲਤ ਮੈਨੀਫੈਸਟ ਕੀਤੀ ਤੇ ਇਹਦੇ ਵਿੱਚ ਗੰਦਗੀ ਫੈਲ ਗਈ, ਕਿਉਂਕਿ ਇਹਦੇ ਤੋਂ ਉੱਲਾ ਨਹੀਂ ਬਰਦਾਸ਼ਤ ਕੀਤਾ ਜਾਂਦਾ, ਇਹ ਹੁਸਨ ਦੀ ਇੱਕ ਅਦਾ ਦੇ ਨਾਲ ਅਸਮਾਨ 'ਚ ਉਡਾਰੀਆਂ ਨਹੀਂ ਲਾਉਂਦੀ, ਇਹ ਧਰਤੀ ਦੇ ਗਲੋਏ ਵਾਂਗੂ ਰੀਂਗਦੀ ਹੈ। ਇਹ ਜਿਹੜੀਆਂ ਚੀਜ਼ਾਂ, ਜਿਹੜੀਆਂ ਜ਼ਹਿਰੀ ਕੌਮਾਂ ਹੁੰਦੀਆਂ, ਖਤਰਨਾਕ ਕੌਮਾਂ ਹੁੰਦੀਆਂ, ਇਹਨਾਂ 'ਚ ਇੱਕ ਜਲਾਲ ਪੈਦਾ ਹੁੰਦਾ, ਜਿਵੇਂ ਸਰਾਲ ਦੇ ਨਾਲੋਂ ਨਾਗ ਸੋਹਣਾ ਹੁੰਦਾ, ਸਰਾਲ ਰੀਂਗਦੀ ਫਿਰਦੀ ਹੈ ਕਮੀਨਗੀ ਦੇ ਵਿੱਚ, ਅਕਲ ਖੁਸ਼ਕੀ ਨਾਲ ਚੱਲਦੀ ਹੈ। ਜਿਹੜਾ ਜਲਾਲ ਵਾਲਾ ਬੰਦਾ ਆ, ਜਿਹੜਾ ਕਿ ਧਰਤੀ 'ਤੇ ਕਹਿਰ ਵਰਾ ਸਕਦਾ ਤੇ ਧਰਤੀ 'ਤੇ ਆਪਣਾ ਲਹੂ ਛਾ ਸਕਦਾ, ਇਹ ਬੰਦਾ ਹੋਰ ਤਰ੍ਹਾਂ ਤੁਰਦਾ ਹੈ। ਜਦੋਂ ਜਵਾਨੀ ਆਉਂਦੀ ਬੰਦਾ ਪੱਬਾਂ 'ਤੇ ਤੁਰਦਾ, ਜਦੋਂ ਬੁਢੇਪਾ ਆਉਂਦਾ ਬੰਦਾ ਹੋਰ ਹੀ ਤਰ੍ਹਾਂ ਤੁਰਦਾ, ਸਿਆਣਪਾਂ ਦੀਆਂ ਚੁੱਕ ਚੁੱਕ ਕੇ। ਖਾਲਸੇ ਨੂੰ ਸਦਾ ਦੀ ਜਵਾਨੀ ਗੁਰੂ ਨੇ ਬਖਸ਼ੀ ਹੈ, ਗੁਰਮੁਖ ਬੁੱਢੇ ਕਦੇ ਨਹੀਂ। ਇਹ ਗੁਰਮੁਖ ਜਿਹੜੇ ਆ, ਇਹ ਸੁਰਤ ਦੀ ਚੜ੍ਹਦੀ ਕਲਾ ਦੇ ਵਿੱਚੋਂ ਦੀ ਪੈਦਾ ਹੁੰਦੇ ਆ। ਇਸ ਕਰਕੇ ਖਾਲਸਾ ਜੀਓ, ਤੁਹਾਨੂੰ ਜਿਹੜਾ ਐਡਾ ਵੱਡਾ ਇੱਕ ਫਤਿਹ ਦਾ ਝੰਡਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਭਾਈ ਨੰਦ ਲਾਲ ਗੋਆ ਕੋਈ ਐਵੇਂ ਕਵਿਤਾ ਜੀ ਨਹੀਂ ਲਿਖਦੇ ਟੁੱਟੀ ਜੀ ਲੈਵਲ ਦੇ ਉੱਤੇ, ਕਵਿਤਾ ਨੂੰ ਇੰਝ ਨਾ ਸਮਝ ਲਿਓ, ਜਿਹੜੀ ਵੱਡੀ ਕਿਸਮ ਦੀ ਕਵਿਤਾ ਹੁੰਦੀ ਆ, ਇਹ ਮੀਨਿੰਗ ਨੂੰ ਟਰਾਂਸੈਂਡ ਕਰਕੇ ਪੈਦਾ ਹੁੰਦੀ ਹੈ, ਇਹ ਮਿਊਜ਼ਿਕ ਦੇ ਵਿੱਚੋਂ ਦੀ ਪੈਦਾ ਹੁੰਦੀ ਹੈ।
ਇਹ ਚੁੱਭੀਆਂ ਲਾ ਲਾ ਕੇ ਪੈਦਾ ਹੁੰਦੀ ਅੰਮ੍ਰਿਤ ਸਰੋਵਰਾਂ ਦੇ ਵਿੱਚੋਂ ਦੀ, ਇਹ ਕਾਲੇ ਖਾਂ ਇੰਜ ਹੰਸ ਬਣਦੇ ਆ। ਇਸ ਕਰਕੇ ਜਿਹੜਾ ਭਾਈ ਨੰਦ ਲਾਲ ਗੋਆ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਇਸ ਸੁਰਤ ਦਾ ਕੰਪਲੀਟ ਜਲਾਲ ਹਨ, ਤੇ ਇਹ ਕੰਪਲੀਟ ਜਲਾਲ ਦੀ ਤਲਾਸ਼ ਦੇ ਵਿੱਚ ਧਰਤੀਆਂ ਪੈਦਾ ਹੋਈਆਂ। ਜਿਵੇਂ ਮੈਂ ਤੁਹਾਨੂੰ ਦੱਸ ਕੇ ਹੰਡਿਆ, ਧਰਤੀਆਂ ਬ੍ਰਹਿਮੰਡ ਪਰਮਾਤਮਾ ਤੋਂ ਬਾਹਰ ਨਹੀਂ ਪੈਦਾ ਹੋਏ, ਦੁਆਇਤ ਚ ਪੈਦਾ ਨਹੀਂ ਹੋਏ, ਡਿਊਲਿਜ਼ਮ ਨਹੀਂ ਗਾਏ, ਇਹ ਪਰਮਾਤਮਾ ਦੇ ਵਿੱਚ ਹੀ ਪੈਦਾ ਹੋਏ। ਇਸ ਕਰਕੇ ਸਮੇਂ ਦੇ ਬਾਰੇ ਇਹ ਪ੍ਰੋਬਲਮ ਪੈਦਾ ਕਰਨੀ ਕਿ ਹੁਣ ਸਮਾਂ ਤਬਦੀਲ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਦਾ ਰਿਲੀਜਨ ਉਦੋਂ ਪੈਦਾ ਹੋਇਆ ਸੀ, ਇਸ ਕਰਕੇ ਹੁਣ ਸਮੇਂ ਦੀਆਂ ਨਵੀਆਂ ਚੀਜ਼ਾਂ ਵੀ ਉਹਦੇ ਤੇ ਅਸਰ ਕਰਨ, ਇਹ ਬਹੁਤ ਵੱਡਾ ਮੂਰਖਪੁਣਾ ਹੈ। ਇਹ ਤਾਂ ਰਿਲੀਜਨ ਦੀ ਇਹ ਵੀ ਸੀ ਵੀ ਨਹੀਂ ਪਤਾ ਬੰਦੇ ਨੂੰ। ਇਸ ਕਰਕੇ ਬੰਦਾ ਜਦੋਂ ਬੰਦੇ ਦੀ ਸ਼ਰਧਾ ਜਿਹੜੀ ਹੈ ਬੜੀ ਖਤਰਨਾਕ ਚੀਜ਼ ਹੈ, ਕਿਉਂਕਿ ਬੰਦਾ ਸ਼ਰਧਾ ਦੇ ਕੱਚੇ ਰੂਪਾਂ ਨੂੰ ਲੈ ਕੇ ਰਿਲੀਜਨ ਨੂੰ ਵੀ ਨਹੀਂ ਛੱਡਦਾ ਤੇ ਆਪਣੇ ਅੰਦਰਲੀ ਜਿੱਦ ਨੂੰ ਵੀ ਨਹੀਂ ਛੱਡਦਾ। ਇਸ ਕਰਕੇ ਜਿੰਨਾ ਚਿਰ ਇਹ ਮੁੱਦਾ ਬੜਾ ਇੰਪੋਰਟੈਂਟ ਹੈ, ਇਹਨੇ ਬੜਾ ਹੀ ਕੌਮਾਂ ਦਾ ਨੁਕਸਾਨ ਕੀਤਾ। ਕਦੇ ਵੀ ਕੌਮਾਂ ਜਿਹੜੀਆਂ ਬਾਹਰੋਂ ਨਹੀਂ ਮਰਦੀਆਂ, ਬਾਈਬਲ ਦੇ ਵਿੱਚ ਆਉਂਦਾ ਕਿ ਪੈਗੰਬਰ ਨੂੰ ਆਪਣੇ ਲੋਕਾਂ ਤੋਂ ਜ਼ਿਆਦਾ ਵੱਧ ਖਤਰਾ ਹੈ। ਕਦੇ ਵੀ ਕੌਮਾਂ ਨੂੰ ਦੂਜਾ ਬੰਦਾ ਨਹੀਂ ਮਾਰ ਸਕਦਾ। ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੁਹਾਨੂੰ ਖਤਮ ਨਹੀਂ ਕਰ ਸਕੂਗਾ ਦੂਜਾ ਬੰਦਾ ਕਦੇ ਵੀ ਆ ਕੇ, ਤੁਹਾਨੂੰ ਜੇ ਖਤਮ ਹੋਵੋਗੇ। ਇਸ ਕਰਕੇ ਪੂਰਨ ਸਿੰਘ ਕਹਿੰਦਾ ਸਭ ਨੂੰ ਵੱਡਾ ਨਰਕ ਬੰਦਾ ਆਪ ਪੈਦਾ ਕਰਦਾ, ਸਭ ਨੂੰ ਵੱਡਾ ਦੁੱਖ ਬੰਦਾ ਆਪਣੇ ਆਪ ਲਈ ਆਪ ਪੈਦਾ ਕਰਦਾ, ਦੂਜਾ ਬੰਦਾ ਨਹੀਂ ਪੈਦਾ ਕਰਦਾ। ਸਾਨੂੰ ਇਹ ਜਾਂਚ ਹੀ ਨਹੀਂ ਆਈ, ਸਾਨੂੰ ਇਹ ਤਹਿਜ਼ੀਬ ਨਹੀਂ ਕਿ ਸਾਰੇ ਸੰਸਾਰ ਨੂੰ ਆਪਣੇ ਵਿੱਚੋਂ ਦੀ ਦੇਖਣਾ, ਦੂਜੇ ਦੇ ਦੁੱਖ ਨੂੰ ਆਪਣੇ ਵਿੱਚੋਂ ਦੀ ਦੇਖਣਾ। ਜਿਵੇਂ ਇਹ ਰਿਲੀਜਨ ਦੀ ਤਹਿਜ਼ੀਬ ਇਹ ਹੈ ਕਿ ਆਪਣੇ ਆਪ ਦੇ ਵਿੱਚੋਂ ਦੀ ਸਭ ਕੁਝ ਦੇਖਣਾ ਤੇ ਸਾਰਿਆਂ ਨੂੰ ਆਪਣੇ ਆਪ ਦੇ ਵਿੱਚ ਦੇਖਣਾ, ਦੂਜੇ ਦੇ ਗੁਣਾਂ ਦੇ ਵਿੱਚੋਂ ਆਪਣਾ ਕਸੂਰ ਤਲਾਸ਼ ਕਰਨਾ, ਦੂਜਾ ਜਿਹੜਾ ਤੁਹਾਨੂੰ ਦੁੱਖ ਦੇ ਰਿਹਾ ਉਹਦੇ ਵਿੱਚੋਂ ਦੀ ਤੁਸੀਂ ਆਪਣਾ ਗੁਣਾ ਪਛਾਣੋ। ਇਸ ਕਿਸਮ ਦੇ ਅਦਾਬ ਦੇ ਨਾਲ ਤੁਹਾਡੀ ਇੱਕ ਬੜੀ ਖੂਬਸੂਰਤ ਕਿਸਮ ਦੀ ਤਰੱਕੀ ਹੋਊਗੀ। ਜਿਵੇਂ ਦਰਖਤਾਂ ਨੂੰ ਫਲ ਲੱਗਦੇ ਆ, ਦਰਖਤ ਝੁਕ ਜਾਂਦੇ ਆ, ਜਦੋਂ ਤੱਕ ਦਰਖਤਾਂ ਦੇ ਪੱਲੇ ਕੱਖ ਨਹੀਂ ਰਹਿੰਦਾ, ਉਹਨਾਂ ਦੀਆਂ ਬਾਹਾਂ ਲੰਮੀਆਂ ਲੰਮੀਆਂ ਤਾਂ ਨੂੰ ਚੜ ਜਾਂਦੀਆਂ, ਜਦੋਂ ਰੁੰਡ ਮਰੁੰਡ ਹੋ ਜਾਂਦੇ ਦਰਖਤ, ਹੰਕਾਰ ਦੇ ਵਿੱਚ ਬਾਹਾਂ ਜੀ ਤਾਂ ਖੜੀ ਕਰਕੇ ਫਿਰਦੇ ਆ, ਜਦੋਂ ਦਰਖਤਾਂ ਨੂੰ ਫਲ ਲੱਗ ਜਾਂਦੇ ਆ, ਦਰਖਤ ਭਰਪੂਰ ਹੋ ਜਾਂਦੇ, ਉਹ ਝੁਕ ਜਾਂਦੇ ਧਰਤੀ ਵੱਲ। ਇਹ ਖਾਲਸੇ ਦਾ ਅੰਦਾਜ਼ ਆ, ਕੋਈ ਖਾਲਸਾ ਇਹਨੂੰ ਐਵੀਆਂ ਨਾਰਾਂ ਜੀਆਂ ਜਿਵੇਂ ਆਪਾਂ ਫੋਕੇ ਜੀ ਕਿਸਮ ਦੀ ਹਮੇ ਦੇ ਵਿੱਚੋਂ ਦੀ ਧਰਮ ਬਣਾ ਲਿਆ ਆ, ਮੁਕਾਬਲੇਬਾਜ਼ੀਆਂ, ਅਸੀਂ ਜਿੱਤ ਜਾਣਾ ਸੀ। ਆ ਖਾਲਸਾ ਨਾ ਜਿੱਤਦਾ ਨਾ ਹਾਰਦਾ, ਖਾਲਸਾ ਜਿੱਤ ਹਾਰ ਤੋਂ ਬਾਹਰ ਜੰਗ ਕਰਦਾ, ਖਾਲਸਾ ਦੂਜੇ ਦੇ ਮਿਹਰ ਦੀ ਜੰਗ ਕਰਦਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਦੇ ਉੱਤੇ ਵਾਰ ਕੀਤਾ, ਉਸ ਵਾਰ ਦੇ ਵਿੱਚੋਂ ਦੀ ਸਿੱਖ ਵਾਇਲੈਂਸ ਦਾ ਪਤਾ ਲੱਗਦਾ ਕਿ ਸਿੱਖ ਵਾਇਲੈਂਸ ਕੀ ਚੀਜ਼ ਹੈ। ਉਹ ਪੈਂਦੇ ਖਾਂ ਪਠਾਨ ਨੂੰ ਲੱਗਦਾ ਸੀ ਮੇਰੇ ਕਰਕੇ ਸਿੱਖਾਂ ਦਾ ਗਮ ਆ, ਜਿਵੇਂ ਉਹਨੂੰ ਲੱਗਦਾ ਇਕੱਲੇ ਨੂੰ। ਉਹਨੇ ਗੁਰੂ ਸਾਹਿਬ ਨੇ ਕਿਹਾ ਵੀ ਪੁੱਤਰਾ ਤੂੰ ਵਾਰ ਕਰਨਾ। ਪੈਂਦੇ ਖਾਂ ਬਹੁਤ ਜਵਾਨ ਸੀ, ਗੁਰੂ ਸਾਹਿਬ ਨੇ ਮਸਜਿਦ ਬਣਾਈ ਆ ਤੇ ਤੁਸੀਂ ਵੀ ਜੇ ਕੰਮ ਕਰਨਾ ਤੇ ਉਹ ਮਸਜਿਦ ਦੁਬਾਰਾ ਬਣਾ ਦਿਓ, ਤੁਹਾਡੀ ਮੁਸਲਿਮ ਵਰਲਡ ਦੇ ਵਿੱਚ ਐਡੀ ਵੱਡੀ ਚੜ੍ਹਤ ਹੋਊ, ਨਾਲੇ ਇੰਡੀਆ 'ਚ ਜਿਹੜੀ ਬਾਬਰੀ ਮਸਜਿਦ ਢੱਠ ਰਹੀ ਆ ਉਹਦਾ ਵੀ ਤਾਂ ਅਸੀਂ ਜਵਾਬ ਦਿਓਗੇ, ਤੇ ਮੁਸਲਿਮ ਵਰਲਡ ਦੇ ਵਿੱਚ ਬਹੁਤ ਵੱਡੀ ਇੱਕ ਤੁਹਾਡੇ ਪ੍ਰਤੀ ਹਮਦਰਦੀ ਫੈਲੂਗੀ। ਉਹ ਹਰਗੋਬਿੰਦਪੁਰੇ ਉਹ ਮਸਜਿਦ ਬਣਾਈ ਸੀਗੀ, ਤੁਸੀਂ ਜਾ ਕੇ ਉਹ ਬਣਵਾ ਦਿਓ, ਖਾਲਸੇ ਦੀ ਯੋਜਨਾ ਕੋਈ ਕੰਮ ਕਰਨਾ ਕਰ ਲਓ। ਇਹ ਉਹਨਾਂ ਨੇ ਉਹਨੇ ਵਾਰ ਕੀਤਾ, ਗੁਰੂ ਸਾਹਿਬ ਨੇ ਰਕਾਬ ਦੇ ਨਾਲ ਵਾਰ ਰੋਕਿਆ, ਉਹਨੇ ਫਿਰ ਵਾਰ ਕੀਤਾ, ਗੁਰੂ ਸਾਹਿਬ ਨੇ ਫਿਰ ਰਕਾਬ ਦੇ ਨਾਲ, ਰਕਾਬ ਨਾਲ ਵਾਰ ਰੋਕਣਾ। ਦੇਖੋ ਕਿੱਡਾ ਅੰਦਾਜ਼ ਆ ਜੰਗ ਦਾ, ਇਹਦਾ ਨਖਰਾ ਦੇਖੋ, ਗੁਰੂ ਦੇ ਅੰਦਾਜ਼ ਦੇਖੋ ਕੀ ਆ, ਰਕਾਬ ਦੇ ਨਾਲ ਜਿਹੜਾ ਉਹ ਵਾਰ ਰੋਕਦਾ। ਤੀਜਾ ਵਾਰ ਵੀ ਰਕਾਬ ਦੇ ਨਾਲ ਰੋਕ ਲਿਆ। ਜਦੋਂ ਗੁਰੂ ਸਾਹਿਬ ਨੇ ਫਿਰ ਵਾਰ ਕੀਤਾ, ਕਹਿੰਦੇ ਪਿਸਰ ਜਦਨ ਬੁੱਧ ਵਾਰ ਇੰਜ ਨਹੀਂ, ਇੰਜ ਕਰੀਦਾ। ਫਿਰ ਜਦੋਂ ਪੈਂਦੇ ਖਾਂ ਥੱਲੇ ਡਿੱਗਿਆ, ਗੁਰੂ ਸਾਹਿਬ ਨੇ ਉਹਦਾ ਪੁੱਤ ਦਾ ਮੋਹ ਜਾਗਿਆ, ਕਿਉਂਕਿ ਉਹਨੂੰ ਪੁੱਤ ਕਰਕੇ ਪਾਲਿਆ ਦਾ ਸੀ। ਗੁਰੂ ਸਾਹਿਬ ਨੇ ਘੋੜੇ ਦੇ ਛਾਲ ਮਾਰੀ, ਦੇਖੋ ਗੁਰੂ ਦਾ ਜਲਾਲ, ਗੁਰੂ ਜਿਉਂਦਾ ਕਿੰਨਾ। ਗੁਰੂ ਮਰੇ ਜੇ ਭਗਤਾਂ ਵਾਂਗੂ ਸੰਤਾਂ ਵਾਂਗੂ, ਐ ਨੀ ਹੁੰਦਾ ਕੰਮ ਜਾਂ ਟੁੱਟੀ ਜੀ ਮਾਲਾ ਫੜੀ ਚਿੱਟੇ ਪਿਲਪਲੇ ਜੇ ਸਾਧ ਬੈਠੇ ਸਾਡੇ ਤੇ ਬੋਲੇ ਬੋਲੇ, ਗੁਰੂ ਦਾ ਇਹ ਰੰਗ ਨਹੀਂ ਹੁੰਦਾ। ਗੁਰੂ ਘੋੜੇ ਦੇ ਛਾਲ ਮਾਰਦਾ, ਤੁਸੀਂ ਜਲਾਲ ਦੇਖੋ, ਘੋੜੇ ਦੇ ਛਾਲ ਮਾਰ ਕੇ ਤੁਸੀਂ ਪੜਿਆ ਲਿਖਿਆ ਵਿਦਵਾਨ, ਇਹਦੇ ਕੋਲ ਬੈਠਿਆ ਨੀ ਜਾਂਦਾ, ਇਹਦੀਆਂ ਲੱਤਾਂ ਉਹੀ ਜੋੜ ਹਿੱਲ ਜਾਣੇ ਤੇ। ਇਹ ਜਿਹੜੀਆਂ ਤੁਹਾਡੇ ਕੋਲੇ ਬਖਸ਼ਿਸ਼ਾਂ ਆ, ਇਹ ਤੁਹਾਡੇ ਕੋਲ ਅੰਦਾਜ਼ ਆ। ਗੁਰੂ ਨੇ ਬ੍ਰਾਹਮਣ ਨੂੰ ਫਤਿਹ ਕੀਤਾ, ਬ੍ਰਾਹਮਣ ਦਾ ਮਤਲਬ ਹੈ ਬ੍ਰਾਹਮਣ ਨਾਂ ਨੀਗਾ, ਕੋਈ ਬੁੱਤ ਨੀਗਾ, ਵੀ ਆਹ ਬ੍ਰਾਹਮਣ ਖਾਸ। ਬ੍ਰਾਹਮਣ ਸਾਡੇ ਮਾਇੰਡ ਦੀ ਇੱਕ ਹਾਲਤ ਆ ਜਿਹੜੀ ਉਹਨੇ ਪ੍ਰਗਟ ਕਰਕੇ ਦਿਖਾਤੀ। ਹਿਸਟਰੀ ਦੇ ਵਿੱਚ ਮੈਨ ਦੀ ਜਿਹੜੀ ਬ੍ਰਾਹਮਣ ਵਾਲੀ ਹਾਲਤ ਆ, ਉਹ ਜਿਹਨੂੰ ਅਸੀਂ ਬਾਹਰ ਬ੍ਰਾਹਮਣ ਕਹਿੰਦੇ, ਉਹਨੇ ਪ੍ਰਗਟ ਕੀਤੀ। ਅਸੀਂ ਮੈਨ ਦੇ ਵਿੱਚ ਜਿਹੜੀ ਸੁਰਤ ਦੀ ਸਿਖਰ ਆ, ਉਹ ਸਿੱਖ ਪ੍ਰਗਟ ਕਰ ਰਿਹਾ। ਇਸ ਕਰਕੇ ਸਾਰੇ ਬੰਦੇ ਸੁਰਤਾਂ ਦਾ ਹੀ ਕੋਈ ਨਾ ਕੋਈ ਪ੍ਰਗਟਾਵਾ ਹੈ, ਕੋਈ ਨਾ ਕੋਈ ਨਜ਼ਰੀਆ ਹੀ ਆ ਸਾਰੇ ਬੰਦੇ। ਜਿਵੇਂ ਉਹ ਤੁਸੀਂ ਔਸਪੈਂਸਕੀ ਦਾ ਜਿਹੜਾ ਉਸਤਾਦ ਸੀ ਗੁਰਜ਼ੇਬ, ਉਹਨੇ ਇਹ ਗੱਲ ਬੜੀ ਸੁਣੀ ਗਈ ਆ, ਕਹਿੰਦਾ ਮੈਨ ਇਜ਼ ਅ ਬੰਡਲ ਆਫ ਆਈਜ਼, ਇਹ ਵੱਖਰੀ ਵੱਖਰੀਆਂ ਮਿਆਂ ਦੀ ਇਕੱਠ ਹੈ। ਇਹ ਕੋਈ ਐਂ ਬੰਦਾ ਦੇਹ ਦੂਹ ਕੱਖ ਨਹੀਂ ਹੁੰਦੀ, ਦੇਹ ਵੀ ਨਹੀਂ ਕੱਖ ਹੁੰਦੀ, ਦੇਹ ਵੀ ਬਾਡੀ ਰੱਬ ਦਾ ਰੰਗ ਹੀ ਹੁੰਦੀ ਹੈ।
ਇੰਜ ਗੁਰੂ ਸਾਹਿਬ ਨੇ ਉਹਦੇ ਤੇ ਢਾਲ ਦੀ ਛਾਂ ਕੀਤੀ ਤੇ ਉਹਦੇ ਸਿਰ ਨੂੰ ਆਪਣੇ ਲੱਤਾਂ ਚ ਗੋਡਿਆਂ ਤੇ ਰੱਖ ਕੇ ਕਿਹਾ ਵੀ ਪੈਂਦੇ ਖਾਂ ਤੂੰ ਮੁਸਲਮਾਨ ਹੈ ਤੂੰ ਕਲਮਾ ਪੜ। ਗੁਰੂ ਨੇ ਦੇਖੋ ਗੁਰੂ ਨੇ ਜਿੱਤ ਕੇ ਕੀ ਤੁਹਾਨੂੰ ਦਿੱਤਾ, ਉਹਨੇ ਪਿਆਰ ਚ ਚੀਜ਼ਾਂ ਫਤਿਹ ਕਰਕੇ ਦਿੱਤੀਆਂ ਤੇ ਪੈਂਦੇ ਪੱਕਾਂ ਪਠਾਨ ਕਹਿੰਦਾ ਆ, ਮੁਸਲਮਾਨੀ ਦਾ ਪੁੱਤ ਕਹਿੰਦਾ ਆ, ਅਣਖਾਂ ਦਾ ਢੇਰ ਪਠਾਨ ਕਹਿੰਦਾ ਆ ਕਿ ਮੇਰਾ ਕਲਮਾ ਤੇ ਤੇਰਾ ਚਿਹਰੇ ਦਾ ਦੀਦਾਰ ਹੀ ਆ, ਕਲਮੇ ਨੂੰ ਐ ਫਤਿਹ ਕੀਤਾ। ਇਹ ਚੀਜ਼ਾਂ ਤੁਸੀਂ ਲਵ ਦੇ ਵਿੱਚ ਫਤਿਹ ਕਰਕੇ ਦਿਖਾਓ। ਇਹ ਟੁੱਟੇ ਜੇ ਸਿਧਾਂਤ, ਸਿਧਾਂਤ ਨਰਕ ਬੰਦਿਆਂ ਦਾ ਕੰਮ ਆ, ਕਨਸੈਪਟ ਜੇ ਬਣਾ ਬਣਾ ਕੇ ਗੱਲਾਂ ਕਰਨ, ਇਹ ਤਾਂ ਵੈਸਟਰਨ ਬੰਦਿਆਂ ਦੀਆਂ ਪ੍ਰੋਬਲਮਸ ਆ। ਉਹਨਾਂ ਕੋਲ ਸਪਿਰਚੁਅਲਿਟੀ ਦੀਆਂ ਵੱਡੀਆਂ ਖੇਡਾਂ ਨਹੀਂ ਸੀ, ਉਹਨਾਂ ਤੇ ਨਹੀਂ ਬਖਸ਼ਿਸ਼ ਹੋਈ। ਤੁਸੀਂ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਜਿਹੜੇ ਪ੍ਰੈਸ਼ਰਸ ਆ, ਜਿਹੜੇ ਕਿ ਕਲਚਰ ਨੂੰ ਪ੍ਰਭਾਵਿਤ ਕਰ ਰਹੇ ਆ, ਜਿਹੜੇ ਮਾਈਂਡ ਦੀਆਂ ਹਾਲਤਾਂ ਨੂੰ ਪ੍ਰਭਾਵਿਤ ਕਰ ਰਹੇ ਆ, ਉਹਨਾਂ ਪ੍ਰੈਸ਼ਰਸ ਨੂੰ ਤੁਸੀਂ ਸਿੱਖ ਅੰਮ੍ਰਿਤ ਦੇ ਨਾਲ ਕਿਸ ਤਰ੍ਹਾਂ ਸਰਸ਼ਾਰ ਕਰਦੇ ਹੋ, ਤੇ ਇਹ ਮਿਹਰ ਤੁਸੀਂ ਉਹਨਾਂ ਤੇ ਕਰੋਗੇ। ਗੁਰੂ ਗ੍ਰੰਥ ਸਾਹਿਬ ਤੁਹਾਡੇ ਤੇ ਇੱਕ ਬਖਸ਼ਿਸ਼ ਹੈ, ਤੁਹਾਡੇ ਤੇ ਮਨੁੱਖਤਾ ਪ੍ਰਤੀ ਇੱਕ ਜ਼ਿੰਮੇਵਾਰੀ ਹੈ, ਤਾਂ ਕਿ ਤੁਸੀਂ ਧਰਤੀ ਤੇ ਜਿੰਨੇ ਵੀ ਵੱਖਰੀ ਵੱਖਰੀ ਕਿਸਮ ਦੇ ਰਾਹ ਪੈਦਾ ਹੋ ਰਹੇ ਆ, ਕਿਉਂ ਨੀ ਤੁਸੀਂ ਵੈਸਟ ਦੀਆਂ ਜਿਹੜੀਆਂ ਚੰਗੀਆਂ ਬੁੱਕਸ ਆ, ਤੁਸੀਂ ਜੇ ਆਪਣੇ ਆਪ ਨੂੰ ਪੰਜਾਬ ਦੇ ਛੋਟੇ ਮਸਲਿਆਂ ਨੂੰ ਲੈ ਕੇ ਧਰਮ ਦਾ ਪ੍ਰਚਾਰ ਕਰੋਗੇ, ਕਿਤੇ ਨਾ ਕਿਤੇ ਦਗਾ ਖਾਓਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰੋਗੇ। ਤੁਹਾਡੇ ਬੰਦੇ ਚੱਜ ਦੀ ਕੋਈ ਗੱਲ ਨਹੀਂ ਕਰ ਸਕਣਗੇ। ਸਾਡੀਆਂ ਯੂਨੀਵਰਸਿਟੀਆਂ ਸਾਰੀਆਂ ਕਾਮਰੇਡਾਂ ਨੇ ਮਲੀਆਂ ਹੋਈਆਂ, ਸਾਡੇ ਕਿਉਂ ਨੀ, ਸਾਡੇ ਚ ਕੋਈ ਪੀ ਐਚ ਡੀ ਸਿੱਖ ਪ੍ਰੋਫੈਸਰ ਨਹੀਂ ਹੈਗਾ ਜਿਹਨੂੰ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਤੇ ਲਾ ਦਿੱਤਾ ਜਾਵੇ। ਸਾਡੀ ਗੁਰੂ ਗ੍ਰੰਥ ਸਾਹਿਬ ਦੀ ਐਮਫਿਲ ਹੋ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਉੱਥੇ ਜਿਹੜੇ ਪ੍ਰੋਫੈਸਰ ਸਿੱਖ ਨਹੀਂ ਹਨ, ਕੋਈ ਵੀ ਆ ਕਾਮਰੇਡ ਦਾੜੀ ਰੱਖ ਲੈਂਦੇ ਆ ਤੇ ਅਕਾਲੀ ਉਹਨੂੰ ਉੱਥੇ ਰੱਖ ਲੈਂਦੇ ਆ, ਜਦੋਂ ਪੱਕੇ ਹੋ ਜਾਂਦੇ ਉਦਣ ਹੀ ਦਾੜੀ ਕਟਾ ਕੇ ਆ ਜਾਂਦੇ ਆ। ਇੱਕ ਬੰਦੇ ਨੇ ਹੱਸਦੇ ਹੁੰਦੇ ਸੀ, ਇੰਨੀ ਬੁਰੀ ਤਰ੍ਹਾਂ ਦਾੜੀ ਕਟਾਉਂਦਾ ਸੀ ਵੀ ਇਹ ਬਾਂਦਰ ਨੂੰ ਨੇਲ ਕਟਰ ਦੇ ਕੇ ਛੱਡ ਦਿੰਦਾ ਵੀ ਲੈ ਤੂੰ ਜੋ ਕਰਨਾ ਕਰ ਲਾ, ਇੰਨੀ ਭੈੜੀ ਦਾੜੀ ਕੱਟਦਾ ਸੀ ਉਹ। ਤੇ ਉਹ ਪ੍ਰੋਫੈਸਰ ਖਾਲਸਾ ਕਾਲਜ ਚ ਲੱਗਾ ਤੇ ਅੱਜ ਕੱਲ੍ਹ ਬੜੇ ਅਖਬਾਰਾਂ ਚ ਲੇਖ ਲਿਖਦਾ, ਸਾਡੇ ਸੇ ਕੋਈ ਡਰ ਜਾਂਦੇ ਵੀ ਇਹ ਲੇਖ ਲਿਖਦਾ ਚੱਲ ਇਹਦੇ ਗੋਡੀ ਹੱਥੀ ਲਾ ਦੋ। ਇਹ ਸਾਰੀਆਂ ਚੀਜ਼ ਤੁਸੀਂ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋ ਇਸ ਤਰ੍ਹਾਂ, ਤੁਸੀਂ ਇੰਨੇ ਪਾਰਦਰਸ਼ੀ ਚੱਲ, ਤੁਸੀਂ ਕੋਈ ਕਿਤਾਬ ਲਿਖਦੇ ਇਹ ਲੇਖਕ ਆ ਇਹ ਕਵੀ ਆ ਉਹ ਲਿਖਦਾ ਕੀ ਆ, ਕਈ ਕੋਟ ਕਵਿਤਾ ਵਿਚਾਰਾ ਸੁਖਮਣੀ ਸਾਹਿਬ ਦੇਖਣਾ ਕਈ ਕਵੀ ਇੱਥੇ ਕਵਿਤਾ ਵਿਚਾਰੀ ਜਾਂਦੇ। ਤੁਸੀਂ ਮਾੜੀ ਜੀ ਕੋਈ ਕਿਤਾਬ ਲਿਖ ਦਿਓ, ਤੁਸੀਂ ਆਪ ਆਪਣੀ ਹਿੱਕ, ਮੈਂ ਤੁਹਾਨੂੰ ਹੋਰ ਸਸਤੀਆਂ ਗੱਲਾਂ ਵੀ ਤੁਹਾਨੂੰ ਸੁਣਾ ਦਿੰਦਾ ਥੋੜੀਆਂ, ਇਹਨਾਂ ਚ ਵੀ ਕਈ ਚੀਜ਼ਾਂ ਮਿਲਦੀਆਂ। ਇਹ ਬਹੁਤੇ ਕਾਮਰੇਡ ਇਹੀ ਕਹੀ ਜਾਂਦੇ ਬਾਣੀ ਧੁਰੋਣੀ ਉਤਰੀ ਹੋਈ, ਇਹਦੇ ਵਿੱਚ ਸਮਾਜਿਕ ਚੀਜ਼ਾਂ ਹਨ, ਇਹ ਕਵਿਤਾ ਹੈ, ਬੜੇ ਕਾਮਰੇਡ ਕਹਿੰਦੇ ਆ। ਉਹ ਇੱਕ ਕਾਮਰੇਡ ਵੀ ਐਂ ਕਹਿੰਦਾ ਮੈਨੂੰ ਜਾਣਦਾ, ਤੇ ਜਦੋਂ ਆਪਣੀ ਕਵਿਤਾ ਲਿਖਦਾ ਫਿਰ ਉਦੋਂ ਕਹਿੰਦਾ ਪ੍ਰੋਫੈਸਰ ਸਾਹਿਬ ਅੱਜ ਮੈਂ ਬੱਸ ਜਾ ਰਿਹਾ ਸੀ, ਬਸ ਮੈਨੂੰ ਉਤਰਨੀ ਸ਼ੁਰੂ ਹੋ ਗਈ ਕਵਿਤਾ, ਮੈਂ ਫਿਰ ਲਿਖਿਆ ਵੀ ਅੱਜ ਪੱਖੇ ਤੇ ਮਿੱਟੀ ਜੰਮੀ ਹੋਈ ਹੈ, ਫਿਰ ਪਾਸਾ ਥੋੜੀ ਜਿਹੀ ਅੜ ਗਈ। ਮੈਂ ਕੰਜਰਾ ਬਾਣੀ ਦਾ ਤੂੰ ਕਹਿੰਦਾ ਕਵਿਤਾ ਆ ਤੇ ਤੈਨੂੰ ਉਤਰਦੀ ਹੈ ਕੱਦੂ ਵਰਗਾ ਸਿਰ ਜਾ ਮਾਰੀ ਜਾਂਦਾ ਵੀ ਇਹ ਕਿਹੜੀਆਂ ਗੱਲਾਂ ਆ। ਉਹੀ ਅਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਕਿਉਂਕਿ ਸਾਨੂੰ ਕੁਝ ਪਤਾ ਨੀ। ਤੇ ਇਹ ਗੱਲਾਂ ਜਿਹੜੇ ਇਹੋ ਜਿਹੀਆਂ ਸਸਤੀਆਂ ਜੀ ਹੋਣ ਜਿੱਦਾਂ ਤੁਹਾਨੂੰ ਹੱਸਦਾ ਆ, ਪਰ ਜਿਹੜੀਆਂ ਸੀਰੀਅਸ ਗੱਲਾਂ ਇਹੋ ਜਿਹੀਆਂ ਫਿਰ ਕਾਂਡ ਹੋਈ ਜਾਂਦੀਆਂ। ਚਲੋ ਇਸ ਕਰਕੇ ਜਿਹੜੀਆਂ ਮਤਲਬ ਕਿ ਤੁਹਾਡੀਆਂ ਜਿਵੇਂ ਸਿੱਖ ਪੋਲਿਟੀ ਕੀ ਹੋਵੇ, ਤੁਸੀਂ ਡੈਮੋਕਰੇਸੀ ਤੋਂ ਡਰੇ ਬੈਠੇ ਹੋ, ਡੈਮੋਕਰੇਸੀ ਸਰਕਾਰ ਦਾ ਤਸ਼ੱਦਦ ਪਹਿਲੇ ਰੂਪ ਦੇ ਵਿੱਚ ਸਾਡੇ ਸਿੱਖਾਂ ਕੋਲ ਖਿਆਲ ਦੇ ਰੂਪ ਦੇ ਵਿੱਚ ਚੀਜ਼ ਫਤਿਹ ਚਾਹੀਦੀ ਪ੍ਰਚਾਰ ਦੇ ਲਈ, ਯੋਜਨਾ ਦੇ ਲਈ। ਜਿਹੜੀ ਪਹਿਲੀ ਤਰਕੀਬ ਹੈ ਖਿਆਲ ਦੇ ਰੂਪ ਦੇ ਵਿੱਚ, ਧਰਤੀ ਦੇ ਜਿੰਨੇ ਵੀ ਇਹ ਰਾਹ ਪੈਦਾ ਹੋ ਰਹੇ ਇਹਨਾਂ ਨੂੰ ਸਿੰਫਤੀ ਦੇ ਨਾਲ ਫਤਿਹ ਕਰ। ਇਹ ਸਿੰਫਤੀ ਲਫ਼ਜ਼ ਮੈਂ ਕਹਿ ਰਿਹਾ ਕਿਉਂਕਿ ਤੁਸੀਂ ਖਾਲਸਾ ਕਿਸੇ ਦਾ ਦੁਸ਼ਮਣ ਨੇ, ਜਲਾਦ ਦੇ ਅੰਦਰ ਵੀ ਪਰਮਾਤਮਾ ਦਾ ਅੰਸ਼ ਬੈਠਾ ਤੇ ਖਾਲਸੇ ਨੇ ਆਪਣੇ ਰੰਗ ਦੇ ਨਾਲ ਜਲਾਦ ਦੇ ਅੰਦਰੋਂ ਵੀ ਉਹ ਚੀਜ਼ ਪੈਦਾ ਕਰ ਲਈ। ਇਸ ਕਰਕੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਰੂਪ ਆ, ਜਿੰਨੀਆਂ ਵੀ ਵਿਰੋਧੀ ਧਿਰਾਂ ਜੋ ਕੁਝ ਵੀ ਧਰਤੀ ਤੇ ਚੱਲ ਰਿਹਾ ਇਹਨਾਂ ਦੇ ਵਿੱਚੋਂ ਦੀ ਮਤਲਬ ਕਿ ਤੁਸੀਂ ਉਹਨਾਂ ਦੇ ਟਰਾਂਸੈਂਡੈਂਸ ਦੇ ਜਿਹੜੇ ਨੁਕਤੇ ਆ ਉਹਨਾਂ ਦੀ ਪਛਾਣ ਕਰੋ ਤੇ ਉਹਨਾਂ ਨੂੰ ਲਵ ਦੇ ਨਾਲ ਸਟੱਡੀ ਕਰਕੇ ਸਿੱਖ ਨੁਕਤੇ ਤੋਂ ਫਤਿਹ ਕਰੋ। ਜਿਵੇਂ ਬਾਹਰਲੇ ਸਿੱਖ ਇੱਥੇ ਬੈਠੇ ਆ ਇਹਨਾਂ ਦੀ ਬੜੀ ਵੱਡੀ ਡਿਊਟੀ ਆ, ਕਿਉਂਕਿ ਸਾਡੇ ਤਾਂ ਸਾਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਬਹੁਤੇ ਬੰਦੇ ਨੂੰ, ਇਸ ਕਰਕੇ ਜਿਹੜਾ ਬਾਹਰ ਦਾ ਲਿਟਰੇਚਰ ਆ ਉਹ ਸਾਡੇ ਤੇ ਹੋਰ ਕਈ ਕਾਰਨਾਂ ਕਰਕੇ ਪ੍ਰੈਸ਼ਰਾਈਜ਼ ਸਾਨੂੰ ਕਰ ਰਿਹਾ, ਸਾਡੇ ਮਾਈਂਡ ਨੂੰ ਪ੍ਰਭਾਵਿਤ ਕਰ ਰਿਹਾ, ਵਰਲਡ ਦੇ ਮਾਹੌਲ ਨੂੰ ਪ੍ਰਭਾਵਿਤ ਕਰ ਰਿਹਾ। ਇਹ ਉਧਰਲੇ ਚੈਲੰਜਸ ਨੂੰ ਪਹਿਲਾਂ ਤਾਂ ਉਹਨਾਂ ਦੀਆਂ ਕਿਤਾਬਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨਾ ਚਾਹੀਦਾ, ਇਹਨਾਂ ਨੂੰ ਕਰਨਾ ਚਾਹੀਦਾ, ਇਹ ਜ਼ਿਆਦਾ ਸੋਹਣਾ ਕਰ ਸਕਦੇ ਆ। ਦੂਜਾ ਉਹਨਾਂ ਦਾ ਜਵਾਬ ਸਿੱਖ ਨੁਕਤੇ ਤੋਂ ਦੇ ਕੇ ਉਹਨਾਂ ਨੂੰ ਉੱਥੇ ਹੀ ਖਤਮ ਕਰਨਾ,
ਫਿਰ ਬਾਹਰੀ ਪ੍ਰਭਾਵ ਸਾਡੇ ਤੇ ਕਿੰਨ ਜਾਣ, ਫਿਰ ਤਾਂ ਸਾਡੇ ਪ੍ਰਭਾਵ ਉਹਨਾਂ ਤੇ ਜਾਣ। ਹੁਣ ਉੱਧਰ ਕੋਈ ਥੋਟ ਦਾ ਰਾਹ ਪੈਦਾ ਹੁੰਦਾ, ਜਿਹੜੀ ਉਹਨਾਂ ਦੀ ਮਜਬੂਰੀ ਆ, ਉਹਨਾਂ ਦੀਆਂ ਟੈਨਸ਼ਨ ਦਾ, ਉਹਨਾਂ ਦੀ ਮਾਇੰਡ ਦੀ ਕੋਈ ਹੋਰ ਤਰ੍ਹਾਂ ਦੇ ਬੜੇ ਗੁੰਝਲਦਾਰ ਚੀਜ਼ਾਂ ਹੁੰਦੀਆਂ, ਉਹਦੇ ਚੋਂ ਕੋਈ ਥੋਟ ਦਾ ਸਿਸਟਮ ਪੈਦਾ ਹੁੰਦਾ, ਉਹਨੂੰ ਉਹ ਸਾਡੇ ਤੇ ਆ ਜਾਂਦਾ ਆ। ਕਿਉਂਕਿ ਅਮਰੀਕਾ ਦੀ ਚੜ੍ਹਤਾ, ਯੂਰਪ ਦੀ ਪੈਸੇ ਦੇ ਲੈਵਲ ਨੂੰ ਚੜ੍ਹਤਾ, ਇਸ ਕਰਕੇ ਅਸੀਂ ਕਹਿੰਦੇ ਉਹਨਾਂ ਦਾ ਖਿਆਲ ਵੀ ਸੱਚਾ ਸਾਡੇ ਤੇ ਲਾਗੂ ਹੋ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹਨਾਂ ਨੂੰ ਉੱਥੇ ਹੀ ਚੈੱਕ ਕਰਨਾ, ਇਹ ਜਿਹੜਾ ਸਾਡੇ ਬਾਹਰਲੇ ਬੰਦਿਆਂ ਦਾ ਕੰਮ ਆ। ਦੂਜਾ, ਜਿਹੜੇ ਸਾਡੀਆਂ ਜਥੇਬੰਦੀਆਂ ਬਣੀਆਂ ਆ, ਇਹ ਆਪਣੇ ਆਪ ਨੂੰ ਵਰਲਡ ਲੈਵਲ ਤੇ ਰਿਲੀਜਨ ਦੀ ਗੱਲ ਕਰਨ। ਜੇ ਵਰਲਡ ਲੈਵਲ ਤੇ ਰਿਲੀਜਨ ਦੀ ਗੱਲ ਕਰਕੇ ਪੰਜਾਬ ਦਾ ਕੁਝ ਸਵਾਰਨਾ ਤੇ ਸਵਾਰੋ। ਜੇ ਇਕੱਲਾ ਐਵੇਂ ਤੁਹਾਨੂੰ ਲੱਗਾ ਵੀ ਮੈਂ ਪੇਂਡੂ ਬੰਦਿਆਂ ਨੂੰ ਪਹਿਲਾਂ ਸਿੱਖੀ ਸਿਖਾਲਾਂ, ਇਹ ਗੱਲਾਂ ਬਹੁਤ ਛੋਟੀਆਂ ਚੀਜ਼ਾਂ ਆ, ਇਹ ਆਪਣੇ ਆਪ ਹੀ ਬੰਦਾ ਕਰੀ ਜਾਂਦਾ ਹੁੰਦਾ। ਪਿੰਡ 'ਚ ਇੱਕ ਬੰਦਾ ਬੈਠੇ 10 ਬੰਦੇ ਗੱਲ ਕੱਢ ਕੇ ਕਰ ਦਿੰਦਾ। ਇਸ ਕਰਕੇ ਤੁਹਾਡੀ ਜਿਹੜੀ ਕਿਤਾਬ ਆ, ਤੁਹਾਡਾ ਪ੍ਰਚਾਰ ਆ, ਇਹਦੇ ਵਿੱਚ ਵਰਲਡ ਲੈਵਲ ਦੀਆਂ ਚੀਜ਼ਾਂ ਜਿਹੜੀਆਂ ਉਹ ਫਤਿਹ ਚਾਹੀਦੀਆਂ, ਭਾਵੇਂ ਉਹਨਾਂ ਦਾ ਜ਼ਿਕਰ ਨਾ ਕਰੋ। ਜਿਵੇਂ ਪੰਜਾਬ ਦੇ ਪਿਛਲੇ 75 ਸਾਲ ਕਾਮਰੇਡਾਂ ਨੇ ਲਿਟਰੇਚਰ ਦੇ ਵਿੱਚ ਰਾਜ ਕੀਤਾ ਹੈ, ਤੇ ਕਾਮਰੇਡਾਂ ਨੇ ਜਿੰਨਾ, ਤੁਹਾਡਾ ਕਾਮਰੇਡ ਸਾਡੇ ਘਰ ਦੀ CID ਆ, ਕਿਉਂਕਿ ਸਾਡੇ ਸਿੱਖਾਂ ਦੇ ਮੁੰਡੇ ਕਾਮਰੇਡ ਆ, ਤੇ ਸੈਂਟਰ ਸਰਕਾਰ ਨੂੰ ਜਿੰਨੀ ਕਾਮਰੇਡਾਂ ਨੇ ਸਾਡੇ ਘਰ ਦਾ ਭੇਤ ਦੱਸਿਆ, ਉਹਨਾਂ ਹਿੰਦੂ ਨੂੰ ਨਹੀਂ ਸੀ ਪਤਾ, ਇਹਨਾਂ ਨੇ ਜ਼ਿਆਦਾ ਵੱਡਾ ਭੇਤ ਦੱਸਿਆ। ਸਾਰਾ ਪੰਜਾਬੀ ਲਿਟਰੇਚਰ ਜਿਹੜਾ ਆ, ਇਹ ਪਿਛਲੇ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਕਾਮਰੇਡਾਂ ਦੇ ਕੋਲ ਆ, ਸਾਰੀਆਂ ਯੂਨੀਵਰਸਿਟੀਆਂ, ਅਖਬਾਰਾਂ ਦੇ ਗੜ, TV ਦੇ ਵਿੱਚ ਇਹ ਸਾਰੇ ਹੀ ਕਾਮਰੇਡ ਬੈਠੇ ਤਕਰੀਬਨ। ਆ ਦੱਸਣ ਸਾਡੇ ਮਿਸ਼ਨਰੀ ਕਾਲਜ, ਸਾਡੇ ਹੋਰ ਕਾਲਜ, ਸਾਡੀਆਂ ਹੋਰ ਸੰਸਥਾਵਾਂ ਕਿ ਇਹਨਾਂ ਨੇ ਮਾਰਕਸਿਜ਼ਮ ਨੂੰ ਸਟੱਡੀ ਕੀਤਾ ਚੱਜ ਨਾਲ, ਨਹੀਂ ਕੀਤਾ। ਇਹਨਾਂ ਨੇ ਉਹਨਾਂ ਦੀ ਚੱਜ ਦੀ ਕਿਤਾਬ ਹੀ ਨਹੀਂ ਪੜ੍ਹੀ। ਮਾਰਕਸਿਜ਼ਮ ਨੂੰ ਕਿੱਥੋਂ ਰਿਜੈਕਟ ਕਰਕੇ ਪੰਜਾਬ ਦੇ ਵਿੱਚੋਂ ਕਾਮਰੇਡਾਂ ਨੂੰ ਵਿਪਤਾ ਪਾਈ ਜਾ ਸਕਦੀ ਸੀ, ਅਸੀਂ ਨਹੀਂ ਪਾਈ। ਅਸੀਂ ਗੱਲਾਂ ਮਾਰੀ ਜਾਂਦੇ, ਉਹ ਹੀ ਪਤਾ ਨੀ ਕੀ ਨਾਰੇ ਨਾਰੇ ਲਾਈ ਜਾਂਦੇ, ਚਲੋ ਉਹ ਵੀ ਚੰਗੇ, ਆਪਾਂ ਕਿਸੇ ਨੂੰ ਬੁਰਾ ਕਰਨ ਕਹੀਏ, ਅਸੀਂ ਆਪ ਆਪੇ ਹਾਂ। ਪਰ ਇਹ ਗੱਲਾਂ ਬੜੀਆਂ ਸੀਰੀਅਸ ਆ, ਤੁਸੀਂ ਕਿਉਂ ਨੀ ਕਰਦੇ? ਤੁਸੀਂ ਪੜ੍ਹੋ, 10 ਜਣੇ ਆਪਣੇ ਟੋਲੇ ਬਣਾ ਲਓ, ਜਿਵੇਂ ਕੱਲ ਬਣਾਏ ਦੇ ਸੀ ਤੁਸੀਂ, ਤੁਹਾਡਾ ਸਿੱਖ ਮਿਸ਼ਨਰੀ ਕਾਲਜ, 10 ਬੰਦੇ ਬਣਾ ਦੇ ਕ੍ਰਿਸਚੈਨਿਟੀ ਤੇ ਲਾ ਦੇ, 10 ਬੰਦੇ ਮਾਡਰਨ ਜਿਹੜੀ ਥੋਟ ਆ ਉਹਦੇ ਤੇ ਲਾ ਦੇ, 10 ਬੰਦੇ ਮਾਰਕਸਿਜ਼ਮ ਤੇ ਲਾ ਦੇ, 10 ਹਿੰਦੂਇਜ਼ਮ ਤੇ ਲਾ ਦੇ, ਉਹਨਾਂ ਦੇ ਗ੍ਰੰਥ ਪੜ੍ਹਨ ਨਾਲੇ ਸਿੱਖਾਂ ਦੇ ਸਕਾਲਰ ਬਣਨ, ਨਾਲੇ ਵਰਲਡ ਲੈਵਲ ਦੀਆਂ ਕਿਤਾਬਾਂ ਪੈਦਾ ਹੋਣ। ਉਹ ਨਹੀਂ ਕਰਨਾ, ਇੱਥੇ ਵੀਰ ਜੀ ਕਰੀ ਜਾਣਗੇ। ਤੇ ਤੁਸੀਂ ਨਵੇਂ ਨਵੇਂ ਲਹੋ ਜੇ ਕੱਢ ਕੇ ਤੇ ਐਂ ਥੋੜਾ ਬਚ ਜਾਓਗੇ? ਜਦ ਖਾਲਸਾ ਲਵੋ ਦਾ, ਸਿੰਘ ਲਵੋ ਦਾ, ਭਾਈ ਸਾਹਿਬ ਲਵੋ ਦਾ, ਤੁਸੀਂ ਲਹੋ ਜੇ ਕੱਢ ਕੇ ਇੱਕ ਧਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਐਂ ਨਹੀਂ ਬਣੋਗੇ? ਜਿੰਨਾ ਮਰਜ਼ੀ ਕਰ ਲਓ, ਤੁਸੀਂ ਇਹਦਾ ਭਾਵੇਂ ਗੁੱਸਾ ਮੰਨ ਲਓ, ਪਰ ਇੰਜ ਨਹੀਂ ਬਣੋਗੇ। ਮੈਨੂੰ ਪਤਾ ਤੁਸੀਂ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਬਰਾਬਰ ਖੜ ਕੇ ਗੱਲ ਕਰਕੇ ਦਿਖਾਓ, ਸਟੱਡੀ ਸਰਕਲ ਦੇ ਪ੍ਰਧਾਨ ਨੂੰ ਕਹੋ ਤੂੰ ਕਰ, ਨਹੀਂ ਕਰੂਗਾ, ਕਿਉਂਕਿ ਇਹਦੀ ਉਸ ਕਿਸਮ ਦੀ ਸਟੱਡੀ ਨਹੀਂ ਹੈਗੀ, ਉਸ ਕਿਸਮ ਦਾ ਇਹਨੇ ਕਲਚਰ ਨਹੀਂ ਪੈਦਾ ਕੀਤਾ। ਇੱਕ ਛੋਟੇ ਲੈਵਲ ਦੀ ਸਿਆਸਤ ਪਰ ਧਿਰਾਂ ਬਣਾਈ ਜਾਂਦੇ, ਪਤਾ ਨੀ ਇੰਨਾ ਕਾਗਜ਼, ਇੰਨੀ ਪ੍ਰੈਸ, ਇੰਨਾ ਪੈਸਾ, ਪਤਾ ਨੀ ਕਿੱਥੇ ਲਾਈ ਜਾਂਦੇ ਆ ਉਹ ਕਿਤਾਬਾਂ। ਉਹ ਆਪਾਂ ਮਾੜੇ ਵੀ ਨੀ ਇਹਨਾਂ ਨੂੰ ਕਹਿ ਰਿਹਾ, ਮੈਂ ਮਾੜੇ ਨੀ ਕਹਿ ਰਿਹਾ, ਮੈਂ ਦੱਸ ਰਿਹਾ ਵੀ ਤੁਹਾਡੇ ਸਾਹਮਣੇ ਚੈਲੰਜ ਤੇ ਆਇਆ, ਤੇ ਕੰਮ ਤੁਸੀਂ ਹੋਰ ਹੀ ਕਰਨ ਡੇ। ਜੰਗ ਦਾ ਮੈਦਾਨ ਭਖਿਆ ਪਿਆ ਆ, ਤੁਸੀਂ ਆਲੂਆਂ ਦੀ ਗੋਡੀ ਕਰਨ ਡੇ, ਤੁਹਾਡਾ ਕੀ ਬਣੂਗਾ? ਇਸ ਕਰਕੇ ਜਿਹੜਾ ਉਹਦੀ ਜਿੱਥੇ ਮੁੱਦਾ ਤੁਸੀਂ, ਮੈਂ ਤੇ ਆਲੂਆਂ ਦਾ ਦੇਖੋ ਥੱਲੋਂ ਗੁੱਛਾ ਜਿਹਾ ਕਿੱਡਾ ਕੱਢਣਾ, ਲੱਗੇ ਰਹੋ ਉੱਥੇ, ਫਿਰ ਇਹ ਆਲੂ ਹੀ ਕਿਲੋ ਦਾ ਕੱਢ ਦੇਣਾ, ਉਹ ਲੱਗੇ ਰਹੋ, ਧੌਣ ਵੱਢ ਦੂ ਤੁਹਾਡੀ ਕੋਈ ਆ ਕੇ ਪਿੱਛੇ। ਇਸ ਕਰਕੇ ਜਿਹੜਾ ਇਹ ਬੜਾ ਜ਼ਰੂਰੀ ਆ ਕਿ ਤੁਸੀਂ ਜਿਹੜਾ ਪਹਿਲਾ ਨੁਕਤਾ ਜਿਹੜਾ ਮੈਂ ਆਖਰ ਦੇ ਵਿੱਚ, ਉਹਦਾ ਤੇ ਪਤਾ ਨੀ ਮੈਂ ਆਪਣੇ ਟੌਪਿਕ ਨਾਲ ਨਿਆਂ ਕਰ ਰਿਹਾ ਕਿ ਨਹੀਂ, ਪਰ ਮੈਨੂੰ ਲੱਗਦਾ ਵੀ ਮੈਂ 2 ਗੱਲਾਂ ਤੁਹਾਡੇ ਲਈ ਸ਼ਾਇਦ ਕੀਮਤੀ ਕੀਤੀਆਂ। ਇੱਕ ਤਾਂ ਜਿਹੜਾ ਗੁਰੂ ਨਾਨਕ ਸਾਹਿਬ ਵਾਲਾ ਸਫ਼ਰ, ਇਹ ਰਾਜ ਕਰੇਗਾ ਖਾਲਸਾ ਤੱਕ, ਧਰਤੀ ਸਾਰੀ ਇਹਦੇ ਵਿੱਚ ਹੀ ਹੈ, ਇਹ ਪਰਮਾਤਮਾ ਤੋਂ ਧਰਤੀ ਪੈਦਾ ਹੋ ਕੇ ਫਿਰ ਪਰਮਾਤਮਾ ਦੇ ਵਿੱਚ ਹੀ ਸਮਾ ਰਿਹਾ ਸਾਰਾ ਬ੍ਰਹਿਮੰਡ। ਇਸ ਕਰਕੇ ਧਰਤੀ ਦੀ ਹਰ ਇੱਕ ਐਕਟੀਵਿਟੀ, ਜਿਹੜਾ ਟਾਈਮ ਦੀ ਕਨਸੈਪਸ਼ਨ ਆ ਸਾਡੀ, ਟਾਈਮ ਦੀ ਕਨਸੈਪਸ਼ਨ ਸਾਡੀ ਲੀਕ ਵਰਗੀ ਨਹੀਂ ਗਈ ਜਿਵੇਂ ਇਸਲਾਮ ਦੀ ਆ। ਇਸਲਾਮ ਦੀ ਲਾਈਨੀਅਰ ਹੈ ਕਨਸੈਪਸ਼ਨ, ਜਿਹੜੀ ਹੈ ਸਾਡੀ ਸਰਕੂਲਰ ਆ। ਉਹਨਾਂ ਦੀ ਜਿਹੜਾ ਆ ਸ੍ਰਿਸ਼ਟੀਆਂ ਜਿਹੜੀਆਂ ਨਾਸ਼ ਹੋਣਗੀਆਂ, ਪਰਮਾਤਮਾ 'ਚ ਸਮਾਉਣਗੀਆਂ ਨਹੀਂ, ਉੱਥੇ ਲਾਈਫ ਇੱਕ ਵਾਰੀ ਹੈ। ਇਸਲਾਮ ਦੇ ਵਿੱਚ ਬੰਦਾ ਪੈਦਾ ਹੋ ਗਿਆ, ਪੈਦਾ ਹੋਣ ਤੋਂ ਬਾਅਦ ਉਹ ਮਰੇਗਾ, ਮਰਨ ਤੋਂ ਬਾਅਦ ਕਬਰ ਦੇ ਵਿੱਚ ਰਹੂਗਾ ਜਿਹਨੂੰ ਆਲਮੇ ਬਰਜ਼ਖ ਕਹਿੰਦੇ ਆ। ਉਸ ਤੋਂ ਬਾਅਦ ਕਿਆਮਤ ਦਾ ਦਿਨ ਆਊਗਾ ਜਿੱਦਣ ਸਾਰੇ ਮੁਰਦੇ ਕਬਰਾਂ 'ਚ ਖੜੇ ਹੋ ਜਾਣਗੇ, ਤੇ ਅਰਾਫਾਤ ਦੇ ਮੈਦਾਨ ਦੇ ਵਿੱਚ ਉਹਨਾਂ ਦਾ ਫੈਸਲਾ ਹੋਊਗਾ। ਸੂਰਾ ਹਾਕ ਦੇ ਵਿੱਚ ਇਹ ਬਹੁਤ ਖੂਬਸੂਰਤ ਬਿਆਨ ਕੀਤਾ ਗਿਆ, ਇਹ ਤੁਸੀਂ ਕੁਰਾਨ ਸ਼ਰੀਫ ਦੇ ਵਿੱਚ ਪੜ੍ਹ ਸਕਦੇ ਹੋ, ਤੇ ਉਹ ਬੜੀ ਕਮਾਲ ਦੀ ਆ। ਸੂਰਾ ਹਾਕ ਦੇ ਵਿੱਚ ਬੜੀ ਦਹਿਸ਼ਤ ਕਿ ਰੱਬ ਧਰਤੀਆਂ ਨੂੰ ਪਨਾਹ ਕਿੰਝ ਕਰ ਦੂਗਾ, ਤੇ ਉਹਨਾਂ ਦੇ ਜਿਹੜੇ ਮਾੜੇ ਅਮਲ ਹੋਣਗੇ ਉਹਨਾਂ ਦੀ ਜਿਹੜੀ ਹੈ ਲਿਸਟ ਮਾੜੇ ਕਰਮਾਂ ਦੀ, ਜਿਹਨਾਂ ਦੇ ਖੱਬੇ ਹੱਥ 'ਚ ਫੜਾਈ ਹੋਊਗੀ, ਉਹ ਕਹਿਣਗੇ ਕਾਸ਼ ਸਾਨੂੰ ਮੌਤ ਹੀ ਮਾਰ ਦਿੰਦੀ। ਇਹ ਨਜ਼ਾਰਾ ਦੇਖੋ ਕਿੱਡਾ, ਬੰਦਾ ਮੌਤ ਨਾਲ ਵੀ ਨਹੀਂ ਮਰਦਾ, ਉਹਦੇ ਅਮਲ ਮੌਤ ਵੀ ਉਹਨੂੰ ਜਿਹੜੇ ਆ ਉਹਦੇ ਅਮਲਾਂ ਤੋਂ ਛੁਡਾਉਂਦੀ ਨਹੀਂ। ਬੰਦਾ ਜਿਹੜਾ ਆ ਰੱਬ ਦੀ ਘੜੀ ਦੇ ਵਿੱਚ ਜਾ ਕੇ ਉਹਦਾ ਫੈਸਲਾ ਹੁੰਦਾ, ਬੰਦੇ ਦਾ ਫੈਸਲਾ ਮੌਤ ਨਾਲ ਵੀ ਨਹੀਂ ਹੁੰਦਾ। ਉਹ ਬੜੇ ਕਹਿਰਵਾਨ ਜਿਹੜੀ ਹੈ ਉਹ ਸੂਰਤ ਆ, ਚੈਪਟਰ ਹੈ, ਉਹ ਪੜ੍ਹੋ। ਮੁਸਲਮਾਨ ਰੋਂਦੇ ਆ ਮੱਕੇ ਦੇ ਵਿੱਚ, ਕਾਰੀ ਬੱਸ ਤੇ ਕਿਹਨਾਂ ਦਾ ਹੋਇਆ, ਕਾਰੀ ਬੱਸ ਦਾ 1.5 ਮਿੰਟ ਦਾ ਸਾਹ ਆ,
ਉਹ ਕੁਰਾਨ ਜਿਹੜਾ ਸਾਡੇ ਪਾਠੀ ਦੇਖੋ ਉਧਰਲੇ ਪਾਸੇ ਅਜ਼ਾਨ ਦਿੰਦੇ ਦੇਖੋ ਮੁਸਲਮਾਨ ਸਾਡੇ ਪਾਠੀਆਂ ਦੀ ਆਵਾਜ਼ ਉੱਥੇ ਜਾਂਦੀ ਨੀ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਰਾਗ ਦਾ ਦਰਿਆ ਆ ਜਿਵੇਂ ਸ਼ਹਿਦ ਵਗਦਾ ਹੁੰਦਾ ਦਰਿਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਮਿਠਾਸ ਆ ਪਰ ਮੁਸਲਮਾਨਾਂ ਦੇ ਜਿਹੜੇ ਕਾਰੀ ਆ ਕੁਰਾਨ ਪੜ੍ਹਨ ਵਾਲੇ ਉਹ ਇੰਨੀ ਕਮਾਲ ਦੀ ਕੁਰਾਨ ਪੜ੍ਹਦੇ ਆ ਕਿ ਬਸ ਜਾਣ ਹੀ ਕੱਢਦੇ ਭਾਵੇਂ ਮਤਲਬ ਸਮਝ ਆਵੇ ਨਾ ਆਵੇ ਉਹਨਾਂ ਦੀ ਕੁਰਾਨ ਦਾ ਅੰਦਾਜ਼ ਬਹੁਤ ਕਮਾਲ ਪਰ ਅਸੀਂ ਉਹਨੇ ਚਾਅ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜ੍ਹ ਸਕਦੇ ਆਵਾਜ਼ ਮਾਰ ਕੇ ਬੰਦਾ ਦਿਲ ਤੋੜਦੇ ਅਗਲੇ ਕਾਫਰ ਦਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸੁੱਟ ਕੇ ਬੰਦਾ ਅਗਲੇ ਨੂੰ ਵਿੰਨ ਦੇਵੇ ਇਸ ਕਿਸਮ ਦੀਆਂ ਕਬੀਰ ਸਤਿਗੁਰ ਸੂਰਮੇ ਵਾਇਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਤੇ ਸ਼ੇਕ ਇੰਜ ਵੱਜਦੀਆਂ ਤੀਰ ਜਦੋਂ ਕੁਰਾਨ ਜਦੋਂ ਇੰਜ ਵੱਜਦਾ ਸੀ ਇੰਜ ਮੁਸਲਮਾਨ ਮਰਦਾ ਸਾਡਾ ਸਿੱਖ ਨਹੀਂ ਮਰਦਾ ਕਿਉਂਕਿ ਇਹਦੇ ਅੰਦਰ ਕੋਈ ਜਜ਼ਬਾ ਹੈ ਉਹਨਾਂ ਨੇ ਮੁਹੰਮਦ ਨੂੰ ਜਿੰਨਾ ਸੋਹਣਾ ਲਾਇਆ ਇੱਥੇ ਲੱਗੇ ਰਹਿੰਦੇ ਫਰੀਦ ਨੇ ਕਿਹਾ ਹਾਂ ਕੋਈ ਜੀਵ ਨੀ ਲੱਗਦਾ ਨਾਲ ਨਾਨਕ ਨੇ ਕਿਹਾ ਮੁਸਲਮਾਨ ਜਿਹੜੇ ਆ ਉਹ ਪਿਆਰ ਕਰਦਾ ਮੁਹੰਮਦ ਨੂੰ ਕਿਉਂਕਿ ਉਹਦੇ ਅੰਦਰ ਇਹ ਚੀਜ਼ਾਂ ਜ਼ਿਆਦਾ ਹੈ ਸਾਡੇ ਨਾਲ ਸਾਨੂੰ ਮੰਨਣਾ ਚਾਹੀਦਾ ਉਹਦੇ 'ਚ ਨਮਾਜ਼ ਦੀ ਤਾਕਤ ਜ਼ਿਆਦਾ ਸਾਡੇ ਨਾਲ ਸਾਡੇ ਪੰਜ ਬਾਣੀਆਂ ਦੇ ਪਾਠ ਨਾਲ ਭਾਵੇਂ ਕਿ ਬਖਸ਼ਿਸ਼ ਸਾਡੀ ਵੱਡੀ ਭਾਵੇਂ ਕਿ ਨਮਾਜ਼ ਉਹ ਕਮਾਲ ਨਹੀਂ ਕਰੂਗੀ ਜੋ ਸਿੱਖ ਨੇ ਕੀਤਾ ਇੰਝ ਜਿਹੜਾ ਆ ਇਹ ਜਿਹੜਾ ਰੂਪ ਆ ਤੁਹਾਡੇ ਕੋਲ ਫਤਿਹ ਦਾ ਇੱਕ ਤਾਂ ਇਸ ਨੁਕਤੇ ਤੋਂ ਚੀਜ਼ਾਂ ਨੂੰ ਪੜ੍ਹੋ ਦੂਜਾ ਜਿੰਨਾ ਵਰਲਡ ਦੇ ਵਿੱਚ ਵੱਖਰੀਆਂ ਵੱਖਰੀਆਂ ਕਿਉਂਕਿ ਫਿਲਾਸਫੀ ਵੱਖਰੀਆਂ ਵੱਖਰੀਆਂ ਟੈਨਸ਼ਨ 'ਚੋਂ ਪੈਦਾ ਹੁੰਦੀ ਹੈ ਮਨ ਹੱਥ ਬੁੱਧੀ ਕਹਿੰਦੀ ਹੈ ਬੁੱਧੀ ਮਨ ਦੇ ਹੱਥ 'ਚੋਂ ਪੈਦਾ ਹੁੰਦੀ ਹੈ ਇਹ ਤਾਂ ਸ਼੍ਰਮ ਖੰਡ ਦੇ ਵਿੱਚ ਜਾ ਕੇ ਸਾਧੀ ਜਾਂਦੀ ਹੈ ਤੁਸੀਂ ਸ਼੍ਰਮ ਖੰਡ ਵਾਲੀ ਬੁੱਧੀ ਦੇ ਨਾਲ ਚੀਜ਼ਾਂ ਨੂੰ ਇੰਟਰਪ੍ਰੈਟ ਕਰੋ ਆਹ ਜਿਹੜੀ ਬੁੱਧੀ ਹੈ ਇਹ ਤਾਂ ਐਵੇਂ ਡਰਾਂ ਦੀ ਹੁੰਦੀ ਹੈ ਆ ਮੈਂ ਲੈਕਚਰ ਵੀ ਕਰਦਾ ਪਿਆ ਮੈਨੂੰ ਆਪਣੇ ਕਰਤੂਤ ਵੀ ਦੱਸਦੀ ਪਈ ਹੈ ਸਿੱਧੀ ਵਰਤੋਂ ਦੱਸਾਂ ਉਹਦੇ ਕਮਾਲ ਨਹੀਂ ਅਸੀਂ ਬੋਲਦੇ ਇਹ ਤਾਂ ਕਿਤਾਬਾਂ ਬੋਲੀ ਜਾਂਦੀਆਂ ਤੁਹਾਨੂੰ ਵੀ ਲੱਗਦਾ ਬੜਾ ਕਮਾਲ ਲੈਕਚਰ ਪ੍ਰੋਫੈਸਰ ਨੇ ਆਹ ਕਰਤਾ ਉਹ ਕਰਤਾ ਪਰ ਸਾਨੂੰ ਆਪਣਾ ਅਮਲ ਵੀ ਦਿਸੀ ਜਾਂਦਾ ਵੀ ਅਸੀਂ ਗੱਡੀਆਂ ਵਿੱਚ ਉੱਠਾਂ ਤੇ ਬੜੀਆਂ ਫਿਰਦੀਆਂ ਧਰ ਦਿੰਦੇ ਇਹ ਜਿਹੜੀਆਂ ਬੰਦਾ ਜਿਹੜਾ ਹੈ ਇਸ ਕਰਕੇ ਸ਼੍ਰਮ ਖੰਡ ਵਾਲੀ ਬੁੱਧੀ ਨਾਲ ਫੈਸਲੇ ਕਰੇ ਜਿੱਥੇ ਘੜੀ ਜਾਂਦੀ ਹੈ ਬੁੱਧੀ ਜਿੱਥੇ ਬੇਮਿਸਾਲ ਹੁੰਦੀ ਆ ਜਿੱਥੇ ਚੀਜ਼ਾਂ ਪਲਟੇ ਖਾਂਦੀਆਂ ਜਿੱਥੇ ਇੱਕ ਚੀਜ਼ 'ਚੋਂ ਅਨੇਕ ਚੀਜ਼ਾਂ ਦਿਸਦੀਆਂ ਇੱਕ ਫੁੱਲ ਦੇ ਵਿੱਚੋਂ ਸਾਰੇ ਬਾਗ ਦੀ ਮਹਿਕ ਧੜਕਦੀ ਹੈ ਇੱਕ ਤਾਰੇ ਦੇ ਵਿੱਚੋਂ ਦੀ ਸਾਰੇ ਅਸਮਾਨ ਦੀ ਖੂਬਸੂਰਤੀ ਦਿਸਦੀ ਹੈ ਇੱਕ ਚਿਹਰੇ ਦੇ ਵਿੱਚੋਂ ਦੀ ਸਾਰੇ ਧਰਤੀ ਦੇ ਚਿਹਰਿਆਂ ਦੀ ਪਵਿੱਤਰਤਾ ਦਿਸਦੀ ਹੈ ਇਹ ਐਸੀਆਂ ਗੱਲਾਂ ਹੀ ਬੜੀਆਂ ਹੋਰ ਗੱਲਾਂ ਅਸੀਂ ਕਿਤੇ ਇਹਨਾਂ ਨੂੰ ਬੜਾ ਦੂਰ ਲਿਜਾ ਰਹੇ ਹਾਂ ਅਸੀਂ ਤੇ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਫਸੇ ਕਰਦੇ ਹਾਂ ਇਸ ਕਰਕੇ ਖਾਲਸਾ ਜੀ ਉਹ ਜਿਹੜੇ ਇਹ ਰੂਪ ਆ ਇਹਨਾਂ ਨੂੰ ਵਰਲਡ ਲੈਵਲ ਤੇ ਡਿਸਕਸ ਕਰੋ ਦੂਜਾ ਪੁਆਇੰਟ ਮੈਂ ਤੁਹਾਡੇ ਸਾਹਮਣੇ ਇਹ ਜਿਹੜਾ ਦੇਣਾ ਚਾਹੁੰਦਾ ਇਹ ਜੇ ਤੁਸੀਂ ਇਹਨਾਂ ਨੂੰ ਸਧਾਰਨ ਲੈਵਲ ਤੇ ਕੀਤਾ ਫਿਰ ਤੁਸੀਂ ਫੈਸਲੇ ਨਹੀਂ ਕਰ ਸਕੋਗੇ ਵਰਲਡ ਦਾ ਜਿੰਨਾ ਤੀਜਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡੇ ਧਰਤੀ ਜਿਹੜੀ ਤੁਹਾਨੂੰ ਰੱਬ ਨੇ ਬਖਸ਼ ਦਿੱਤੀ ਜਿਵੇਂ ਸਾਨੂੰ ਪੰਜਾਬ ਬਖਸ਼ ਦਿੱਤਾ ਅਸੀਂ ਸਾਡਾ ਜੀਵਨ ਇੱਥੇ ਆ ਜੇ ਅਸੀਂ ਅੰਗਰੇਜ਼ਾਂ ਦੇ ਜੰਮਦੇ ਫਿਰ ਅੰਗਰੇਜ਼ੀ ਉੱਥੇ ਉਹਦੇ ਉੱਥੇ ਹੁਣ ਇੱਥੇ ਆ ਅਸੀਂ ਜਿਵੇਂ ਇਸ ਕਰਕੇ ਜਿਹੜਾ ਇੱਥੋਂ ਦਾ ਕ੍ਰੀਏਟਿਵ ਫਲੋ ਆ ਜਿਹੜੀ ਲਾਈਫ ਦੀ ਸੁੱਚੀ ਧੜਕਣ ਹੈ ਜਿਵੇਂ ਗਾਲਬ ਕਹਿੰਦਾ ਇਬਨ ਮਰੀਅਮ ਹੁਆ ਕਰੇ ਕੋਈ ਮੇਰੇ ਦੁੱਖ ਕੀ ਦਵਾ ਕਰੇ ਕੋਈ ਕਹਿੰਦਾ ਹੁੰਦਾ ਰਹੇ ਕੋਈ ਇਸਾ ਦਾ ਪੁੱਤ ਮੈਂ ਕੀ ਕਰਾਂ ਮੇਰੇ ਦੁੱਖ ਕੀ ਦਵਾ ਕਰੇ ਕੋਈ ਜਿੰਨਾ ਚਿਰ ਮੇਰੇ ਦੁੱਖ ਦੇ ਨਾਲ ਨੀ ਈਸਾ ਦਾ ਧਰਮ ਜੁੜਦਾ ਓਨਾ ਚਿਰ ਈਸਾ ਵੀ ਕੱਖ ਨਹੀਂ ਤੇ ਰਿਲੀਜਨ ਜਿੰਨਾ ਚਿਰ ਕੌਮਾਂ ਦੇ ਦੁੱਖਾਂ ਨਾਲ ਨਹੀਂ ਜੁੜਦਾ ਧਰਤੀ ਦੇ ਦੁੱਖਾਂ ਨਾਲ ਨਹੀਂ ਜੁੜਦਾ ਓਨਾ ਚਿਰ ਧਰਮ ਜਿਹੜਾ ਧਰਤੀ ਦੇ ਨਾਲ ਪੂਰਾ ਨਿਆਂ ਨਹੀਂ ਕਰਦਾ ਤੇ ਧਰਮ ਜਿਹੜਾ ਆਪਣੇ ਪੂਰੇ ਭੇਦ ਨਹੀਂ ਦੱਸਦਾ ਇਸ ਕਰਕੇ ਤਰਸ ਦੀ ਉਹ ਦਿਸ਼ਾ ਪੈਦਾ ਕਰੋ ਜਿਹੜੀ ਤੁਹਾਡੀ ਧਰਤੀ ਦੇ ਨਿੱਕੇ ਤੋਂ ਨਿੱਕੇ ਜ਼ਰੇ ਨਾਲ ਅਨਿਆਂ ਹੋ ਰਿਹਾ ਉਹਦੀ ਤੜਪ ਵੀ ਤੁਹਾਡੇ ਸੀਨੇ ਦੇ ਵਿੱਚ ਹੋਵੇ ਜਿੰਨਾ ਚਿਰ ਤੁਸੀਂ ਐਵੇਂ ਖਾਨੇ ਜਿਹਾ ਬਣਾ ਕੇ ਜੇ ਉੱਥੇ ਬਹਿ ਗਏ ਨਾ ਵੀ ਅਸੀਂ ਸਿੱਖ ਤੇ ਅਸੀਂ ਆ ਦੇਸੀ ਤੋਂ ਦੇ ਕੋਈ ਬੰਦਾ ਧਾਰਮਿਕ ਅਧਾਰਮਿਕ ਸਭ ਰੱਬ ਦੇ ਬੰਦੇ ਆ ਇਸ ਕਰਕੇ ਜਿੰਨਾ ਚਿਰ ਦਰਦ ਨਹੀਂ ਇੰਨਾ ਪਾਵਰਫੁੱਲ ਹੁੰਦਾ ਤੁਹਾਡੀ ਅਰਦਾਸ ਕਿੱਥੋਂ ਜਾਣ ਆਉਗੀ ਇਸ ਤੀਜੀ ਗੱਲ ਇੱਕ ਜਿਹੜੀ ਹੋਰ ਮੈਨੂੰ ਗੱਲ ਪੂਰੀ ਹੈ ਇਹ ਬੜੀ ਮੈਨੂੰ ਜ਼ਰੂਰੀ ਲੱਗਦੀ ਹੈ ਇੱਕ ਜਿਹੜਾ ਅਸੀਂ ਸੋਚਦੇ ਹਾਂ ਅਸੀਂ ਕੰਮ ਕਰਨਾ ਸ਼ਾਇਦ ਦੂਜੇ ਲਈ ਕਰਨਾ ਪੰਥ ਦੀ ਸੇਵਾ ਇਹਦਾ ਅਗਲਾ ਮਤਲਬ ਮੇਰੇ ਖਿਆਲ ਨਾਲ ਸਾਨੂੰ ਸਮਝ ਲੈਣਾ ਚਾਹੀਦਾ ਇਹ ਬੜਾ ਵੱਡਾ ਭੁਲੇਖਾ ਆ ਅਸੀਂ ਦੂਜੇ ਦੀ ਸੇਵਾ ਲਈ ਸੇਵਾ ਨਹੀਂ ਕਰਨੀ ਸਿੱਖ ਦੇ ਨਾਮ ਸਿਮਰਨ ਦਾ ਅੰਦਾਜ਼ ਇਹ ਆ ਕਿ ਉਹਦੇ 'ਚ ਦੂਜੇ ਦੀ ਸੇਵਾ ਆਉਂਦੀ ਹੈ ਇੱਥੇ ਦੂਜਾ ਦੂਜਾ ਨਹੀਂ ਇਹ ਵੀ ਸਾਡਾ ਸਵਾਰਥੀ ਕੰਮ ਆ ਕਬੀਰ ਕਰ ਕਬੀਰ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਇਹ ਬੜੀਆਂ ਸੈਲਫਿਸ਼ ਗੱਲਾਂ ਇਹ ਬੜੀ ਖੂਬਸੂਰਤ ਕਿਸਮ ਦਾ ਸੈਲਫਿਸ਼ਨੈਸ ਆ ਸਾਡੀ ਰੂਹ ਦੀ ਤਰੱਕੀ ਤਾਂ ਆ ਜੇ ਅਸੀਂ ਪਰਉਪਕਾਰ ਦੇ ਵਿੱਚ ਆਉਂਦੇ ਹਾਂ ਇਸ ਕਰਕੇ ਪਰਉਪਕਾਰ ਕੋਈ ਹਉਮੈ ਨਹੀਂ ਕਿ ਮੈਂ ਦੂਜੇ ਲਈ ਦੇਖੋ ਕੀ ਕਰ ਦਿੱਤਾ ਆ ਇੱਥੇ ਦੂਜੇ ਲਈ ਕਰਨਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਚੜ੍ਹਨ ਦੀ ਨਿਸ਼ਾਨੀ ਇੱਥੇ ਸਰੀਰ ਨੂੰ ਦਾਅ ਤੇ ਲਾ ਕੇ ਪ੍ਰਵਾਨ ਚੜ੍ਹਿਆ ਜਾਂਦਾ ਇਹ ਪ੍ਰੇਮ ਖੇਡਣ ਲਈ ਸਿੱਧਾ ਹੀ ਆਇਆ ਕਿ ਸਰੀਰ ਦਾਅ ਤੇ ਲਾ ਇਸ ਕਰਕੇ ਇਹ ਬੜੀ ਸੈਲਫਿਸ਼ ਕਿਸਮ ਦੀ ਗੱਲ ਆ ਜਿਹੜਾ ਤੁਸੀਂ ਪੰਥ ਦਾ ਕੰਮ ਕਰਨਾ ਇਹਨੂੰ ਇੰਜ ਨਾ ਸਮਝ ਲਿਓ ਕਿਤੇ ਅਸੀਂ ਪੰਥ ਦਾ ਕੰਮ ਕਰਨਾ
ਇਹ ਤੁਹਾਡੀ ਆਪਣੀ ਸੈਲਫਿਸ਼ ਪ੍ਰਾਪਤੀ ਹੈ, ਰੂਹ ਦੀ ਪ੍ਰਾਪਤੀ ਹੈ, ਤੇ ਇੱਥੇ ਸੈਲਫਿਸ਼ਨੈਸ ਬਿਊਟੀਫੁੱਲ। ਇਸ ਕਰਕੇ ਜਿਹੜਾ ਮਤਲਬ ਕਿ ਇਹਨੂੰ ਇਹ ਸਮਝ ਕੇ ਕੰਮ ਕਰਿਓ, ਇਹਦੇ ਚ ਹਮੈ ਨੀ ਪੈਦਾ ਹੋ ਸਕਦੀ ਜੇ ਇਸ ਅੰਦਾਜ਼ ਦੇ ਵਿੱਚ ਤੁਰੋਗੇ। ਨਹੀਂ ਤੇ ਐਵੇਂ ਬੰਦਿਆਂ ਨੂੰ ਲੱਗਦਾ ਮੈਂ ਪਤਾ ਨੀ ਕੀ ਪੰਥ ਦਾ ਕਰਦਾ, ਹੁਣ ਪੰਥ ਮੈਨੂੰ ਤਗਮੇ ਦੇਵੇ। ਇਹ ਪੰਥ ਇੰਜ ਨਹੀਂ ਗੱਲ ਹੈ। ਜਿਹੜੇ ਗਿਆਨੀ ਦਿੱਤ ਸਿੰਘ ਸੀਗੇ, ਸਿੱਖ ਜਾਤਵਾਦ ਨੂੰ ਮੰਨਦੇ ਸੀ, ਉਹਨੂੰ ਗੁਰਦੁਆਰੇ ਚ ਨਹੀਂ ਬਹਿਣ ਦਿੰਦੇ, ਉਹ ਜੋੜਿਆਂ ਚ ਬਹਿ ਜਾਂਦੇ ਸੀ। ਜਦੋਂ ਉਹਨਾਂ ਨੂੰ ਪ੍ਰਸ਼ਾਦ ਖੀਰ ਚ ਦਿੰਦੇ ਸੀਗੇ ਇੱਥੋਂ ਦੀ ਇੱਛਾ ਕਰਦਾ, ਉਹ ਫਿਰ ਕਹਿੰਦਾ ਨਾਨਕ ਸਾਹਿਬ ਆਪਣੇ ਸਿੱਖਾਂ ਨੂੰ ਵੀ ਮੱਤ ਮਾੜੀ ਜੀ ਬਖਸ਼ੋ। ਜੇ ਸਾਡੇ ਹੁੰਦੇ ਹੁੰਦਾ ਦੇਸੀ ਜਾਂ ਗਾਲਾਂ ਕੱਢਦਾ, ਜਿਵੇਂ ਅੱਜ ਕੱਲ੍ਹ ਜਥੇਬੰਦੀਆਂ ਬਣਾਉਣੀਆਂ, ਸਾਡਾ ਗੁਰਦੁਆਰਾ ਲੈਦਾ, ਅਸੀਂ ਫਲਾਣੀ ਵੋਟ ਪਾਵਾਂਗੇ, ਇਹ ਐਂ ਬਣ ਜਾਂਦੇ ਫਿਰ। ਇਸ ਕਰਕੇ ਇਹ ਜਿਹੜਾ ਮਤਲਬ ਕਿ ਮੈਨੂੰ ਸਮਝ ਆਉਂਦਾ, ਇਹ ਬੜਾ ਇੰਪੋਰਟੈਂਟ ਨੁਕਤਾ ਆ ਕਿ ਇਹ ਤੁਹਾਡੀ ਆਪਣੀ ਸੋਲ ਦੀ ਪ੍ਰਾਪਤੀ ਦਾ ਲੱਛਣ ਆ, ਇਹ ਤੁਸੀਂ ਦੂਜੇ ਲਈ ਨਹੀਂ ਕੁਝ ਕਰਦੇ। ਇਹੋ ਜਿਹੀਆਂ ਗੱਲਾਂ ਬਾਤਾਂ, ਇੱਕ ਸਾਡੇ ਮੁੰਡਿਆਂ ਨੂੰ ਜਿਹੜੇ ਚੰਗੇ ਛੋਟੇ ਲੈਵਲ ਦੀ ਗੱਲ ਆ, ਜਿਹੜੇ ਚੰਗੇ ਅਹੁਦੇ ਆ ਇਹ ਪ੍ਰਾਪਤ ਕਰਨੇ ਚਾਹੀਦੇ ਆ, ਇਹਨਾਂ ਨੂੰ ਪੜ੍ਹਨਾ ਚਾਹੀਦਾ ਬਹੁਤ, ਜਿਹੜੀਆਂ ਵੈਸਟਰਨ ਚੀਜ਼ਾਂ ਮਾਡਰਨ ਚੀਜ਼ਾਂ ਜਿਹੜੀਆਂ, ਕਿਉਂਕਿ ਸਿੱਖ ਦੇ ਸਰੂਪ ਨੂੰ ਇਹਨਾਂ ਨੇ ਇੰਜ ਬਣਾਤਾ। ਮੈਂ ਪ੍ਰੋਫੈਸਰ ਹਾਂ, ਮੈਂ ਦੇਸੀ ਆ ਰਹਿੰਦਾ ਗੱਤਰਾ, ਉਹ ਤੋਂ ਪਾ ਕੇ ਕਾਲਜ ਜਾਂਦਾ। ਬਹੁਤੇ ਬੰਦੇ ਕਦੇ ਬੱਸ 'ਚ ਬੈਠੀ ਆ, ਸਾਨੂੰ ਪ੍ਰੋਫੈਸਰ ਹੀ ਨਹੀਂ ਸਮਝਦੇ। ਉਹਨਾਂ ਨੂੰ ਲੱਗਦਾ ਵੀ ਇਹ ਦੇਸੀ ਆ, ਕਦੋਂ ਆ ਗਿਆ ਪਿੰਡ 'ਚ ਉੱਠ ਕੇ ਦਿਹਾੜੀ ਕਰਦਾ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਨਾ ਕੱਢ ਰਿਹਾ। ਉਹਨਾਂ ਨੂੰ ਲੱਗਦਾ ਕਿ ਅੰਮ੍ਰਿਤਧਾਰੀ ਬੰਦਾ ਜਿਹੜਾ ਆ ਤੇ ਪ੍ਰੋਫੈਸਰ ਬੰਦਾ, ਇਹ ਦੋਵੇਂ ਜੁੜਦੇ ਜੇ ਨਹੀਂ, ਉਹਨਾਂ ਨੂੰ ਐਂ ਲੱਗਦਾ ਉਹਨਾਂ ਦੇ ਮਾਇੰਡ 'ਚ ਕੋਈ ਡਿਸਟੈਂਸ ਜਿਹਾ। ਜੇ ਮਾਡਰਨ ਜਿਹੀਆਂ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਆ, ਇਸੇ ਕਰਕੇ ਆਪਣੇ ਬੰਦੇ ਦਾੜੀਆਂ ਬੰਨਣ ਲੱਗ ਪੈਂਦੇ ਜਿਹੜੇ ਮਾਡਰਨ ਜਿਹੇ ਹੋ ਜਾਂਦੇ, ਥੋੜੇ ਜਿਹੇ ਅਹੁਦੇ ਤੇ ਪਹੁੰਚ ਜਾਂਦੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵੀ ਦਾੜੀ ਖੁੱਲੀ ਦਾ ਪ੍ਰਕਾਸ਼ ਕਰਨਾ ਵਾ, ਮਾੜਾ ਨੀ ਕਹਿ ਰਿਹਾ ਕਿਸੇ ਨੂੰ, ਇੰਜ ਨਾ ਸਮਝ, ਮੈਂ ਉਹ ਦੱਸ ਰਿਹਾ ਮਾੜਾ ਜਿਹਾ ਵੀ ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਜਿਹੜਾ ਉਹ ਦਾੜੀ ਬੰਨਣੇ ਮਾੜੀ ਬਣੇਗੀ, ਪਰ ਖਾਲਸੇ ਦਾ ਜਿਹੜਾ ਰੂਪ ਪ੍ਰਗਟ ਹੋਇਆ ਉਹ ਖੁੱਲੀ ਦਾੜੀ 'ਚ ਹੋਇਆ। ਥੱਲੋਂ ਗਾਤਰਾ ਪਾਉਣਾ ਵੀ ਉਂਝ ਮਾੜਾ ਨੀ, ਪਰ ਜਿਹੜੀ ਖਾਲਸੇ ਦੀ ਪੂਰੀ ਮੈਨੀਫੈਸਟੇਸ਼ਨ ਆ ਉਹ ਉੱਪਰ ਹੀ ਹੋਊਗਾ। ਐਂ ਤੇ ਥੋੜੇ ਫਰਕ ਆ, ਉਹ ਬੰਦਿਆਂ ਨੂੰ ਐਂ ਦੇ ਬਹੁਤ ਭੁਲੇਖੇ ਆ। ਇਸ ਕਰਕੇ ਤੁਸੀਂ ਜਿਹੜਾ ਕੰਮ ਕਰਨਾ, ਜਿਹੜੀਆਂ ਮਾਡਰਨ ਚੀਜ਼ਾਂ ਆ ਇਹਨਾਂ ਨੂੰ ਸਿੱਖ ਰੰਗ ਦੇ ਵਿੱਚ ਨਵਾਜ਼ੋ, ਤੇ ਆਪਣੇ ਜਿਹੜੇ ਸਿੰਬਲਿਜ਼ਮ ਆ ਆਪਣੀ ਹਾਜ਼ਰੀ ਮਾਡਰਨ ਚੀਜ਼ਾਂ ਦੇ ਵਿੱਚ ਵੀ ਲਵਾਓ, ਤੇ ਆਪਣੀ ਟ੍ਰੈਡੀਸ਼ਨ ਨੂੰ ਅੱਗੇ ਚਲਾਓ। ਕਿਉਂਕਿ ਜਿਵੇਂ ਜੁੰਗ ਨੂੰ ਆ ਸਾਡਾ ਦੋਸਤ ਪੜ੍ਹ ਰਿਹਾ, ਜੁੰਗ ਸਾਹਿਬ ਕਹਿੰਦੇ ਜਿਹੜਾ ਵਿਦਾਊਟ ਹਿਸਟਰੀ ਜੰਮਦਾ ਉਹ ਬੰਦਾ ਐਂ ਜਿਵੇਂ ਉਹਦੀਆਂ ਅੱਖਾਂ ਦੇ ਕੰਨ ਨਾ ਹੋਣ, ਮਿੱਥ ਤੋਂ ਬਗੈਰ ਜੰਮਣਾ ਇਹ ਮੌਤ ਹੁੰਦੀ ਆ। ਤੁਸੀਂ ਯੂਰਪ ਵਾਲੇ ਕੋਲ ਗੀਤ ਹੀ ਨਹੀਂ ਹੈਗੇ ਸੋਹਣੇ, ਅੰਗਰੇਜ਼ਾਂ ਨੂੰ ਕੋਈ ਸੋਹਣਾ ਗੀਤ ਗਾ ਕੇ ਸੁਣਾਓ, ਉਹਨਾਂ ਕੋਲ ਸੋਹਣੇ ਗੀਤ ਨਹੀਂ ਹੈਗੇ ਆਪਣੇ ਵਰਗੇ ਧੜਕਦੇ। ਕਿਉਂਕਿ ਜਿਹੜੀਆਂ ਕੌਮਾਂ ਜਿਹੜੀਆਂ ਆ ਇਹ ਰੰਗ ਦੇ ਵਿੱਚ ਜਿਉਂਦੀਆਂ ਆ, ਧਰਤੀ ਦੇ ਰੰਗ ਦੇ ਵਿੱਚ ਜਿਉਂਦੀਆਂ, ਲਾਈਫ ਦੇ ਰੰਗ ਦੇ ਵਿੱਚ ਜਿਉਂਦੀਆਂ, ਉਹ ਜ਼ਿਆਦਾ ਵੱਡਾ ਰੂਪ ਪੈਦਾ ਕਰਦੀਆਂ, ਉਹ ਜ਼ਿਆਦਾ ਵੱਡੀ ਪੋਇਟਰੀ ਪੈਦਾ ਕਰਦੀ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਨਾ ਕੱਢ ਰਿਹਾ। ਉਹਨਾਂ ਨੂੰ ਲੱਗਦਾ ਕਿ ਅੰਮ੍ਰਿਤਧਾਰੀ ਬੰਦਾ ਜਿਹੜਾ ਆ ਤੇ ਪ੍ਰੋਫੈਸਰ ਬੰਦਾ, ਇਹ ਦੋਵੇਂ ਜੁੜਦੇ ਜੇ ਨਹੀਂ, ਉਹਨਾਂ ਨੂੰ ਐਂ ਲੱਗਦਾ ਉਹਨਾਂ ਦੇ ਮਾਇੰਡ 'ਚ ਕੋਈ ਡਿਸਟੈਂਸ ਜਿਹਾ। ਜੇ ਮਾਡਰਨ ਜਿਹੀਆਂ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਆ, ਇਸੇ ਕਰਕੇ ਆਪਣੇ ਬੰਦੇ ਦਾੜੀਆਂ ਬੰਨਣ ਲੱਗ ਪੈਂਦੇ ਜਿਹੜੇ ਮਾਡਰਨ ਜਿਹੇ ਹੋ ਜਾਂਦੇ, ਥੋੜੇ ਜਿਹੇ ਅਹੁਦੇ ਤੇ ਪਹੁੰਚ ਜਾਂਦੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵੀ ਦਾੜੀ ਖੁੱਲੀ ਦਾ ਪ੍ਰਕਾਸ਼ ਕਰਨਾ ਵਾ, ਮਾੜਾ ਨੀ ਕਹਿ ਰਿਹਾ ਕਿਸੇ ਨੂੰ, ਇੰਜ ਨਾ ਸਮਝ, ਮੈਂ ਉਹ ਦੱਸ ਰਿਹਾ ਮਾੜਾ ਜਿਹਾ ਵੀ ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਜਿਹੜਾ ਉਹ ਦਾੜੀ ਬੰਨਣੇ ਮਾੜੀ ਬਣੇਗੀ, ਪਰ ਖਾਲਸੇ ਦਾ ਜਿਹੜਾ ਰੂਪ ਪ੍ਰਗਟ ਹੋਇਆ ਉਹ ਖੁੱਲੀ ਦਾੜੀ 'ਚ ਹੋਇਆ। ਥੱਲੋਂ ਗਾਤਰਾ ਪਾਉਣਾ ਵੀ ਉਂਝ ਮਾੜਾ ਨੀ, ਪਰ ਜਿਹੜੀ ਖਾਲਸੇ ਦੀ ਪੂਰੀ ਮੈਨੀਫੈਸਟੇਸ਼ਨ ਆ ਉਹ ਉੱਪਰ ਹੀ ਹੋਊਗਾ। ਐਂ ਤੇ ਥੋੜੇ ਫਰਕ ਆ, ਉਹ ਬੰਦਿਆਂ ਨੂੰ ਐਂ ਦੇ ਬਹੁਤ ਭੁਲੇਖੇ ਆ। ਇਸ ਕਰਕੇ ਤੁਸੀਂ ਜਿਹੜਾ ਕੰਮ ਕਰਨਾ, ਜਿਹੜੀਆਂ ਮਾਡਰਨ ਚੀਜ਼ਾਂ ਆ ਇਹਨਾਂ ਨੂੰ ਸਿੱਖ ਰੰਗ ਦੇ ਵਿੱਚ ਨਵਾਜ਼ੋ, ਤੇ ਆਪਣੇ ਜਿਹੜੇ ਸਿੰਬਲਿਜ਼ਮ ਆ ਆਪਣੀ ਹਾਜ਼ਰੀ ਮਾਡਰਨ ਚੀਜ਼ਾਂ ਦੇ ਵਿੱਚ ਵੀ ਲਵਾਓ, ਤੇ ਆਪਣੀ ਟ੍ਰੈਡੀਸ਼ਨ ਨੂੰ ਅੱਗੇ ਚਲਾਓ। ਕਿਉਂਕਿ ਜਿਵੇਂ ਜੁੰਗ ਨੂੰ ਆ ਸਾਡਾ ਦੋਸਤ ਪੜ੍ਹ ਰਿਹਾ, ਜੁੰਗ ਸਾਹਿਬ ਕਹਿੰਦੇ ਜਿਹੜਾ ਵਿਦਾਊਟ ਹਿਸਟਰੀ ਜੰਮਦਾ ਉਹ ਬੰਦਾ ਐਂ ਜਿਵੇਂ ਉਹਦੀਆਂ ਅੱਖਾਂ ਦੇ ਕੰਨ ਨਾ ਹੋਣ, ਮਿੱਥ ਤੋਂ ਬਗੈਰ ਜੰਮਣਾ ਇਹ ਮੌਤ ਹੁੰਦੀ ਆ। ਤੁਸੀਂ ਯੂਰਪ ਵਾਲੇ ਕੋਲ ਗੀਤ ਹੀ ਨਹੀਂ ਹੈਗੇ ਸੋਹਣੇ, ਅੰਗਰੇਜ਼ਾਂ ਨੂੰ ਕੋਈ ਸੋਹਣਾ ਗੀਤ ਗਾ ਕੇ ਸੁਣਾਓ, ਉਹਨਾਂ ਕੋਲ ਸੋਹਣੇ ਗੀਤ ਨਹੀਂ ਹੈਗੇ ਆਪਣੇ ਵਰਗੇ ਧੜਕਦੇ। ਕਿਉਂਕਿ ਜਿਹੜੀਆਂ ਕੌਮਾਂ ਜਿਹੜੀਆਂ ਆ ਇਹ ਰੰਗ ਦੇ ਵਿੱਚ ਜਿਉਂਦੀਆਂ ਆ, ਧਰਤੀ ਦੇ ਰੰਗ ਦੇ ਵਿੱਚ ਜਿਉਂਦੀਆਂ, ਲਾਈਫ ਦੇ ਰੰਗ ਦੇ ਵਿੱਚ ਜਿਉਂਦੀਆਂ, ਉਹ ਜ਼ਿਆਦਾ ਵੱਡਾ ਰੂਪ ਪੈਦਾ ਕਰਦੀਆਂ, ਉਹ ਜ਼ਿਆਦਾ ਵੱਡੀ ਪੋਇਟਰੀ ਪੈਦਾ ਕਰਦੀਆਂ। ਜਿਵੇਂ ਪੰਜਾਬੀ ਪੋਇਟਰੀ ਜਿਹੜੀ ਆ, ਫਾਰਸੀ ਪੋਇਟਰੀ ਵੀ ਦੁਨੀਆਂ 'ਚ ਬਹੁਤ ਕਮਾਲ ਆ, ਪਰ ਪੰਜਾਬੀ ਪੋਇਟਰੀ ਬਹੁਤ ਜ਼ਿਆਦਾ ਕਮਾਲ ਆ। ਪੰਜਾਬੀ ਪੋਇਟਰੀ ਦੇ ਵਿੱਚ ਰੱਬ ਹੀ ਬੋਲਦਾ ਹਰ ਥਾਂ ਦੇ ਉੱਤੇ, ਪੰਜਾਬੀ ਪੋਇਟਰੀ ਦਾ ਬਹੁਤ ਸੋਹਣਾ ਜਲਾਲ ਪੈਦਾ ਹੋਇਆ ਹੈ। ਇੰਜ ਤੁਸੀਂ ਜਿਹੜਾ ਪੰਜਾਬ ਦੇ ਕਾਮਰੇਡਾਂ ਨੇ 75 ਸਾਲ ਗਵਾਏ ਆ ਲਿਟਰੇਚਰ ਦੇ ਫੀਲਡ ਦੇ ਵਿੱਚ, ਆਪਣਾ ਜਿਹੜਾ ਰੂਪ ਆ ਉਹ ਦਿਖਾਓ। ਕਿਉਂਕਿ ਪੰਜਾਬੀ ਲਾਈਫ ਜਿਹੜੀ ਹੈ, ਸਾਰੇ ਕਾਮਰੇਡ ਸਿੱਖ ਕਰੈਕਟਰਾਂ ਨੂੰ ਘਟੀਆ ਰੂਪ ਦੇ ਵਿੱਚ ਪੇਸ਼ ਕਰਦੇ ਆ, ਜਦਕਿ ਸਿੱਖ ਨੇ ਪੰਜਾਬ ਦੀ ਧਰਤੀ ਦੇ ਉੱਤੇ ਕੀ ਨਹੀਂ ਸਿਆ, ਸਿੱਖ ਹੀ ਪੰਜਾਬ ਦਾ ਆਦਰਸ਼ ਆ। ਇਸੇ ਕਰਕੇ ਪੂਰਨ ਸਿੰਘ ਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਜਿਹੜੀ ਚੀਜ਼ ਆ ਤੁਸੀਂ ਨਾਵਲ ਕਿਉਂ ਨਹੀਂ ਵੱਡਾ ਪੈਦਾ ਕਰਦੇ, ਤੁਹਾਡਾ ਤੁਸੀਂ ਪੈਦਾ ਕਰਕੇ ਦਿਖਾਓ। ਭਾਈ ਵੀਰ ਸਿੰਘ ਨੇ ਪਰੰਪਰਾ ਛੇੜੀ ਸੀ, ਤੁਸੀਂ ਛੱਡ ਦਿੱਤੀ, ਤੁਸੀਂ ਹੋਰ ਹੀ ਪ੍ਰਚਾਰ ਸਿੱਖ ਵਿੱਚ, ਪਤਾ ਨੀ ਕਿਹੜਾ ਸਿਧਾਂਤ ਸਿੱਖੀ ਚ ਆ, ਇਹਨਾਂ ਨੂੰ ਛੱਡ ਦਿਓ।
ਜਦੋਂ ਸਿੱਖਾਂ ਦੇ ਉੱਤੇ ਫਿਲਮਾਂ ਬਣ ਗਈਆਂ ਤਾਂ ਇੰਜ ਦੀਆਂ ਨਹੀਂ ਬਣਨਗੀਆਂ ਉੱਚਾ ਦਰ ਬਾਬੇ ਨਾਨਕ ਦਾ, ਉਹਦੇ ਚ ਸਿੱਖੀ ਸਿੱਧੀ ਨਹੀਂ ਪੈਦਾ ਹੋਊਗੀ। ਸਿੱਖ ਦਾ ਚਾਨਣ ਆਮ ਲਾਈਫ ਨੂੰ ਕਿੰਜ ਨਵਾਜਦਾ, ਉਹਦੇ ਉੱਤੇ ਸਾਡੀ ਆਰਟ ਫਿਲਮ ਇੰਡਸਟਰੀ ਪੈਦਾ ਹੋਊਗੀ ਸਾਡੀ। ਉਹਦੇ ਚ ਇੰਜ ਨਹੀਂ ਹੋਊਗਾ ਅਸੀਂ ਗੁਰੂ ਸਾਹਿਬ ਦੀਆਂ ਸ਼ਹੀਦਾਂ ਦੀਆਂ ਫਿਲਮਾਂ ਬਣਾਵਾਂਗੇ, ਅਸੀਂ ਸਿੱਖ ਲਾਈਫ ਨੂੰ ਪੇਸ਼ ਕਰਾਂਗੇ ਜਿਹੜੀਆਂ ਕਿ ਮਾਡਰਨ ਟੈਂਸ਼ਨਸ ਨੂੰ ਕਿੰਜ ਸਹਿੰਦੀ ਹੈ ਤੇ ਉਹਦੇ ਚ ਸਿੱਖੀ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀ ਹੈ। ਅਸੀਂ ਆਰਟ ਦੀਆਂ ਇਹੋ ਜਿਹੀਆਂ ਦਿਸ਼ਾਵਾਂ ਪੈਦਾ ਕਰਾਂਗੇ, ਤੁਸੀਂ ਕਰੋ। ਪਰ ਅਸੀਂ ਉਹਨਾਂ ਦੀ ਰੀਸ ਚ ਦੇਖਿਓ, ਕਿਸੇ ਨਾ ਕਿਸੇ ਦਿਨ ਇੱਕ ਅੱਧੀ ਫਿਲਮ ਬਣਾ ਲੈਣੀ ਹੈ ਟੁੱਟੀ ਭੱਜੀ ਜੀ, ਤੇ ਫਿਰ ਬੇਇੱਜ਼ਤੀ ਸਾਰੀ ਉਮਰ ਲਈ ਕਰਾ ਲੈਣੀ ਹੈ। ਇਹ ਕਈ ਬੰਦਿਆਂ ਨੂੰ ਮੈਂ ਦੇਖ ਲਿਆ, ਵੱਡੇ ਵੱਡੇ ਅਕਾਲੀ ਲੀਡਰ ਇਹ ਗੱਲਾਂ ਕਰਦੇ ਫਿਰਦੇ ਆ ਤੇ ਸਾਨੂੰ ਆਪਣੀਆਂ ਫਿਲਮਾਂ ਬਣਾ ਕੇ ਪ੍ਰਚਾਰ ਕਰਨਾ ਚਾਹੀਦਾ। ਇਹ ਉਜੱਟ ਕਿਸਮ ਦੇ ਬੰਦੇ ਇਹ ਸਾਡੀ ਕ੍ਰੀਏਟਿਵ ਕਿਸਮ ਦੀਆਂ ਚੀਜ਼ਾਂ ਨੂੰ ਖਾ ਜਾਣਗੇ। ਇਸ ਕਰਕੇ ਕੋਈ ਡਰਾਈਵਰ ਆ, ਕੋਈ ਧੱਕੜ ਆ, ਕੋਈ ਟਰੱਕ ਯੂਨੀਅਨ ਦਾ ਪ੍ਰਧਾਨ ਆ, ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਇੱਕ ਲੀਡਰ ਬਣ ਜਾਂਦੇ ਆ, ਫਿਰ ਆ ਕੇ ਭਾਸ਼ਣ ਦਿੰਦੇ ਆ। ਪੜ੍ਹੇ ਲਿਖੇ ਬੰਦੇ ਦੀ ਕਿਸੇ ਦੀ ਗੱਲ ਨਹੀਂ ਸੁਣਦੇ। ਬੜੇ ਸਿਆਣੇ ਬੰਦਿਆਂ ਤੋਂ ਮੈਂ ਸੁਣਿਆ ਆ ਜਿਨ੍ਹਾਂ ਦੀ ਪੋਇਟ ਵਰਗੀ ਆਤਮਾ ਕਿ ਜੇ ਅਕਾਲੀਆਂ 'ਚ ਜਾਣਾ ਤੇ ਆਪਣੀ ਪੱਗ ਨੂੰ ਹੱਥ ਫੜ ਕੇ ਜਾਇਓ। ਇਹ ਪੱਗ ਲਾ ਸੁੱਟਦੇ ਬੰਦੇ ਦੀ, ਇਹ ਤਾਂ ਇੰਨੀ ਬੇਇੱਜ਼ਤੀ ਕਰਦੇ ਆ, ਕਿਉਂਕਿ ਊਂ ਅਸੀਂ ਇਹਨਾਂ ਤੋਂ ਬਗੈਰ ਰਹਿ ਵੀ ਨਹੀਂ ਸਕਦੇ, ਜਾਣਾ ਵੀ ਇਹਨਾਂ 'ਚ ਹੀ ਆ। ਪਰ ਤੁਸੀਂ ਆਪਣੇ ਪੰਥ ਨੂੰ ਜਿਹੜਾ ਆ ਉਹ ਸੁਧਾਰੋ, ਕ੍ਰੀਏਟਿਵ ਕਿਸਮ ਦੀਆਂ ਚੀਜ਼ਾਂ ਪੈਦਾ ਕਰੋ, ਆਪਣਾ ਲਿਟਰੇਚਰ ਪੈਦਾ ਕਰੋ ਜਿਹੜਾ ਬੜਾ ਜ਼ਰੂਰੀ ਹੈ। ਸਿੱਖ ਪੋਇਟਰੀ ਕਿਉਂ ਨਹੀਂ ਪੈਦਾ ਕਰਦਾ, ਕਿਉਂ ਨਹੀਂ ਤੁਹਾਡੇ ਕਾਮਰੇਡਾਂ ਦੇ ਸਾਰੇ ਛਪਦੇ ਹੁੰਦੇ ਆ ਪੰਜਾਬੀਆਂ ਦੀ ਅਖਬਾਰਾਂ ਦੇ ਵਿੱਚ, ਫਲਾਣੀ ਕਿਤਾਬ ਤੇ ਰਿਵਿਊ, ਕਾਮਰੇਡਾਂ ਨੇ ਉੱਥੇ ਆਹ ਕੀਤਾ, ਕਾਮਰੇਡਾਂ ਨੇ ਉੱਥੇ, ਤੁਸੀਂ ਕਿਉਂ ਨਹੀਂ ਕਰਦੇ ਵੱਡਾ ਲਿਟਰੇਚਰ? ਅਤੇ ਜਿਹੜੀਆਂ ਸਿੱਖ ਮਿਸ਼ਨਰੀ ਕਾਲਜ ਵਾਲੇ ਕਾਰਜਸ਼ਾਲਾ ਲਾਉਂਦੇ ਆ, ਉਹ ਲਿਟਰੇਚਰ ਦਾ ਇੰਨਾ ਜ਼ੀਰੋ ਹਿੱਸਾ ਪੇਸ਼ ਕਰਦੇ ਆ ਕਿ ਉਹੋ ਜਿਹੀ ਪੋਇਟਰੀ ਨੂੰ ਕੋਈ ਵੀ ਨਾ ਪੜ੍ਹੇ। ਪੋਇਟਰੀ ਕਿੱਥੇ ਜਾ ਚੁੱਕੀ ਹੈ, ਤਾਂ ਤੁਸੀਂ ਕਿੱਥੋਂ ਕਿਸਮ ਦੀ ਪੋਇਟਰੀ ਪੈਦਾ ਕਰਦੇ? ਐਵੇਂ ਨਿਆਣੇ ਨੂੰ ਖਰਾਬ ਕਰਨ ਵਾਲੀਆਂ ਗੱਲਾਂ, ਤੂੰ ਫਲਾਣੀ ਥਾਂ ਦੇ ਪੋਇਟਰੀ, ਪੋਇਟਰੀ ਐਂ ਥੋੜਾ ਹੁੰਦੀ ਹੈ। ਪੋਇਟਰੀ ਬੰਦੇ ਦੀ ਅੰਦਰਲੀ ਅਰਦਾਸ ਦੀਆਂ ਦਿਸ਼ਾਵਾਂ ਪੇਸ਼ ਕਰਦੀ ਹੈ। ਤੁਸੀਂ ਲੱਗੇ ਰਹਿੰਦੇ ਵੀ ਆਹ ਫਲਾਣੇ ਦੇ ਲਿਖਦੇ, ਫਲਾਣੇ ਦੇ ਲਿਖਦੇ, ਇੰਜ ਨਹੀਂ ਹੁੰਦਾ। ਇਸ ਕਰਕੇ ਜਿਹੜਾ ਵਰਲਡ ਲੈਵਲ ਦੇ ਉੱਤੇ ਤੁਸੀਂ ਆਪਣੀ ਪੋਇਟਰੀ ਨੂੰ ਪੇਸ਼ ਕਰ ਸਕੋ, ਤੁਸੀਂ ਦਿਖਾ ਸਕੋ, ਤੁਸੀਂ ਜਿਹੜੀ ਕਮਿਊਨਿਸਟ ਲਹਿਰ ਹੈ ਇਹਨੂੰ ਫਤਿਹ ਕਰਕੇ ਦਿਖਾ ਸਕੋ। ਐਵੇਂ ਵੀ ਅਸੀਂ ਜਿੱਤਣ ਲਈ ਜਿੱਤਣਾ, ਅਸੀਂ ਦਿਖਾਉਣਾਗੇ ਕਮਿਊਨਿਸਟਾਂ ਨੇ ਪੰਜਾਬ ਦੇ ਪਿਛਲੇ 75 ਸਾਲ ਇੰਜ ਖਰਾਬ ਕੀਤੇ ਆ ਤੇ ਪੰਜਾਬ ਦੇ ਦਰਦ ਨੂੰ ਇਸ ਤਰ੍ਹਾਂ ਇਹਨਾਂ ਨੇ ਠੱਗਿਆ। ਤੁਸੀਂ ਆਪਣੇ ਰੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਰੰਗ ਲੈ ਕੇ ਉਹਨੂੰ ਪੇਸ਼ ਕਰੋ। ਇਸ ਕਿਸਮ ਦੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਨਿਕਲ ਸਕਦੀਆਂ, ਪਰ ਵੱਡਾ ਰਾਹ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜੇ ਤੁਹਾਡੇ 'ਚ ਇਸ ਕਿਸਮ ਦੇ ਇੰਟਲੈਕਚੁਅਲਸ ਪੈਦਾ ਹੋਣ ਜਿਹੜੇ ਕਿ ਵਰਲਡ ਦੇ ਵਿੱਚ, ਅਸੀਂ ਮਾਰਟਿਨ ਬੂਬਰ ਨੇ ਕਿਹਾ, ਮਾਰਟਿਨ ਲੂਥਰ ਨੇ ਕਿਹਾ, ਫਲਾਣੇ ਮਾਰਟਿਨ ਨੇ ਕਿਹਾ, ਫਲਾਣੇ ਉਹਨੇ ਕਿਹਾ, ਕਿਉਂ ਨਹੀਂ ਤੁਹਾਡੇ ਸਿੰਘ ਨੇ ਕਿਹਾ? ਤੁਹਾਡੇ ਕੋਲ ਸਭ ਨੂੰ ਵੱਡਾ ਸੱਚ ਆ ਲਾਈਫ ਦਾ। ਔਰ ਸਾਡਾ ਕਿਤੇ ਨੀ ਕੋਟੇਸ਼ਨ ਆਉਂਦੀ, ਸਾਰੀਆਂ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ ਪੜ੍ਹ ਲਓ, ਫਲਾਣੇ ਨੇ ਕਿਹਾ, ਫਲਾਣੇ ਨੇ ਕਿਹਾ, ਫਲਾਣਾ ਕਹਿੰਦਾ ਮੈਂ ਇਸ ਦਾ ਸੋਸ਼ਲ ਐਨੀਮਲ, ਅਸੀਂ ਤਾਂ ਨਹੀਂ ਮੰਨਦੇ। ਔਰ ਤੁਹਾਡੇ ਚੱਲੀ ਜਾਣਾ ਨਿਆਣੇ ਉਹੀ ਪੜ੍ਹੀ ਜਾਂਦੇ। ਇਸ ਕਰਕੇ ਜਿਹੜਾ ਕੰਮ ਕਰਨਾ ਆ ਚੱਜ ਨਾਲ ਕਰੋ, ਜਾਨ ਨਾਲ ਕਰੋ, ਤੇ ਬਹੁਤ ਵੱਡੇ ਵਿਜ਼ਨ ਦੇ ਵਿੱਚੋਂ ਦੀ ਕਰੋ। ਕੋਈ ਗੁਸਤਾਖੀ ਹੋਵੇ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਜਿੱਤ ਤੁਹਾਡੀ ਹੋਈ ਆ। ਅਤੇ ਸਾਡੇ ਕੋਲ 2 ਜਾਂ 3 ਸਵਾਲਾਂ ਦਾ ਸਿਰੇ ਵਕਤ ਹੈਗਾ, ਜੇ ਕਿਸੇ ਦੇ ਪ੍ਰੋਫੈਸਰ ਸਾਹਿਬ ਨੇ ਜੋ ਬੋਲਿਆ ਹੋਵੇ ਸੰਦਰਭ ਵਿੱਚ ਕੋਈ ਸਵਾਲ ਕਰਨੇ ਹੋਣ ਤਾਂ ਜ਼ਰੂਰ ਇਸ ਵੇਲੇ ਆ ਜਾਣ। ਐਨੀਵਨ ਪਲੀਜ਼, ਸਵਾਲ ਨੂੰ ਬੜਾ ਬਰੀਕ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਾਲ ਲਈ ਇੱਕ ਸੁਝਾਅ ਪੇਸ਼ ਕਰਾਂਗਾ, ਕਿਉਂਕਿ ਸਾਡੇ ਤੇ ਸਿੱਖ ਵਜਨ ਨੇ। ਉਹ ਸੁਝਾਅ ਇਹ ਹੈ ਵੀ ਪਹਿਲੀ ਗੱਲ ਤਾਂ ਹੈ ਸਿੱਖ ਕੌਮ ਨੇ ਇਹੋ ਜਿਹੇ ਭਾਵਨਾ ਹਾਲਤ ਸਮਝ ਹੀ ਆ ਗਈ ਤੇ ਹੱਸ ਪਏ ਹੋ। ਪਿਛਲੇ 20 ਸਾਲਾਂ ਚ ਜੋ ਹੋਇਆ ਇਹਦੇ ਬਾਰੇ, ਸ਼ਹਾਦਤ ਬਾਰੇ ਕੋਈ ਗੱਲਾਂ ਬਾਤਾਂ ਕਹਿੰਦੇ ਕਰਨ, ਤੇ ਉਹ ਆਪਣਾ ਜਿਹੜਾ ਸੋਚ ਹੌਲੀ ਹੌਲੀ ਨੱਪਿਆ ਜਾਂਦਾ, ਫਿਰ ਹੌਲੀ ਹੌਲੀ ਗੱਲ ਕਰਦੇ ਆ, ਦੂਜੇ ਤੌਰ ਪੈ ਦਹਿ ਤੌਰ ਪੈ। ਤੇ ਜਿਹੜੀਆਂ ਮਤਲਬ ਕਿ ਮੈਂ ਜਿਹੜੀਆਂ ਚੀਜ਼ਾਂ 'ਤੇ ਕੰਸਨਟਰੇਟ ਕਰ ਰਿਹਾ, ਕਿਉਂਕਿ ਇੱਕ ਜਿਹੜਾ ਬੰਦਾ ਉਹ ਸਾਰੀਆਂ ਗੱਲਾਂ ਨਹੀਂ ਕਰ ਸਕਦਾ, ਅਤੇ ਇਹਦੇ ਲਈ ਕਈ ਕਿਸਮ ਦੇ ਕੁਝ ਆਪਾਂ ਜਿਹੜੀ ਸਾਡੀ ਹਾਲਤ ਆ ਵੀ ਸਾਨੂੰ ਬਾਅਦ 'ਚੋਂ ਪਤਾ ਲੱਗਿਆ ਪੜ੍ਹਨ ਲਿਖਣ ਦਾ, ਬਚਪਨ ਤੋਂ ਅਸੀਂ ਕਦੇ ਪੜ੍ਹੇ ਲਿਖੇ ਨਹੀਂ ਸੀਗੇ, ਉਹ ਫਿਰ ਪਿਛਲੇ 10-12 ਸਾਲਾਂ ਤੋਂ ਲੱਗੇ ਹਾਂ, ਫਿਰ ਬੰਦਾ ਬਹੁਤਾ ਨਹੀਂ ਵੀ ਕਈ ਵਾਰੀ ਸਾਰੇ ਪਾਸੇ ਜਾ ਸਕਦਾ। ਇਹ ਸਾਂਝੇ ਉੱਦਮ ਹੁੰਦੇ ਆ, ਇਹ ਕੋਈ ਇੱਕ ਬੰਦੇ ਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਜੇ ਕੋਈ ਲੈਕਚਰ ਕਰੇ ਤੁਸੀਂ ਉਹਦੀ ਤਾਰੀਫ ਕਰੋ, ਇਹ ਕੋਈ ਐਂ ਨਹੀਂ ਵੀ ਇਹ ਮੇਰੀ ਤਾਰੀਫ ਹੋਊਗੀ। ਇਹ ਸਾਂਝੇ ਜੇ ਉੱਦਮ ਹੁੰਦੇ ਆ, ਇਹਦੇ 'ਚ ਮੇਰੀ ਮਾਂ ਦਾ ਕੀ ਰੋਲ ਰਿਹਾ, ਇਹਦੇ 'ਚ ਸਾਡੇ ਘਰਾਂ ਦਾ ਦੋਸਤਾਂ ਦਾ ਕੀ ਰੋਲ ਰਿਹਾ, ਇਹ ਉਹਨਾਂ ਸਾਰਿਆਂ ਦੀ ਤਾਰੀਫ ਹੁੰਦੀ ਹੈ।
ਇਸ ਕਰਕੇ ਜੇ ਇਹਨੂੰ ਐ ਲੈਣੀ ਹੋਵੇ ਮੇਰੀ ਹੋਈ ਆ ਤੇ ਫਿਰ ਗਲਤ ਹੋ ਜਾਂਦਾ। ਇਹ ਜਿਹੜਾ ਮੇਰੀ ਇਸ ਚੀਜ਼ ਬਾਰੇ ਜਿਹੜੀ ਸਟੱਡੀ ਹੈ, ਮੈਂ ਇਹਨਾਂ ਨੂੰ ਇਹ ਸਪਿਰਚੁਅਲ ਲੈਵਲ ਤੇ ਇਹਨਾਂ ਦੇ ਰੰਗ ਪਛਾਣਨ ਦੀ ਕੋਸ਼ਿਸ਼ ਕਰ ਰਿਹਾ। ਇਸੇ ਕਰਕੇ ਜਦੋਂ ਮੈਂ ਲੈਕਚਰ ਵੀ ਕਰਦਾ ਉਹ ਮੇਰਾ ਬਾਰ ਬਾਰ ਘੱਟ ਹੁੰਦਾ, ਅੰਦਰ ਅੰਦਰ ਨੂੰ ਇਹਦਾ ਕੋਈ ਜ਼ਿਆਦਾ ਹੁੰਦਾ। ਇਹ ਮਤਲਬ ਕਿ ਜਿਹੜੇ ਸਾਡੀ ਮੂਵਮੈਂਟ ਆ ਇਹ ਕੰਮ ਜਾਗਦੀਆਂ ਦੁੱਖਾਂ ਦੇ ਨਾਲ ਹੀ, ਜਾਂ ਦੁੱਖ ਲੱਗੇ ਤਾਂ ਦੂਜੇ ਸਮਾਈ, ਇਹ ਕੰਮ ਦੁੱਖਾਂ ਦੇ ਵਿੱਚ ਜਾਗਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਫਿਜ਼ੀਕਲ ਚੀਜ਼ਾਂ ਵੀ ਜਿਹੜੀਆਂ ਸਪਿਰਚੁਅਲ ਚੀਜ਼ਾਂ ਹੀ ਹੁੰਦੀਆਂ, ਅਸੀਂ ਪਤਾ ਨਹੀਂ ਕਿਹੜੀ ਥਾਂ ਤੋਂ ਜਾਗਣਾ ਹੈ। ਜਿਵੇਂ ਕਿ ਅਸੀਂ 84 ਤੋਂ ਪਹਿਲਾਂ ਐਵੇਂ ਹਾਕੀਆਂ ਖੇਡਦੇ ਰਹਿੰਦੇ ਸਾਰੀ ਸਾਰੀ ਦਿਹਾੜੀ, ਸਾਨੂੰ ਪਤਾ ਹੀ ਨਹੀਂ ਸੀ ਉਹ ਬਲਿਊ ਸਟਾਰ ਹੋਇਆ। ਸਾਡੀਆਂ ਮਾਵਾਂ ਨੇ ਸਾਡੇ ਅੰਦਰ ਜਿਹੜਾ ਦਰਬਾਰ ਸਾਹਿਬ ਦਾ ਅਹਿਸਾਸ ਪੈਦਾ ਕੀਤਾ ਸੀ ਉਹ ਜਾਗ ਪਿਆ, ਅਸੀਂ ਇੱਧਰ ਨੂੰ ਆ ਗਏ। ਹੁਣ ਕਿੰਨੇ ਕੁ ਜ਼ੋਰ ਨਾਲ ਆ ਗਏ, ਕੀ ਕੁਝ ਕਰਾਂਗੇ ਪਤਾ ਨਹੀਂ, ਪਰ ਆ ਗਏ। ਇੰਜ ਕੰਮ ਦੁੱਖਾਂ ਚੋਂ ਜਾਗ ਗਏ, ਤੇ ਜੇ ਉਹਨਾਂ ਦੁੱਖਾਂ ਨੂੰ ਬਦਲਾ ਬਣਾ ਲਵੇ ਕੌਮ, ਫਿਰ ਕੌਮ ਜਿਹੜੀ ਹੈ ਉਹ ਤਰੱਕੀ ਨਹੀਂ ਕਰਦੀ। ਕਿਉਂਕਿ ਦੁੱਖ ਦੇ ਵਿੱਚੋਂ ਅਰਦਾਸ ਪੈਦਾ ਹੋਵੇ, ਅਰਦਾਸ ਦੇ ਵਿੱਚੋਂ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣਾ ਗੁਨਾਹ ਵੀ ਪਤਾ ਲੱਗੇ ਤੇ ਦੂਜੇ ਦਾ ਜ਼ੁਲਮ ਵੀ ਪਤਾ ਲੱਗੇ। ਇਹ ਬੰਦਿਆਂ ਦੀਆਂ ਲੜਾਈਆਂ ਨਹੀਂ ਧਰਤੀ ਤੇ, ਧਰਤੀ ਤੇ ਸੁਰਤ ਹੀ ਸੁਰਤ ਨਾਲ ਭਿੜਦੀ ਹੈ, ਖਿਆਲ ਹੀ ਖਿਆਲ ਨਾਲ ਭਿੜਦਾ, ਅਸੀਂ ਉਹਦੇ ਜ਼ਰੀਏ। ਜਿਵੇਂ ਕਿ ਤੁਸੀਂ ਦੇਖੋ 47 ਤੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਦਾ ਜੀਵਨ ਅਸੀਂ ਚੱਜ ਨਾਲ ਪੜ੍ਹਿਆ ਨਹੀਂ। ਜਿਵੇਂ ਮੈਂ ਤੁਹਾਨੂੰ ਲੈਕਚਰ 'ਚ ਦੱਸ ਕੇ ਆਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੀਆਂ ਸਾਖੀਆਂ ਦੇ ਮਤਲਬ ਸਾਨੂੰ ਸਮਝ ਆਉਣਗੇ। ਜਿਵੇਂ ਗੁਰੂ ਨਾਨਕ ਸਾਹਿਬ ਬਗਦਾਦ ਗਏ, ਉਹ ਮੱਕੇ 'ਚ ਗਏ, ਉਹ ਜੈਰੂਸ਼ਲਮ ਕਿਉਂ ਨਹੀਂ ਗਏ? ਉਹ ਵੀ ਤਾਂ ਬੜਾ ਵੱਡਾ ਸੈਂਟਰ ਹੈ, ਪਰ ਤੁਹਾਨੂੰ ਨਹੀਂ ਸਮਝ ਆਉਣਾ ਹੈਗਾ। ਤੁਸੀਂ ਪ੍ਰਚਾਰ ਕਰੀ ਜਾਓਗੇ ਇਹਨਾਂ ਨੂੰ, ਤੁਹਾਨੂੰ ਨਹੀਂ ਗੱਲਾਂ ਸਮਝ ਆਉਣਗੀਆਂ। ਗੁਰੂ ਗ੍ਰੰਥ ਸਾਹਿਬ 'ਚ ਕੁਰਾਨ ਦਾ ਜ਼ਿਕਰ ਆ, ਬਾਈਬਲ ਦਾ ਕਿਉਂ ਨਹੀਂ ਜ਼ਿਕਰ? ਜਦਕਿ ਨਵੇਂ ਪਾਤਸ਼ਾਹ ਜਦੋਂ ਅਸਾਮ ਵੱਲ ਯਾਤਰਾ ਕਰ ਰਹੇ ਸੀ, ਉੱਥੇ ਇਹਨਾਂ ਦੇ ਡੇਰੇ ਦੇ ਨਾਲ ਹੀ ਇੱਕ ਕ੍ਰਿਸਚੀਅਨ ਪਾਦਰੀ ਦਾ ਡੇਰਾ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦੇ ਨਾਲ ਕਿਉਂ ਨਹੀਂ ਡਾਇਲੌਗ ਕੀਤਾ? ਇਹ ਗੱਲਾਂ ਬੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ। ਇਸ ਕਰਕੇ ਜਿਹੜਾ ਗੁਰੂ ਦਾ ਜੀਵਨ, ਗੁਰੂ ਨਾਲ ਜਿਹੜੀ ਕੌਮ ਨੇ ਜੋ ਕਰ ਦਿੱਤਾ, ਉਹਦੇ ਆਉਣ ਵਾਲੀ ਜਨਰੇਸ਼ਨ ਵੀ ਗੁਰੂ ਦੀ ਕੌਮ ਨਾਲ ਉਹੀ ਕੁਝ ਕਰੇਗੀ। ਇਸ ਕਰਕੇ ਗੁਰੂ ਆਪਣੇ ਜਿਸਮ ਤੇ ਇਹ ਜੀ ਕੇ ਦਿਖਾ ਦਿੰਦਾ ਕਿ ਜੇ ਸੁੱਚਾਨੰਦ ਨੇ, ਗੰਗੂ ਨੇ ਰਸੋਈਆ ਰਹਿ ਕੇ ਵੀ ਗੁਰੂ ਘਰ ਦੇ ਨਾਲ ਇਹ ਧਰੋਹ ਕਮਾਇਆ, ਤੇ ਜੇ ਚੰਦੂ ਆਪਣੀ ਧੀ ਦਾ ਡੋਲਾ ਦੇ ਕੇ ਜੇ ਉਹ ਪ੍ਰਵਾਨ ਨਹੀਂ ਕੀਤਾ ਜਾਂਦਾ ਤੇ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਭਾ ਸਕਦਾ, ਤੇ ਹਿੰਦੂ ਕੌਮ ਨਾਲ ਸਾਡੇ ਰਿਲੇਸ਼ਨ ਇੰਜ ਦੇ ਰਹਿਣਗੇ? ਫਿਰ ਇਹ ਗੁਰੂ ਨੇ ਜੀ ਕੇ ਦਿਖਾਇਆ ਸਾਨੂੰ। ਅਸੀਂ ਇਕੱਲਾ ਬਾਣੀ ਦੇ ਵਿੱਚ ਆਉਂਦੀ ਵੀ ਨਹੀਂ ਅਜੇ ਲੱਭਿਆ ਕਿ ਸਾਡੇ ਹਿੰਦੂ ਕੌਮ ਨਾਲ ਕੀ ਰਿਲੇਸ਼ਨ ਹੈ। ਗੁਰੂ ਨੇ ਦੇਹ ਦੇ ਉੱਤੇ ਇਹ ਚੀਜ਼ਾਂ ਜੀ ਕੇ ਦਿਖਾਈਆਂ, ਜੋ ਕਿ ਕਿਸ ਤਰ੍ਹਾਂ ਖੁਣਸ ਕਰੇਗਾ। ਮੈਂ ਰਾਤੀ ਪ੍ਰੋਫੈਸਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਸੁਰਨਜੀਤ ਸਿੰਘ ਨਾਲ, ਕਿ ਹਿੰਦੂ ਅੱਗ ਨੂੰ ਦੇਵਤਾ ਮੰਨਦਾ, ਬੜਾ ਖੂਬਸੂਰਤ ਦੇਵਤਾ ਜਿਹੜਾ ਭੇਡੂ ਤੇ ਸਵਾਰੀ ਕਰਦਾ, ਜਿਹਦੀਆਂ 3 ਲੱਤਾਂ ਤੇ 7 ਬਾਹਾਂ ਆ, ਬੜਾ ਖੂਬਸੂਰਤ ਦੇਵਤਾ ਉਹਨਾਂ ਚਿਤਰਿਆ ਆ। ਤੇ ਅਗਨੀ ਕੋਈ ਮਾੜੀ ਚੀਜ਼ ਨਹੀਂ, ਅਗਨੀ ਬੜੀ ਖੂਬਸੂਰਤ ਚੀਜ਼ ਹੈ, ਅੱਗ ਦਾ ਹੁਸਨ ਦੇਖੋ ਕਿੰਨਾ ਖੂਬਸੂਰਤ ਹੁੰਦਾ। ਤੇ ਮਹਾਤਮਾ ਬੁੱਧ ਨੇ ਜਿਹੜੀ ਅੱਗ ਦੀ ਲਾਟ ਹਵਾ 'ਚ ਅਲੋਪ ਹੋ ਜਾਂਦੀ ਹੈ, ਇਹਨੂੰ ਨਿਰਵਾਣ ਦੀ ਅਵਸਥਾ ਕਿਹਾ ਹੈ। ਇਹ ਬੜੀਆਂ ਖੂਬਸੂਰਤ ਚੀਜ਼ਾਂ, ਪਰ ਇਹ ਖੂਬਸੂਰਤ ਅਹਿਸਾਸ ਲਾਈਫ 'ਚ ਕਿੰਝ ਮੈਨੀਫੈਸਟ ਹੁੰਦੇ ਆ, ਇਹੀ ਅਗਨੀ ਜਿਹੜੀ ਹੈ ਕ੍ਰਿਸਚਨ ਪਾਦਰੀਆਂ ਨੂੰ ਸਾੜ ਰਹੀ ਹੈ, ਇਹੀ ਅਗਨੀ ਦਰਬਾਰ ਸਾਹਿਬ ਦੀ ਲਾਇਬ੍ਰੇਰੀ ਨੂੰ ਸਾੜ ਰਹੀ ਹੈ, ਇਹੀ ਅਗਨੀ ਦਿੱਲੀ ਦੇ ਚੌਂਕਾਂ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜ ਰਹੀ ਹੈ। ਇਹ ਅੱਗ ਦਾ ਕਿਹੋ ਜਿਹਾ ਰੂਪ ਹੈ? ਸਿੱਖ ਜਦੋਂ ਲੜਦਾ ਸਿੱਖ ਨਹੀਂ ਕਿਸੇ ਨੂੰ ਸਾੜਦਾ, ਸਿੱਖ ਹੋਰ ਤਰ੍ਹਾਂ ਮਾਰਦਾ, ਜੰਗ ਦੇ ਫਰਕ ਦਾ, ਕਿਉਂਕਿ ਗੁਰੂ ਨੇ ਦਿਖਾਇਆ। ਜੋਗੀਆਂ ਨੇ ਜਿਹੜਾ ਇਹ ਨਾਨਕ ਮੱਤੇ ਦੇ ਪਿੱਪਲ ਨੂੰ ਅੱਗ ਲਾ ਦਿੱਤੀ ਸੀਗੀ, ਦੇਖੋ ਖੁਣਸ ਦੇ ਵਿੱਚ ਆ ਕੇ, ਜੈਲਸੀ ਦੇ ਵਿੱਚ ਆ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ, ਜਿਹੜਾ ਸਾਡਾ ਇਹ ਪਿਛਲੇ ਸਮੇਂ ਦਾ ਜਿਹੜਾ ਇਤਿਹਾਸ ਆ, ਪਿਛਲੇ 20 ਸਾਲਾਂ ਦਾ, ਇਹ ਹਿੰਦੂਇਜ਼ਮ ਦਾ ਜਿਹੜਾ ਰਿਵਾਈਵਲਿਜ਼ਮ ਹੋ ਰਿਹਾ, ਕਿਉਂਕਿ ਹਿੰਦੂ ਦੇ ਅੰਦਰ ਇੱਕ ਕੰਪਲੈਕਸ ਆ ਕੇ ਗੁਰੂ ਨਾਨਕ ਨੇ ਸਾਨੂੰ ਫਤਿਹ ਕੀਤਾ ਹੋਇਆ, ਉਹ ਇਸ ਕੰਪਲੈਕਸ ਤੋਂ ਮੁਕਤ ਨਹੀਂ ਹੁੰਦਾ। ਜਿਵੇਂ ਸਾਡੇ ਕੌਮਾਂ ਦੇ ਵਿੱਚ ਜਾਤ ਦਾ ਬਹੁਤ ਕੰਪਲੈਕਸ ਚੱਲ ਰਿਹਾ, ਜਿਨ੍ਹਾਂ ਦੇ ਜਾਤ ਦਾ ਜ਼ਿਆਦਾ ਕੰਪਲੈਕਸ ਉਹ ਆਪਣੇ ਆਪ ਨੂੰ ਵੱਡਾ ਕਰਕੇ ਦਿਖਾਉਣਗੇ। ਜਿਵੇਂ ਬ੍ਰਾਹਮਣ ਨੂੰ ਈਰਾਨ ਦੇ ਵਿੱਚੋਂ ਧੱਕ ਦਿੱਤਾ ਗਿਆ, ਈਰਾਨ ਦੇ ਜਿਹੜੀ ਪਿਓਰ ਨਸਲ ਸੀਗੀ ਉਹਨੇ ਬ੍ਰਾਹਮਣ ਨੂੰ ਇੱਧਰ ਨੂੰ ਧੱਕਤਾ, ਤੇ ਬ੍ਰਾਹਮਣ ਦੇ ਅੰਦਰ ਜਾਤ ਦਾ ਐਡਾ ਕੰਪਲੈਕਸ ਪੈਦਾ ਹੋਇਆ, ਉਹਨੇ ਪੰਜਾਬ ਦੀ ਧਰਤੀ 'ਤੇ ਆ ਕੇ ਕਿਸ ਤਰ੍ਹਾਂ ਜਾਤ ਪੈਦਾ ਕੀਤੀ, ਇਹਦਾ ਸਫ਼ਰ ਤੁਹਾਡੇ ਸਾਹਮਣੇ ਹੀ ਹੈ। ਕਿਉਂਕਿ ਇਹਦੇ ਵਿੱਚ ਆਪਣੀ ਇਨਫੀਰੀਅਰਿਟੀ ਕੰਪਲੈਕਸ ਆ। ਬਾਦਸ਼ਾਹ ਲੋਕ ਜਿਹੜੇ ਆ, ਫਕੀਰ ਰੂਹਾਂ ਜਿਹੜੀਆਂ ਇਹ ਆਜ਼ਾਦ ਹੁੰਦੀਆਂ, ਇਹ ਕੋਈ ਕੰਪਲੈਕਸ ਨਹੀਂ ਪਾਉਂਦੀਆਂ। ਇਸੇ ਕਰਕੇ ਜਿਹੜੇ ਆਪਣੇ ਆਪ ਨੂੰ ਜਾਤ ਦੀ ਕੋਈ ਵੱਡੀ ਚੀਜ਼ ਸਮਝਦੇ ਆ, ਉਹਨਾਂ ਦੀ ਮਾੜੀ ਜਿਹੀ ਫੋਲਾ ਫਾਲੀ ਕਰੋ, ਉਹਨਾਂ ਦੀ ਹਿਸਟਰੀ ਦੀ, ਉਹਨਾਂ ਦੀ ਮਾਇੰਡ ਦੀ, ਉਹਨਾਂ ਦੀਆਂ ਆਦਤਾਂ ਦੀ, ਉਹਨਾਂ ਦੀਆਂ ਆਦਤਾਂ ਦੇ ਪਿੱਛੇ ਦੀ ਕੋਈ ਘਟੀਆਪਣ ਦਾ ਅਹਿਸਾਸ ਜਿਹੜਾ ਇਹ ਜ਼ਰੂਰ ਹੁੰਦਾ। ਇਸ ਕਰਕੇ ਬ੍ਰਾਹਮਣ ਜਿਹੜਾ ਉਹ ਜਿਹੜਾ ਸਫ਼ਰ ਕਰ ਰਿਹਾ, ਜਿਵੇਂ
ਮਤਲਬ ਜਿਹੜੀਆਂ ਮਾਡਰਨ ਚੀਜ਼ਾਂ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ, ਇੱਕ ਸਾਇੰਸ ਦਾ ਕਲਚਰ, ਟੈਕਨੋਲੋਜੀ ਦਾ ਕਲਚਰ, ਤੁਹਾਨੂੰ ਇਹ ਬਹੁਤ ਜ਼ਰੂਰੀ ਹੈ ਸਟੱਡੀ ਕਰਨਾ ਵੀ ਇਹ ਕੀ ਆ, ਇਹ ਕਿਹੜੇ ਮਾਈਂਡ 'ਚੋਂ ਪੈਦਾ ਹੁੰਦਾ, ਇਹ ਕਿਹੋ ਜਿਹਾ। ਦੂਜਾ ਰੈਸ਼ਨਲਿਜ਼ਮ ਤੁਹਾਨੂੰ ਬਹੁਤ ਸਟੱਡੀ ਕਰਨਾ। ਤੀਜਾ ਐਵੋਲੂਸ਼ਨ ਜਿਹੜੀ ਹੈ ਡਾਰਵਿਨ ਦੀ ਥਿਊਰੀ। ਅਸੀਂ ਤਾਂ ਕਹਿੰਦੇ ਵੀ ਅਸੀਂ ਗੁਰੂ ਨਾਨਕ ਸਾਹਿਬ ਤੇ ਸਾਡਾ ਸਾਰਾ ਕੁਝ ਖੜਾ, ਅਸੀਂ ਤਾਂ ਪਿੱਛੇ ਨੂੰ ਦੇਖਦੇ ਹਾਂ, ਐਵੋਲੂਸ਼ਨ ਗਾਂਹ ਨੂੰ ਦੇਖਦੀ ਹੈ ਵੀ ਗਾਂਹ ਗਾਂਹ ਜ਼ਿਆਦਾ ਵਧੀਆ, ਗਾਂਹ ਸਾਨੂੰ ਰਾਜ ਕਰੇਗਾ, ਖਾਲਸਾ ਦੀ ਉਪਾਧੀ ਮਿਲੀ ਹੋਈ ਹੈ, ਪਛਾਣ ਸਾਡੇ ਗੁਰੂ ਨਾਨਕ ਸਾਹਿਬ ਖੜੇ ਆ, ਸਾਡੀਆਂ ਦੋਵੇਂ ਹਾਲਤਾਂ ਆਈਡੀਅਲ ਦਾ। ਇਸ ਕਰਕੇ ਜਿਹੜਾ ਹਿੰਦੂ ਇਹ ਪ੍ਰਾਚੀਨਤਾ ਵੱਲ ਜਾਂਦਾ, ਇਹ ਗਾਂਹ ਨਹੀਂ ਜਾਂਦਾ। ਜਿਵੇਂ ਏਕ ਓਂਕਾਰ ਜਿਹੜਾ ਹੈ ਇਹਨੂੰ ਲਿਖੀ ਜਾਂਦੇ ਏਕ ਓਂ, ਅੱਜ ਕੱਲ੍ਹ ਇਹਨੇ ਗੁੜ ਕੇ ਕਈ ਛਾਪੇਦੇ ਆ, ਉਹ ਇਸ ਕਰਕੇ ਲਿਖਦੇ ਆ, ਇਹ ਸਾਨੂੰ ਰਲਾਉਣਾ ਚਾਹੁੰਦੇ, ਆਪਣੇ ਖਤਮ ਕਰਨਾ ਚਾਹੁੰਦੇ ਆ। ਪਰ ਜਿਹੜੀ ਏਕ ਓਂਕਾਰ ਦੀ ਕਾਰ ਆ, ਕਾਰ ਦੱਸਦੀ ਹੈ ਕਿ ਕ੍ਰੀਏਸ਼ਨ ਦਾ ਜਿਹੜਾ ਅਗਲਾ ਪ੍ਰੋਸੈਸ ਆ ਇਹ ਵੀ ਉਸ ਦੇ ਵਿੱਚ ਸ਼ਾਮਲ, ਲਗਾਤਾਰ ਜਿਹੜੀ ਕ੍ਰੀਏਸ਼ਨ ਹੋ ਰਹੀ ਹੈ ਇਸ ਕ੍ਰੀਏਸ਼ਨ ਦਾ ਅਗਲਾ ਪ੍ਰੋਸੈਸ ਏਕ ਓਂਕਾਰ ਦੇ ਵਿੱਚ ਹੀ ਸ਼ਾਮਲ ਹੈ। ਇਸ ਕਰਕੇ ਇਹ ਓਮ ਨਾਲੋਂ ਵੱਖਰੀ ਹਾਲਤ ਪੈਦਾ ਕਰੂ, ਇਹ ਕਲਚਰ ਹੀ ਵੱਖਰਾ ਪੈਦਾ ਕਰੂ। ਇਹ ਸਾਰੀਆਂ ਗੱਲਾਂ ਜਿਵੇਂ ਕੱਲ੍ਹ ਮੈਂ ਤੁਹਾਨੂੰ ਇੱਕ ਗੱਲ ਇੱਕ ਨੁਕਤੇ ਤੇ ਮੁੱਕਦੀ, ਉਹ ਗੱਲ ਇੱਕ ਨੁਕਤੇ ਦੇ ਵਿੱਚ ਸਮਾਈ ਹੋਈ ਹੈ। ਜੇ ਤੁਹਾਡੀ ਸੁਰਤ ਦਾ ਸਾਰਾ ਖਲਾਰਾ ਇਕੱਠਾ ਹੋ ਜਾਵੇ, ਤੁਹਾਡਾ ਮਾਇੰਡ ਜਿਹੜਾ ਬਹੁਤ ਇੰਟੈਂਸ ਹੋ ਜਾਏ ਜਿਵੇਂ ਤੀਰ ਦੀ ਨੋਕ ਹੁੰਦੀ ਆ, ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਦਿਸਣਗੀਆਂ, ਆਪਣੇ ਆਪ ਹੀ ਦਿਸਣਗੀਆਂ। ਪੜ੍ਹਨ ਦੀ ਨਹੀਂ ਫਿਰ ਲੋੜ ਹੁੰਦੀ, ਫਿਰ ਪੜ੍ਹਾਈ ਤੋਂ ਛੁੱਟਣ ਦੀ ਲੋੜ ਹੁੰਦੀ। ਪੜ੍ਹਾਈਆਂ ਵੀ ਬੰਦੇ ਨੂੰ ਜਿਹੜੀਆਂ ਮਾਰ ਦਿੰਦੀਆਂ, ਕਈ ਵਾਰੀ ਜ਼ਿਆਦਾ ਕਿਤਾਬਾਂ ਪੜ੍ਹਨਾ ਵੀ ਕਈ ਵਾਰੀ ਨਰਕ ਹੁੰਦਾ ਐਵੇਂ, ਹੈ ਨਾ। ਜਿਵੇਂ ਇਕਬਾਲ ਕਹਿੰਦਾ ਕਿ ਜਿਹੜਾ ਕਿਤਾਬਾਂ ਦੇ ਵਿੱਚ ਕੀੜਾ ਫਿਰਦਾ ਆ ਇਹ ਲੱਗਾ ਰਵੇ ਸਾਰੀ ਉਮਰ ਕਿਤਾਬਾਂ ਨੂੰ ਖਾਈ ਜਾਂਦਾ ਹੈ, ਇਹ ਕਿਤਾਬ ਦਾ ਗਿਆਨ ਨਹੀਂ ਹਾਸਲ ਕਰ ਸਕਦਾ, ਤੇ ਜਿਹੜਾ ਪਤੰਗਾ ਹੈ ਲਾਟ ਤੇ ਦੂਰੋਂ ਆ ਕੇ ਚਾਨਣ ਨੂੰ ਆਪਣੇ ਆਪ ਨੂੰ ਚਾਨਣ ਦੇ ਹਵਾਲੇ ਕਰ ਦਿੰਦਾ। ਇਹਨਾਂ 'ਚ ਫਰਕ ਰਹੂਗਾ। ਇਹ ਸਿੱਖ ਜਿਹੜਾ ਗਿਆਨ ਤੋਂ ਆਜ਼ਾਦ ਆ, ਸਿੱਖ ਗਿਆਨ ਦਾ ਗੁਲਾਮ ਨਹੀਂ। ਯੂਰਪ ਹੋ ਸਕਦਾ ਇੰਜ, ਜਿਹੜੀਆਂ ਇਹ ਚੀਜ਼ਾਂ ਮਾਡਰਨ ਜਿਹੜੀਆਂ ਚੀਜ਼ਾਂ ਆ, ਵੀ ਐਵੋਲਿਊਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਹੋ, ਉਹ ਜਿਹੜੀ ਐਵੋਲਿਊਸ਼ਨ ਦੀ ਥਿਊਰੀ ਆ ਉਹਨੇ ਵਰਲਡ ਦਾ ਜਿਹੜਾ ਇੱਕ ਇੰਟਲੈਕਚੁਅਲ ਕਲਚਰ ਆ ਉਹਦੇ ਵਿੱਚ ਕਿੰਝ ਦਖਲ ਦਿੱਤਾ ਹੋਇਆ, ਉਹ ਅੱਗੋਂ ਆਮ ਲੋਕਾਂ ਦੇ ਕਲਚਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਪਹਿਲਾਂ ਡਾਇਲੈਕਟ 'ਚ ਲਿਆਓ, ਫਿਰ ਇਹਨਾਂ ਨੂੰ ਫਤਿਹ ਕਰੋ, ਫਿਰ ਆਮ ਲਾਈਫ ਦੇ ਵਿੱਚ ਇਹਦੀ ਪਛਾਣ ਕਰੋ, ਫਿਰ ਤਾਂ ਤੁਹਾਡਾ ਸਿੱਖ ਰੰਗ ਆਵੇ। ਹੁਣ ਤੁਸੀਂ ਸਿੱਧਾ ਕਹੀ ਜਾਓਗੇ ਵੀ ਸਾਡੇ ਮੁੰਡਿਆਂ ਨੇ ਦਾੜੀ ਕਟਾ ਲਈ, ਇਹਨਾਂ ਨੇ ਐਂ ਕਰਤਾ, ਸਾਰੇ ਵਰਲਡ ਦਾ ਜਿਹੜਾ ਆਈਡੀਅਲ ਕਿਸਮ ਦਾ ਮੈਨ ਆ ਅੱਜ ਕੱਲ੍ਹ, ਉਹ ਜਿਹਨੇ ਸ਼ਲਗਮ ਵਰਗੀ ਠੋਡੀ ਜੀ ਹੋਵੇ ਉਹੋ ਜਿਹਾ ਬੰਦਾ ਕੱਢ ਰਿਹਾ, ਸਾਰਾ ਟੀਵੀ, ਸਾਰੀ ਪ੍ਰੈਸ, ਸਾਰਾ ਵਰਲਡ, ਸਾਰਾ ਮਸ਼ਹੂਰੀਆਂ ਮਸ਼ਹਾਰੀਆਂ, ਤੇ ਆਮ ਬੰਦਿਆਂ ਨੂੰ ਤੁਸੀਂ ਕਹੋ ਤੁਸੀਂ ਦਾੜੀ ਕਟਾਲੀ, ਤੁਸੀਂ ਐਂ ਹੋ ਗਏ, ਉਹ ਤਾਂ ਕਟਾਉਣਗੇ, ਤੁਸੀਂ ਉਹਨੂੰ ਫਤਿਹ ਕਰਕੇ ਦਿਖਾਓ। ਉਹ ਮੈਨ ਜਿਹੜਾ ਆਈਡੀਅਲ ਬਣਦਾ ਜਾ ਰਿਹਾ ਜਿਹੜਾ ਕੇਸਾਂ ਤੋਂ ਬਗੈਰ ਆ, ਤੁਸੀਂ ਉਹਦੇ ਆਈਡੀਅਲ ਨੂੰ ਭੰਨ ਕੇ ਦਿਖਾਓ। ਤੁਸੀਂ ਕਹੀ ਜਾਂਦੇ ਹੋ ਵੀ ਆਹ ਸਾਡੀ ਵਰਦੀ ਹੈ, ਕਿਰਪਾਨ, ਜਿਹਨੇ ਖਾਲਸੇ ਦੇ ਸਕੂਲ 'ਚ ਦਾਖਲ ਹੋਣਾ ਉਹ ਵਰਦੀ ਪਾ ਕੇ ਆਵੇ, ਵਰਦੀ ਹੈ ਨਹੀਂ ਗੀ, ਇਹ ਤਾਂ ਗੁਰੂ ਸਾਹਿਬ ਨੇ ਜਾਣ ਲੱਗੇ ਦਿੱਤੀ ਹੈ ਸਾਨੂੰ, 1699 'ਚ ਆਖਰੀ ਗੁਰੂ ਨੇ ਦਿੱਤੀ ਹੈ ਵਰਦੀ, ਤੇ ਜਾਣ ਲੱਗਿਆ ਸਕੂਲੋਂ ਤਾਂ ਨਹੀਂ ਲੱਗਦੇ, ਉਹਦੇ ਆਉਣ ਲੱਗਿਆ ਲੱਗਦੀ, ਜਾਣ ਲੱਗਿਆ ਤਾਂ ਛੁੱਟਦੀ ਹੁੰਦੀ ਹੈ। ਅਸੀਂ ਸਾਰੇ ਪ੍ਰਚਾਰਕ ਲੱਗੇ ਹਾਂ ਇਹ ਸਾਡੀ ਵਰਦੀ ਆ, ਉਹ ਮੈਂ ਇੱਕ ਪ੍ਰਚਾਰਕ ਨੂੰ ਕਿਹਾ ਵੀ ਤੂੰ ਕਿਸੇ ਸੁਹਾਗਣ ਨੂੰ ਕਹਿ ਕੇ ਦਿਖਾ ਕਿ ਚੂੜਾ ਤੇਰੀ ਵਰਦੀ ਆ, ਆ ਲਾਲ ਜਿਹੜਾ ਤੂੰ ਕੱਪੜਾ ਪਾਇਆ ਸੁਹਾਗ ਦਾ ਇਹ ਤੇਰੀ ਵਿਆਹ ਦੀ ਵਰਦੀ ਹੈ, ਨਾ ਤੇਰੇ ਨਵੀਂ ਸਿਰ ਤੇ ਜੁੱਤੀ ਮਾਰਿਆ, ਇਹ ਉਹਦੀ ਵਰਦੀ ਨਹੀਂ ਹੈ, ਇਹ ਉਹਦੇ ਅੰਦਰਲੇ ਡਿਵਾਈਨ ਕਿਸਮ ਦੇ ਚਾਹ ਚੋਂ ਪੈਦਾ ਹੋਈ ਚੀਜ਼ ਹੈ। ਸੁਹਾਗਣ ਦਾ ਚੂੜਾ ਸੋਹਣੇ ਨਾਲੋਂ ਵੀ ਕੀਮਤੀ, ਜਿਹੜੇ ਉਹਨੇ ਚੂੜੇ ਦੇ ਦਿਨ ਗੁਜ਼ਾਰਨੇ ਆ ਇਹ ਬੜੀ ਡਿਵਾਈਨ ਆ, ਬੜੀ ਪਵਿੱਤਰ ਹੈ ਤੇ ਬੜੀ ਗੁੱਝੀ ਥਾਂ ਤੋਂ ਪੈਦਾ ਹੁੰਦੇ ਆ। ਇੰਜ ਸਾਡਾ ਜਿਹੜਾ ਅੰਮ੍ਰਿਤ ਆ ਇਹ ਸਾਡਾ ਸੁਹਾਗਣ ਦਾ ਚਾਹ ਆ ਜਿਹੜਾ ਸਾਡੇ